ਅੱਜ ਦੇ ਇਸ ਪਵਿੱਤਰ ਮੌਕੇ ਤੇ ਸ਼ਾਮਿਲ ਆਪ ਸਭ ਵਿਸ਼ੇਸ਼ ਮਹਿਮਾਨਾਂ ਦਾ ਮੈਂ ਦਿਲਰਾਜ ਸਿੰਘ ਸੰਧੂ ਤੇ ਦਿলো ਸਵਾਗਤ ਕਰਦਾ ਹਾਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਅੱਜ ਅਸੀਂ ਅਣਕਹੀ ਕਵਿਤਾ ਪੁਸਤਕ ਰਿਲੀਜ਼ ਕਰਨ ਜਾ ਰਹੇ ਹਾਂ ਮੈਨੂੰ ਇਸ ਗੱਲ ਦੀ ਬੇਹਦ ਖੁਸ਼ੀ ਅਤੇ ਮਾਣ ਹੈ ਕਿ ਇਸ ਵਿਸ਼ੇਸ਼ ਸਮਾਰੋਹ ਵਿੱਚ ਮੈਨੂੰ ਆਪ ਜੀ ਨੂੰ ਸੰਬੋਧਿਤ ਕਰਨ ਦਾ ਮੌਕਾ ਪ੍ਰਾਪਤ ਹੈ ਇਸ ਪੁਸਤਕ ਵਿੱਚਲਾ ਕਲਾਮ ਮੇਰੇ ਮਾਰਗਦਰਸ਼ਕ ਅਤੇ ਰਿਸ਼ਤੇ ਵਿੱਚੋਂ ਮਾਮਾ ਜੀ ਸਰਦਾਰ ਰਾਜ ਸਿੰਘ ਭੰਡਾਲ ਜੀ ਦੀ ਲਿਖਤ ਹੈ। ਆਪ ਸਭ ਦਾ ਇਸ ਖਾਸ ਮੌਕੇ ਤੇ ਇਕੱਤਰ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਰਾਜ ਸਿੰਘ ਭੰਡਾਲ ਜੀ ਨੂੰ ਕਿੰਨਾ ਚਾਹੁੰਦੇ ਹੋ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸਟੂਡੈਂਟ ਰਹਾ ਹਾਂ। ਅਤੇ ਸਾਡੀ ਪੰਜਾਬ ਯੂਨੀਵਰਸਿਟੀ ਦਾ 슬ੋਗਨ ਸੀ ਕਿ ਕਿਤਾਬ ਦੀ ਖੁਸ਼ੀ ਕਿਸੇ ਪਰਿਵਾਰ ਵਿੱਚ ਬੱਚਾ ਪੈਦਾ ਹੋਣ ਜਿੰਨੀ ਹੁੰਦੀ ਹੈ ਇਸ ਪੁਸਤਕ ਬਾਰੇ ਅਤੇ ਪੁਸਤਕ ਵਿੱਚਲੇ ਕਲਾਮ ਬਾਰੇ ਮੁੱਖ ਭਾਸ਼ਣ ਡਾਕਟਰ ਸਰਬਜਿੰਦਰ ਸਿੰਘ ਜੀ ਕਰਨਗੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਡਾਕਟਰ ਸਰਬਜਿੰਦਰ ਸਿੰਘ ਜੀ ਪੰਜਾਬ ਵਿੱਚ ਇੱਕ ਵੱਡੇ ਰੁਤਬੇ ਤੇ ਵਿਰਾਜਮਾਨ ਨੇ ساری ਜ਼ਿੰਦਗੀ ਇਹਨਾਂ ਨੇ ਪੜਾਇਆ ਤੇ ਪੜਿਆ ਇਹਨਾਂ ਦਾ ਅਲਫ਼ਾਜ਼ ਸਾਡੇ ਲਈ ਅਸਮਾਨਾਂ ਤੋਂ ਉਤਰੇ ਸ਼ਬਦਾਂ ਬਰਾਬਰ ਹੈ ਇੱਕ ਵਾਰੀ ਫੇਰ ਆਪ ਸਭ ਜੀ ਨੂੰ ਜੀ ਆਇਆਂ ਨੂੰ ਅਤੇ ਪਰੰਪਰਾ ਅਨੁਸਾਰ ਬੇਨਤੀ ਕਰਾਂਗਾ ਕਿ ਸਰਦਾਰ ਪ੍ਰਭਜੋਤ ਸਿੰਘ ਖੜਾਉ ਜੀ ਸਭ ਦਾ ਵੈਲਕਮ ਕਰਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦੇ ਆਪ मोस्ट ਵੈਲਕਮ ਸਾਰੇ ਇੱਥੇ ਆਇਆ ਅੱਜ ਆਪਾਂ ਪਾਜੀ ਰਾਜ ਸਿੰਘ ਪੰਡਾਲ ਹੋਣਾ ਦੀ ਜਿਹੜੀ ਕਿਤਾਬ ਆ ਅਣਕਈ ਕਵਿਤਾ ਉਹਦੀ ਜਿਹੜੀ ਸੈਲੀਬ੍ਰੇਸ਼ਨ ਹੈ ਅੱਜ ਉਹਦੀ ਓਪਨਿੰਗ ਸੈਲੀਬ੍ਰੇਸ਼ਨ ਲਈ ਆਪਾਂ ਇੱਥੇ ਇਕੱਠੇ ਹੋਏ ਆ ਵੰਜਾਰਾ ਨੋਮੈਡ ਦੀ ਸਾਰੀ ਟੀਮ ਜਿਹੜੀ ਹੈ ਉਹ ਤੁਹਾਨੂੰ ਤਹੇ ਦਿਲ ਤੋਂ ਤੁਹਾਨੂੰ ਥੈਂਕ ਯੂ ਕਰਦੀ ਹੈ ਤੁਹਾਨੂੰ ਤੇ ਇਥੇ ਵੈਲਕਮ ਕਰਦੀ ਹੈ ਜਿਹੜੀ ਗੱਲ ਮੈਂ ਕਰਨਾ ਚਾਹਣਾ ਉਹ ਇਹ ਹੈ ਭਈ ਜਿਹੜੇ ਵੰਜਾਰਾ ਨੋਮੈਡ ਦੇ ਜਿਹੜੇ ਮੈਂਬਰਾਂ ਨੇ Uh, we come from different walks of life te sade jehde interests ne oh kafi varied ne different sade interests ne poetry te naal hai gayi a photography painting aur jehdi cheez sanu sare nu sanu jod di hai gayi a oh hai gayi a sada love for nature so love for nature de vich assi uh, jehdi cheez karde ho eh karde offroading jande ha ਤੇ ਜਦੋਂ ਅਸੀਂ ਆਫ-ਰੋਡਿੰਗ ਜਾਂਦੇ ਕਈ ਸਾਲ ਹੋ ਗਏ ਹੁਣ ਇਸ ਗੱਲ ਨੂੰ ਤੇ ਜਦੋਂ ਅਸੀਂ ਜਾਂਦੇ ਆਫ-ਰੋਡਿੰਗ ਤੇ ਪਾਜੀ ਹੁਣਾਂ ਦੀ ਅਸੀਂ ਉੱਪਰ ਜਦੋਂ ਬੈਠੇ ਹੁੰਨੇ ਆ ਬੀਆਂ ਵਾਂ ਦੇ ਵਿੱਚ ਤੇ ਸਾਨੂੰ ਉਹਨਾਂ ਦੀ ਕਵਿਤਾ ਸੁਣਨ ਨੂੰ ਮਿਲਦੀ ਆ ਤੇ ਉਹਦੇ ਬਾਅਦ ਉਹਦੀ ਵਿਆਖਿਆ ਤੇ ਉਹਦੀ ਰੂਹ ਜਿਹੜੀ ਕਵਿਤਾ ਦੀ ਹੈ ਉਹ ਅਸੀਂ ਸੁਣਦੇ ਸੀਗੇ ਤੇ ਹੌਲੀ-ਹੌਲੀ ਅਸੀਂ ਇਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਪਾਜੀ ਹੁਣ ਕਾਫੀ ਬੁਠੀ ਹੈ ਵਰ ਵੈਰੀ ਗੁੱਡ ਕਲੈਕਸ਼ਨ ਤੇ ਆਪਾਂ ਇਹਨੂੰ ਆਈ ਥਿੰਕ ਹਨ ਇਹਨੂੰ ਪਬਲਿਸ਼ ਕਰਨਾ ਚਾਹੀਦਾ ਹੈ ਪਰ ਇਸ ਗੱਲ ਨੂੰ ਵੀ ਹੁਣ ਕਈ ਸਾਲ ਹੋ ਗਏ 2-3 ਸਾਲ ਹੋ ਗਏ ਇਸ ਗੱਲ ਨੂੰ ਕਹਿੰਦੇ ਹੋਏ ਤੇ ਫਿਰ ਇਨਰ ਪਿਕਚਰ ਆਏ ਡਾਕਟਰ ਸਰਵਜਿੰਦਰ ਸਿੰਘ ਜੀ ਡਾਕਟਰ ਸਰਵਜਿੰਦਰ ਸਿੰਘ ਜੀ ਨੇ ਹੀ ਟੁਕ ਇਟ ਅਪ ਔਨ ਹਿਮਸੈਲਫ ਇਹਨਾਂ ਨੇ ਕਿਹਾ ਪਈ ਮੈਂ ਆਈ ਵਿਲ ਟੇਕ ਇਟ ਫਰਮ ਹੇਅਰ ਤੇ ਮੈਂ ਇਸ ਬੁੱਕ ਦੀ ਪਬਲਿਸ਼ਿੰਗ ਦੀ ਜ਼ਿੰਮੇਵਾਰੀ ਲੈਣੀ ਹੈ ਆ ਡਾਕਟਰ ਸਰਵਜਿੰਦਰ ਸਿੰਘ ਜੀ ਜਿਹੜੇ ਨੇ ਉਹ ਆਪ ਵੀ ਬੜੇ ਹੀ ਰੈਨਾਉਂਡ ਆਥਰ ਨੇ ਉਹਨਾਂ ਨੇ ਡਿਫਰੈਂਟ ਸਬਜੈਕਟਸ ਦੇ ਉੱਤੇ 52 52 ਕਿਤਾਬਾਂ ਲਿਖੀਆਂ ਨੇ ਤੇ ਉਹਨਾਂ ਦੀ ਜਿਹੜੀ ਫਰਸਟ ਬੁੱਕ ਸੀਗੀ ਜਿਹਦਾ ਨਾਮ ਸੀ ਡਿਵਾਈਨ ਰੈਵਿਲੇਸ਼ਨ ਉਹਦੇ ਵਾਸਤੇ ਇਹਨਾਂ ਨੇ ਨਨ ਅਦਰ ਥੈਨ ਡਾਕਟਰ ਮਨਮੋਹਨ ਸਿੰਘ ਜੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਸੀਗਾ। ਔਰ ਅ ਇੱਕ ਹੋਰ ਜੀ ਜਿਹੜੀ ਮੈਂ ਐਡ ਕਰਨਾ ਚਾਹੁੰਨਾ ਕਿ ਡਾਕਟਰ ਸਰਵਜਿੰਦਰ ਸਿੰਘ ਜੀ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵਿਟ ਆਲ ਡਾਇਰੈਕਟਰ ਜਨਰਲ ਨੇ ਸੋ ਐਸਵੇਲੇ ਹੀ ਇਸ ਹੀ ਇਜ਼ ਇਨ ਦੈਟ ਪੋਸਟ ਔਰ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਹੁਣ ਮੈਂ ਡਾਕਟਰ ਸਰਵਜਿੰਦਰ ਸਿੰਘ ਜੀ ਨੂੰ ਦਰਖਾਸਤ ਕਰੂੰਗਾ ਕਿ ਹੁਣ ਇੱਥੇ ਪੋਡੀਅਮ ਤੇ ਆਣ ਤੇ ਉਹ ਆਪਣੇ ਵਿਚਾਰ ਸਾਂਝੇ ਕਰਨ। ਡਾਕਟਰ ਬਹੁਤ ਹੀ ਸਤਿਕਾਰਤ ਮੇਰਾ ਛੋਟਾ ਵੀਰ ਰਾਜ ਸਿੰਘ ਪੰਡਾੜ ਵਣਜਾਰਾ ਨੋਮੈਡ ਦੇ ਸਾਰੇ ਮੈਂਬਰ ਸਾਹਿਬਾਨ ਬੈਠੇ ਨੇ ਮੇਰੇ ਕਲਾਸ ਪੈਲ ਉੱਤੇ ਮੇਰੇ ਦੋਸਤ ਦਲਜੀਤ ਸਿੰਘ ਹੋਰੀ ਸਾਡਾ ਪੁਰਾਣਾ ਇਕਬਾਲ ਸਿੰਘ ਬੇਟਾ ਤੇ ਸਭ ਤੋਂ ਪਹਿਲਾਂ ਮੈਨੂੰ ਨਾਮ ਲੈਣਾ ਚਾਹੀਦਾ ਸੀ ਕਿ ਗਿਆਨੀ ਜਗਿੰਦਰ ਸਿੰਘ ਜੀ ਹਰਮੰਦਰ ਸਾਹਿਬ ਤੋਂ ਅੱਜ ਲਕੀਲੀ ਸਾਡੇ ਵਿੱਚ ਸ਼ਿਸ਼ੋਗਤ ਨੇ ਮੇਰੇ ਮੇਰੀ ਗਰੂਪ ਪੁੱਤਰੀ ਮੀਰਾ ਮੇਨ ਦੇ ਡੈਡ ਕੋ ਪੜਿਆ ਸੋਰਸ ਸਿੰਘ ਕਰਤਾ ਚ ਸਰਮੌਰ ਤੇ ਬਹੁਤ ਵੱਡਾ ਬੰਦਾ ਅਸੀਂ ਉਥੇ ਪੜਦੇ ਸੀ ਤੇ ਮੀਰਾ ਗੱਲ ਹੋ ਰਾਂ ਦਾ ਕਾਰਵੀ ਕੈਂਪਸ ਦੇ ਵਿੱਚ ਸੀ ਇਹ ਉਰੀਆ ਹੀ ਹੈ ਸਾਡੀ ਆਪਣੀ ਹੈ ਮੈਨੂੰ ਬੜਾ ਚੰਗਾ ਲੱਗਦਾ ਮਨਪ੍ਰੀਤ ਅਮਨਜੋਤ ਮੇਰੀਆਂ ਦੋਵੇਂ ਬੀਐਸਡੀ ਦੇ ਸਟੂਡੈਂਟਸ ਨੇ ਅ ਚਿੰਦੀ ਇਹਨਾਂ ਸਿਫਤ ਕੀਤੀ ਅਸਲ ਦੇ ਵਿੱਚ ਛਿੜਕਾਂ ਝੰਬਾ ਖਾ ਕੇ ਇਹ ਡਾਕਟਰ ਕੁੜੀਆਂ ਬਣ ਗਈਆਂ ਤੇ ਛਿੜਕਾਂ ਝੰਬਾ ਕਿਵੇਂ ਪੈਂਦੀਆਂ ਉਹ ਸਾਡੇ ਗੁਰਿੰਦਰ ਸਿੰਘ ਨੂੰ ਪਤਾ ਹੀ ਆ ਇਹ ਅਕਸਰ ਮੈਂ ਇਹਨਾਂ ਨੂੰ ਟੀਵੀ ਤੇ ਸੁਣਨਾ ਤੇ ਫੇਰ ਮੈਂ ਮੁਸਕਰਾ ਦਿਨਾ ਕਿ ਇਹ ਬੰਦਾ ਵੀ ਝੜਕਾਂ ਖਾ ਕੇ ਇਥੋਂ ਡਾਕਟਰੇਟ ਕਰਕੇ ਗਿਆ ਅ ਮੇਰੇ ਕੋਲ ਪੁਸਤਕ ਹੈ ਅਣਕਹੀ ਕਬਤਾ ਤੇ ਇਸ ਦਾ ਸਾਰਾ ਕਲਾਮ ਜਿਹੜਾ ਹੈ ਉਹ ਰਾਜ ਸਿੰਘ ਭੰਡਾਲ ਦੀ ਕਲਮ ਰਾਈ ਸ਼ਬਦਾਂ ਦੇ ਰੂਪ ਦੇ ਵਿੱਚ ਅਵਤਾਰਨ ਹੋਇਆ ਇਸ ਪੁਸਤਕ ਦੇ ਵਿੱਚ ਰਾਜ ਸਿੰਘ ਭੰਡਾਲ ਬਾਰੇ ਜੇਕਰ ਮੈਂ ਇੱਕ ਪੰਕਤੀ ਦੇ ਵਿੱਚ ਕੁਝ ਸਮੇਟਣਾ ਹੋਵੇ ਤੇ ਮੈਂ ਗੁਰੂ ਦੀ ਛਾਣ ਵਿੱਚ ਜਾਵਾਂਗਾ ਤੇ ਮਹਾਵਾਕ ਹੈ ਹੈਨ ਵਿਰਲੇ ਨਾਏ ਗਨੇ ਫੈਲ ਪਕੜ ਸੰਸਾਰ ਯਾਰੀ ਜੀ ਬੈਠੇ ਨੇ ਕੈਮਰਾ ਸਾਹਮਣੇ ਡਰ ਲੱਗਦਾ ਕਿ ਗਲਤ ਨਾ ਬਖਤੀ ਬੋਲ ਤੂੰ ਰਾਜ ਸਿੰਘ ਪੰਡਾਲ ਤਾਹੇ ਰਾਜ ਸਿੰਘ ਪੰਡਾਲ ਦਾ ਮੇਰੇ ਨਾਲ ਰਿਸ਼ਤਾ ਜਿਹੜਾ ਹੈ ਉਹ ਮਹਿਜ 5 ਮਹੀਨੇ ਪਹਿਲਾਂ ਦਾ ਹੈ ਤੇ ਮਸ ਫੋਚਦਾਰ ਨਾ ਤੇ ਹਜ਼ਾਰਾਂ ਮੀਲਾਂ ਦੀ ਵਿੱਤ ਤੇ ਬੈਠੇ ਇੱਕ ਦੂਜੇ ਨੂੰ ਨਾ ਜਾਣਦੇ ਹੋਏ ਵੀ ਰਿਸ਼ਤੇ ਜਿਹੜੇ ਨੇ ਇੱਕ ਦੂਜੇ ਨੂੰ ਤਲਾਸ਼ਦੇ ਕਿਵੇਂ ਨੇ ਇਹ ਹਦੋਂ ਪੁੱਤ ਹੈ ਮਿਸਟਰ ਕੈਰਾਸ ਤੇ ਰਿਸ਼ਤੇ ਜਿਹੜੇ ਨੇ ਜਦੋਂ ਤਲਾਸ਼ ਲੈਂਦੇ ਨੇ ਇੱਕ ਦੂਜੇ ਨੂੰ ਤੇ ਫਿਰ ਸਦੀਵੀ ਹੋ ਜਾਂਦੇ ਨੇ ਡਾਕਟਰ ਰਮਾकांत ਅੰਗਰਸ ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਉਹਨਾਂ ਨੇ ਜਰਮਨੀ ਦੇ ਵਿੱਚ ਪੜਾਇਆ ਪੰਜਾਬ ਯੂਨੀਵਰਸਿਟੀ ਚ ਵੱਡੇ ਪ੍ਰੋਫੈਸਰ ਮੈਂ ਇੱਕ ਦਿਨ ਉਹਨਾਂ ਨੂੰ ਨਮਸਕਾਰ ਕੀਤੀ ਤੇ ਮੈਂ ਕਿਹਾ ਕਿ ਰਿਸ਼ਤੇ ਕੀ ਹੁੰਦੇ ਨੇ ਉਹਨਾਂ ਅੱਖਾਂ ਬੰਦ ਕੀਤੀਆਂ ਤੇ ਗਿਆ ਕਿ ਰਿਸ਼ਤੇ ਅਤ੍ਰਿਪਤ ਰਿਸ਼ਤਿਆਂ ਦੀ ਅਜਬ ਦਾਸਤਾਨ ਕਿ ਰਿਸ਼ਤੇ ਜਿਹੜੇ ਨੇ ਇਹ ਅਸਲ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਉਤਰ ਹੀ ਆਉਂਦੇ ਨੇ ਤੇ ਜਿਨ੍ਹਾਂ ਦੀ ਪੂਰਤੀ ਉਸ ਜਨਮ 'ਚ ਨਹੀਂ ਹੁੰਦੀ ਹਾਲਾਂਕਿ ਜਨਮ ਮਰਨ ਬਾਰੇ ਮੇਰੀ ਮੇਰਾ ਜਿਹੜਾ ਵਿਚਾਰ ਹੈ ਡਿਫਰੈਂਟ ਹੈ ਪਰ ਕਿਉਂਕਿ ਇਹ ਉਹਨਾਂ ਬਜ਼ੁਰਗਾਂ ਦੇ ਵਿਚਾਰ ਨੇ ਕਿ ਰਿਸ਼ਤੇ ਜਿਹੜੇ ਨੇ ਅਤ੍ਰਿਪਤ ਰਿਸ਼ਤਿਆਂ ਦੀ ਅਜਿਹੀ ਉਦਾਸਤਾ ਨਹੀਂ ਤੇ ਹਜ਼ਾਰਾਂ ਸਾਲਾਂ ਪੁਰਾਣੀ ਹੋ ਸਕਦੀ ਹੈ ਜੇ ਤੁਸੀਂ ਜੀਨਸ ਦੀ ਸਟੱਡੀ ਕਰੋ ਤੇ ਬੜੇ ਖੂਬਸੂਰਤ ਤੰਗ ਦੇ ਨਾਲ ਆਪ ਉਸ ਇਸ ਗੱਲ ਨੂੰ ਵਿਸਥਾਰ ਦੇ ਸਕਦੇ ਆ। ਤੋਂ ਕਿੰਨੇ ਜਦੋਂ ਮੌਕਾ ਆਉਂਦਾ ਹੈ ਤੋਂ ਉਹ ਪ੍ਰਗਟ ਹੋ ਜਾਂਦੇ ਨੇ। ਤੇ ਜਦੋਂ ਵੀ ਮੈਂ ਇਹ ਉਹ ਯਾਰਿਸ਼ ਤਾਂ ਬਣਦਾ ਹੈ। ਤੇ ਮੈਨੂੰ ਲੱਗਦਾ ਹੈ ਕਿ ਰਮਾਕਰ ਅੰਗਰੇਜ਼ ਜੀ ਬਜ਼ੁਰਗ ਜਿਹੜੇ ਇਸ ਸੰਸਾਰ ਤੋਂ ਚਲੇ ਗਏ ਨੇ। ਉਹ ਮੇਰੇ ਸਾਹਮਣੇ ਬੈਠੇ ਹੋਣ। ਤੋਂ ਇਹ ਸ਼ਬਦ ਬੋਲ ਰਹੇ ਹੋਣ ਕਿ ਸਰਬ ਕਿਉਂਕਿ ਨਾ ਮੈਂ ਉਹਨਾਂ ਦਾ ਡਾਕਟਰ ਸੀ ਨਾ ਮੈਂ ਕੋਈ ਵੱਡਾ ਪ੍ਰੋਫੈਸਰ ਸੀ ਨਾ ਡਾਇਰੈਕਟਰ ਜਨਰਲ ਸੀ ਮੈਂ ਉਹਨਾਂ ਲਈ ਕੇਵਲ ਸਰਵ ਸੀ ਤੇ ਮੈਂ ਸਰਬ ਹੀ ਉਹਨਾਂ ਚੰਦਾ ਮੀਰਾ ਕਿਲਦੇਵ ਬਾਪੂ ਜਿਹੜਾ ਸੀ ਉਹ ਉਹ ਸਰਬ ਉਹ ਨਹੀਂ ਸਕੀਂਦਾ ਉਹ ਛਪ ਜਾ ਇਧਰ ਆ ਤੋ ਇਹ ਮਤ ਹੈ ਰਾਜ ਸਿੰਘ ਨਾਲ ਜਿਹੜਾ ਮੇਰਾ ਰਿਸ਼ਤਾ ਬਣਿਆ ਉਮੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿਤਾਬ ਤੇ ਕਿਤਾਬ ਵਿੱਚ ਦੇ ਕਲਾਮ ਤੇ ਪਿਛਲੇ ਕੋਈ 5 ਮਹੀਨੇ ਪਹਿਲਾਂ ਇੱਕ ਕੰਜ਼ਰਨਸੀ ਅਮਰੀਕਾ ਦੇ ਵਿੱਚ ਗਦਰੀ ਬਾਪਿਆਂ ਦੇ ਉੱਤੇ ਮੈਂ 2 ਸਾਲ ਦਾ ਉਹਨਾਂ ਨੂੰ ਲਾਰਾ ਲਾਇਆ ਸੀ ਕਿ ਮੈਂ ਡੈਫੀਨਿਟਲੀ ਆਈ ਵਿਲ ਬੀ ਥੇਅਰ ਐਂਡ ਡਿਲੀਵਰ ਇੱਕ ਕੀਨੋਟ ਐਡਰੈਸ ਪਰ ਮੈਂ ਕੋਈ ਨਾ ਕੋਈ ਬਹਾਨਾ ਮਾਰ ਕੇ ਉੱਥੋਂ ਨਭੱਜ ਜਾਂਦਾ ਤੇ ਉਹਨਾਂ ਕਿਹਾ ਕਿ ਇਸ ਵਾਰ ਨਹੀਂ ਇਹ ਸੰਭਵ ਨਹੀਂ ਆਉਣਾ ਪਵੇਗਾ ਤੇ ਮੈਂ ਕਿਹਾ ਓਕੇ ਸਰ ਡੈਫੀਨਿਟਲੀ ਮੈਂ ਆਉਂਗਾ ਵਾਦਾ ਕਰ ਲਿਆ ਹੁਣ ਜਦੋਂ ਕੀ ਨੋਟ ਲਈ ਵਾਦਾ ਕਰ ਲਿਆ ਤੋਂ ਵੀ ਇੰਟਰਨੈਸ਼ਨਲ ਸਟੇਜ ਦੇ ਉੱਤੇ ਤੇ ਫਿਰ ਤੁਹਾਨੂੰ ਬਹੁਤ ਨੀਜ ਦੇ ਨਾਲ ਉਸ ਪਰਬੰਧਿਆ ਉਸ ਸਿਸਟਮ ਦੀਆਂ ਤਾਨੂੰ ਪਰਤਾਂ ਜਿਹੜੀਆਂ ਨੇ ਉਹ ਦੇੜਨੀਆਂ ਪੈਣੀਆਂ ਨੇ ਤਾਂ ਕਿ ਪਰਤਦਰ ਪਰਤ ਤੁਸੀਂ ਆਪਣੇ ਮੁੱਖ ਭਾਸ਼ਣ ਦੇ ਵਿੱਚ ਉਹਨਾਂ ਸਾਰੀਆਂ ਗੱਲਾਂ ਨੂੰ ਰੂਪਮਾਨ ਕਰੋ ਜਿੱਤੇ ਆਧਾਰ ਤੇ ਅਗਲੇ 3 ਦਿਨ ਕਾਨਫਰੰਸ ਚੱਲਣੀ ਹੁੰਦੀ ਹੈ ਕੀਨੋਟੀ ਦਾ ਤੁਸੀਂ ਜਾਣਦੇ ਹੋ ਕਿ ਉਹਨੂੰ ਮੰਨਿਆ ਸਾਡੀ ਭਾਸ਼ਾ ਦੇ ਵਿੱਚ ਚ ਟਾਈਮਿੰਗਸ ਦੇ ਭਾਸ਼ਾ ਦੇ ਵਿੱਚ ਕਿਉਂਕਿ ਮੈਂ ਯੂਨੀਵਰਸਿਟੀਆਂ ਦਾ ਬੰਦਾ ਹਾਂ ਉੱਤੇ ਪੜਿਆ ਉੱਤੇ ਪੜਿਆ ਉੱਤੇ ਸਟਿਲ ਆਈ ਏਮ देयर ਕਿ ਕੀ ਨੋਟ ਜਿਹੜਾ ਹੈ ਇੱਕ ਡਿਫਿਕਲਟ ਟਾਸਕ ਹੁੰਦਾ ਹੈ ਕਿਉਂਕਿ ਉਹਦਾ ਏਰੀਆ ਉਹਦਾ ਘੇਰਾ ਉਹਦੀ ਬਾਉਂਡਰੀ ਜਿੰਨੀ ਵੱਡੀਆਂ ਹੁੰਦੀਆਂ ਨੇ ਕਿ ਉਹਨੂੰ ਸਵੇਟਲਾ ਜਿਹੜਾ ਹੈ ਉਹ ਸਹਿਜ ਪ੍ਰਕਿਰਿਆ ਨਹੀਂ ਹੁੰਦੀ ਤੋਂ ਜਦੋਂ ਮੈਂ ਇਹ ਵਾਦਾ ਕਰ ਲਿਆ ਕਿ ਮੈਂ ਗਦਰ ਮੂਵਮੈਂਟ ਤੇ ਗੱਲ ਕਰਾਂਗਾ ਤੇ ਮੇਰੇ ਲਈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਸਾਰੇ ਇਤਿਹਾਸ ਨੂੰ ਵਾਚਣਾ ਬਹੁਤ ਜ਼ਰੂਰੀ ਸੀ ਕਿਉਂਕਿ ਮੈਂ ਥੋੜਾ ਜਿਆਦਾ ਟ੍ਰੈਡੀਸ਼ਨ ਨੂੰ ਟੱਪ ਕੇ ਗੱਲ ਕਰਦਾ ਉਹ ਕਈ ਵਾਰ ਬੁਰੀ ਲੱਗਦੀ ਕਈ ਵਾਰ ਚੰਗੀ ਲੱਗਦੀ। ਤੋਂ ਮੈਂ ਉਹਨਾਂ ਗਦਰੀ ਬਾਬੀਆਂ ਦੀ ਪੁਣਛਾਣ ਕਰ ਲਗਾ ਜਿਹੜੇ ਸਾਡੇ ਚੇਤਿਆਂ ਵਿੱਚੋਂ ਮਾਈਨਸ ਹੋ ਗਏ। ਗਦਰੀ ਬਾਬੇ ਤੇ ਸਾਡੇ ਚੇਤਿਆਂ ਚ ਹਨ ਪਰ ਕੁਝ ਗਦਰੀ ਬਾਬੇ ਉਹ ਵੀ ਨੇ ਜਿਹੜੇ ਸਾਡੇ ਚੇਤਿਆਂ ਚੋਂ ਮਾਈਨਸ ਹੋ ਗਏ। ਮਾਈਨਸ ਕਿਉਂ ਹੋ ਗਏ? ਇਹ ਸਾਨੂੰ ਪਤਾ ਨਹੀਂ ਹੈ ਬਟ ਆਲਵੇਸ ਰਿਮੈਂਬਰ ਇਟ ਕਿ ਜਿਹੜੀਆਂ ਕੌਮਾਂ ਜਿਹੜੇ ਪੰਗੋਲਗ ਖੇਤੇ ਜਿਹੜੇ ਏਰੀਏ ਆਪਣੀ ਵਿਰਾਸਤ ਦੇ ਫਖਰ ਨੂੰ ਭੁੱਲ ਜਾਂਦੇ ਨੇ ਉਹ ਆਪਣਾ ਸਰੂਪ ਵੀ ਗਵਾ ਲਿੰਦੇ ਨੇ ਉਹ ਆਪਣਾ ਸਿਧਾਂਤ ਵੀ ਗਵਾ ਲੀਦੇ ਤੇ ਜਿਹੜੀਆਂ ਕੌਮਾਂ ਖੇਤੇ ਲੋਕ ਆਪਣੀ ਵਿਰਾਸਤ ਦੇ ਸਨਮੋਕੋ ਚੱਲਦੇ ਨੇ ਉਹ ਸਦਾਇਵ ਸਮਿਆਂ ਲਈ ਅਮਰ ਹੋ ਜਾਂਦੇ ਨੇ ਇਹ ਅਸੀਂ ਪਰਖਣਾ ਹੈ ਕਿ ਵਲੀ ਕਹ ਦੇਣਾ ਕਿ ਸਿੱਖ ਬਹੁਤ ਵੱਡੇ ਨੇ ਅਸੀਂ ਬੜੇ ਬਹਾਦਰ ਹਾਂ ਅਸੀਂ ਆਹ ਇੰਜ ਗੱਲ ਨਹੀਂ ਬਣਦੀ ਸੰਸਾਰ ਬਦਲ ਚੁੱਕਾ ਹੈ ਤੇ ਬਦਲੇ ਸੰਸਾਰ ਦੇ ਵਿੱਚ ਜੇਕਰ ਅਸੀਂ ਉਹਨਾਂ ਵਿਧਾਵਾਂ ਨੂੰ ਅਡਾਪਟ ਨਾ ਕੀਤਾ ਤੇ ਅਸੀਂ ਬੈਕ ਯਾਰਡ ਤੋਂ ਕੀ ਹੈ ਕਿ ਮੈਂ ਉਹਨਾਂ ਨੂੰ வாਚਣ ਦੀ ਕੋਸ਼ਿਸ਼ ਕੀਤੀ ਉਹ ਲੰਮਾ ਲੰਮੀ ਕਹਾਣੀ ਹੈ ਪਰ ਮੈਂ ਇੱਕ ਨਾਮ ਇਨੋਤੇ ਮਿਲਿਆ ਉਸੀ ਬਾਬਾ ਬੀਰ ਸਿੰਘ ਕਨੇਜ ਤੇ ਉਹਦੇ ਬਾਰੇ ਮੈਨੂੰ ਇਹ ਨਾਇਕ ਪਤਾ ਲੱਗਾ ਕਿ ਇਹ ਸਭ ਤੋਂ ਪਹਿਲਾ ਜਿਹੜਾ ਪੰਜਾਬੀ ਸਿੱਖ ਸੀ ਜਿਸਨੇ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ ਉਹਨੇ ਬੜੀ ਵੱਡੀ ਗੱਲ ਸੀ ਯਾਰ ਕਿ 12 13 14 ਦੇ ਵਿੱਚ ਗ੍ਰੈਜੂਏਟ ਹੋ ਗਿਆ ਉਹ ਵੀ ਅਮਰੀਕਾ ਦੇ ਉੱਥੇ ਜਾ ਕੇ ਤੇ ਇਹ ਬੰਦਾ ਜਿਹੜਾ ਹੈ ਕਿਸੇ ਪੁਸਤਕ ਦੇ ਵਿੱਚ ਇਹਦਾ ਨਾਂ ਹੀ ਦਰਤਨੀਆ ਕਿ ਐਂਦੀ ਕੈਂਟਰੀ ਸਾਨੂੰ ਮਿਲਦੀ ਹੈ ਇਹ ਬਾਬਾ ਵੀਰ ਸਿੰਘ ਕਨੇਚ ਜਿਹੜਾ ਹੈ ਕਨੇਚ ਪਿੰਡ ਅਨ ਦਾ ਪੰਡਾਲ ਸੀ ਕਿ ਉਥੇ ਗਿਆ ਮੈਂ ਕੋਸ਼ਿਸ਼ ਕੀਤੀ ਪਰਤ ਦਰਪੇ ਇਹਸ ਬੰਦੇ ਬਾਰੇ ਆਪਾਂ ਕੋਈ ਗੱਲ ਜ਼ਰੂਰ ਕਰਨੀ ਹੈ ਪਰ ਕੁਝ ਨਾ ਲੱਭਾ ਮੈਂ ਕਨੇਚ ਪਿੰਡ ਗਿਆ ਉਹਨਾਂ ਦੱਸਿਆ ਕਿ ਬਾਬਾ ਵੀਰ ਸਿੰਘ ਕਨੇਚ ਬਾਰੇ ਸੁਣਿਆ ਆ ਕੇ ਸਾਡੇ ਪਿੰਡ ਦੇ ਸੀ ਕਿ ਸਾਡੇ ਪਿੰਦੇ ਦੇ ਸੀ ਸੁਣਿਆ ਆਏ ਸੀ ਪਰ ਉਹਨਾਂ ਦਾ ਪਰਿਵਾਰ ਜਿਹੜਾ ਸੀ ਉਹ 40 ਸਾਲ ਪਹਿਲਾਂ ਇੱਥੋਂ ਲੁਧਿਆਣੇ ਚਲੇ ਗਿਆ ਦੋਸਤੋ ਬਸ ਸੁਣਿਆ ਇੰਜ ਕਿਤੇ ਬਾਹਰ ਚਲੇ ਗਿਆ ਪਰ ਸਾਨੂੰ ਉਹਨਾਂ ਬਾਰੇ ਕੁਝ ਵੀ ਪਤਾ ਨਹੀਂ ਹੈ ਇਹ ਕੋਣ ਬੋੜਾ ਸਮੱਸਿਆ ਘੜੀ ਹੋਗੀ ਕਿ ਯਾਰ ਜੇ ਤਾਨੂੰ ਕੋਈ ਫੁਰਲਾਪੇ ਦੀ ਨਹੀਂ ਤੇ ਤੁਸੀਂ ਕਰੀਓ ਕਿਵੇਂ ਜੋੜੋਗੇ ਪਰ ਮੈਂ ਨਿਰੰਤਰ ਕਿਉਂਕਿ ਕੋਸ਼ ਦਾ ਵਿਦਿਆਰਥੀ ਹਾਂ 40 ਸਾਲ ਤੋਂ ਰਿਸਰਚੀ ਸਿੱਖੀ ਹੈ ਤੇ ਰਿਸਰਚ ਜਿਵੇਂ ਮੈਂ ਸਿੱਖੀ ਆ ਕੁੱਟ ਕੁੱਟਾ ਕੇ ਆਬਜੈਕਟਲੀ ਮੈਂ ਉਸੇ ਤਰੀਕੇ ਕੁੱਟਦਾ ਤੇ ਬਣਾ ਕੋ ਕੋ ਆਏਗਾ ਮੇਰਾ ਕਿ ਜਿਹਨੂੰ ਮੇਰੀ ਕੁੱਟ ਝਮਾਪਾ ਦੇਦੀ ਹੈ ਕਮ ਟੂ ਮੀ ਨਹੀਂ ਤੇ ਸਤਿ ਸ੍ਰੀ ਅਕਾਲ ਇਹ ਕੁੜੀਆਂ ਨਿਰਾਸ਼ੀ ਦਿੱਤਾ ਹੁੰਦਾ ਤੋਂ ਕਿ ਆ ਕਿ ਫਿਰ ਮੈਨੂੰ ਇੱਕ ਹੋਰ ਰੈਫਰੈਂਸ ਮਿਲਿਆ ਉਹ ਰੈਫਰੈਂਸ ਸੀ ਕਿ ਇਹ ਵੀਰ ਸਿੰਘ ਕਨੇਜ ਜਿਹੜਾ ਸੀ ਨਾ ਇਹ ਪਹਿਲਾ ਸਿੱਖ ਸੀ ਜਿਹੜਾ ਸ਼ਾਂਤੀ ਨਕੇਤਨ ਜਿਹੜਾ ਹਰ ਜੁਨੀ ਸੀ ਸ਼ਾਂਤੀ ਨਕੇਤਨ ਹੈ ਤੇ ਮੈਂ ਮੈਨੂੰ ਬੜਾ ਚੰਬੇ ਨੂੰ ਮੈਂ ਪ੍ਰਾਊਡ ਨਾ ਇਹ ਗੱਲ ਕਿਨਾਂ ਕਿ ਮੈਂ ਸ਼ਾਂਤੀ ਨਕੇਤਨ ਪੜਾ ਕੇ ਆਇਆ ਕਿ ਅਰਬਿੰਦਰ ਨਾਥ ਟੈਗੋਰ ਕੋਲ ਗਿਆ ਸੀ ਵੀਰ ਸਿੰਘ ਕਨੇਜ ਤੇ ਉਹਨੂੰ ਉਹਨੇ ਕੀ ਕੀ ਆਸੇ ਉਹਨੂੰ ਉਹਨੇ ਕਿਹਾ ਕਿ ਅ ਅਰਬਿੰਦਰ ਨਾਥ ਜੀ ਉਹਨਾਂ ਅੰਗਰੇਜ਼ਾਂ ਦੀ ਮਸਕਾਬਾਜੀ ਬਹੁਤ ਹੋ ਚੁੱਕੀ ਹੈ ਕੈਂਪੂਸ ਕਿਉਂਕਿ ਬੰਗਾਲ ਤੇ ਪੰਜਾਬ ਕਿੱਥਾ ਲੜ ਰਿਆ ਸੀ ਬੰਗਾਲ ਦੀ ਅਗਵਾਈ ਕਰੋ ਯੋਧਵੀਰ ਬਣੋ ਯੋਧਵੀਰ ਫਾਰਐਵਰ ਹੁੰਦੇ ਨੇ ਇਨਾਂ ਗ੍ਰੈਫਰੈਂਸ ਮੈਨੂੰ ਹੋਰ ਮਿਲ ਗਿਆ ਪਰ ਇਹਨੇ ਨਾ ਵੀ ਗਲਤੀ ਸੀ ਬਣਦੀ ਮੈਂ ਇੱਕ ਦਿਨ ਮੋਬਾਈਲ ਆਨ ਕੀਤਾ ਬੈਸੀ ਉਹ ਜੀ ਆਪਨ ਹਾਤਾ ਉਗਲਦੀ ਮਰੀ ਜਾਣੇ ਆਪ ਤੇ ਉੱਥੇ ਮੈਂ ਇੱਕ ਟੀਵੀ ਇੰਟਰਵਿਊ ਵੇਖੀ। ਉਸ ਟੀਵੀ ਇੰਟਰੂ ਦੇ ਵਿੱਚ ਇੱਕ ਬੰਦਾ ਗੱਲ ਕਰ ਰਿਹਾ ਸੀ ਕਬੀਲੇ ਦੀ ਕਮਿਊਨਿਟੀ ਦੀ ਇੰਡੀਪੈਂਡੈਂਟ ਆਇਡੈਂਟੀਟੀ ਦੀ ਤੇ ਫਿਰ ਉਸਨੇ ਕਿਹਾ ਕਿ ਸਾਊਥ ਏਸ਼ੀਅਨ ਦਾ ਜਿਹੜਾ ਕਨਸੈਪਟ ਹੈ ਉਹ ਮੈਨੂੰ ਗਾਲ ਵਰਗਾ ਲੱਗਦਾ ਹੈ। ਹਰ ਮੇਰੀ ਸਾਰੀ ਸਟਡੀ ਜਿਹੜੀ ਹੈ ਉਹ ਇੰਡੀਪੈਂਡੈਂਟ ਆਇਡੈਂਟੀਟੀ ਦੇ ਮੈਂ ਥੋਰੋਲੀ ਇਸ ਚੀਜ਼ ਦਾ ਐਨਾਲਿਸਿਸ ਕੀਤਾ ਹੈ ਕਿ ਕੌਮਾਂ ਕਿੰਨੀਆਂ ਕਰਦੇ ਸੰਸਾਰ ਦੇ ਵਿੱਚ ਧਰਮ ਕਿੰਨੇ ਕਰਦੇ ਸੰਸਾਰ ਦੇ ਵਿੱਚ ਧਰਮ ਗ੍ਰੰਥ ਕਿੰਨੇ ਕਰਦੇ ਤੇ ਜਦੋਂ ਮੈਂ ਮਿੱਤਰ ਪਿਆਰ ਹੋਈ ਪੜਿਆ ਤੇ ਐਵੇਂ ਮੰਨ ਲਓ ਉਂਗਲਾਂ ਤੇ ਗਿਣ ਚੁੱਕੀਆਂ ਕੌਮਾਂ ਨੇ ਬਾਕੀ ਕਬੀਲੇ ਨੇ ਬਿਲਕੁਲ ਉੰਗਲਾਂ ਦੇ ਗੱਡ ਚੋਗੀਆਂ ਮਤਲਬ ਇਹ ਵੀ ਇੱਥੇ ਇੱਥੇ ਮੁੱਕ ਜਾਂਦੀਆਂ ਫਿਰ ਮੈਂ ਕਿਹਾ ਤਰਮ ਗ੍ਰੰਥ ਕਿੰਨੇ ਨੇ ਉਤੇ ਵੀ ਹੀ ਹਾਲ ਕਿ ਸੰਸਾਰ ਦੇ ਵਿੱਚ ਕੇਵਲ 8 ਤਰਮ ਗ੍ਰੰਥ ਨੇ ਕੇਵਲ 8 ਤੇ ਸੰਸਾਰ ਚ ਪੈਗੰਬਰ ਕਿੰਨੇ ਨੇ ਤਰਮ ਪਾਨੀ ਕਿੰਨੇ ਨੇ ਉਹ ਵੀ 8 ਬਾਕੀ ਉਹਨਾਂ ਦੇ ਉਤਰਾਧਿਕਾਰੀ ਜਿਵੇਂ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਰਾਨਕ ਜੀ ਮਹਾਰਾਜ ਮੈਂ ਜਿਨ੍ਹਾਂ ਬਾਰੇ ਹਮੇਸ਼ਾ ਦਾਵਾ ਕਰਦਾ ਤੇ ਮੈਂ ਇਹ ਬਾ ਕਹਿੰਨਾ ਕਿ ਤੁਸੀਂ ਬੇਸ਼ੱਕ ਮੇਰੀ ਗੱਲ ਤੇ ਹਾਸਪੋ ਪਰ ਇਹ ਮੇਰਾ ਫਿਰਮ ਵੇਤ ਹੈ ਕਿ ਮੈਂ ਗੁਰਨਾਨਕ ਦਾ ਮੁੰਡਾ ਆ ਤੇ ਮੈਂ ਇਸ ਗੱਲ ਨੂੰ ਲੈ ਕੇ ਚੱਲਦਾ ਵਾਂ ਤੇ ਮੈਂ ਲੈ ਕੇ ਚੱਲੂੰਗਾ ਇਸ ਕਰ ਤੋਂ ਮੈਨੂੰ ਕੋਈ ਹਟਾ ਨਹੀਂ ਸਕਦਾ ਜਦੋਂ ਮੈਂ ਇਹ ਡਾਇਲੋਗ ਸੁਣਿਆ ਮੇਰੀ ਸਟਾਈਲ ਸਾਰੀ ਸਾਊਥ ਏਸ਼ੀਅਨ ਤੇ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਊਥ ਏਸ਼ੀਅਨ ਸਟੱਡੀ ਜਿਹੜੀ ਹੈ ਮੈਂ ਇਥੇ ਵੈਸੀ ਕੰਟਰੋਵਰਸ਼ੀਅਲ ਕੁਐਸਚਨ ਹੈ ਪਰ ਆਪਾਂ ਆਪਾਂ ਘਰ ਦੇ ਬੰਦੇ ਬੈਠੇ ਆਂ ਪਰ ਗੱਲ ਕਰਨੀ ਚਾਹੀਦੀ ਤੇ ਕਿ ਸਾਊਥ ਏਸ਼ੀਅਨ ਕਮਿਊਨਿਟੀਆਂ ਤੇ ਮੇਰਾ ਇਹ ਡਰ ਹੈ ਪਿਛਲੇ ਅਨ ਸੱਤ ਸਾਲ ਦਾ ਕਿ ਯਾਦ ਰੱਖਿਓ ਇਹ ਕਮਿਊਨਿਟੀਆਂ ਜਿਹੜਾ ਆਈ ਕੇਐਸ ਲੱਗਿਆ ਹੈ ਨਾ ਇਹਨੇ ਬਹੁਤ ਜਲਦੀ ਕਮਿਊਨਿਟੀ ਹੋ ਜੜਾ ਹੈ ਤੇ ਫੇ ਤੁਸੀਂ ਵੇਖਣਾ ਹੈ ਕਿ ਤੁਹਾਡੇ ਨਿਆਣੇ ਇਹ ਨਹੀਂ ਕਹਿਣਗੇ ਕਿ ਸਿੱਖ ਆ ਸੀ ਬੋਧੀਆਂ ਆ ਸੀ ਜੈਨੀਆਂ ਆ ਸੀ ਹਿੰਦੂ ਆ ਉਹ ਕਹਿੰਗੇ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਆ ਸਭ ਕੁਝ ਮਾਈਨਸ ਚਲੋ ਜਦੋਂ ਮੈਂ ਇਹ ਵੇਖਿਆ ਤੇ ਜਿਹੜਾ ਵਕਤਾ ਸੀ ਉਹ ਆਪਣਾ ਵਿੱਚ ਬਿਟਾ ਏ ਉਹ ਕਹਿੰਦੇ ਜੀ ਰਾਜ ਸਿੰਘ ਭੰਡਾਰਾ ਏ ਜਦੋਂ ਭੰਡਾਰਾ ਸ਼ਬਦ ਸੁਣਿਆ ਤੇ ਮੈਨੂੰ ਲੱਗਾ ਕਿ ਕਿਤੇ ਬਾਬਾ ਬੀਰ ਸਿੰਘ ਕ੍ਰਿਸ਼ ਦਾ ਨਾਲ ਨਾਲ ਸਿੰਘਾਂ ਤੋਂ ਵੀਰ ਆ ਪਰ ਕਿਉਂ ਆ ਕੇ ਮੈਂ ਮਸਤੇ ਨਾ ਸੀ ਕਿਉਂਕਿ ਹਰਾਜ ਸਿੰਘ ਪੜਾੜ ਦੇ ਕੋ ਮੈਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਸਾਹਮਣੇ ਬੈਠਾ ਐ ਮੁੰਡਾੜੀ ਇਹਦੀ ਚਿੱਟੀ ਹੋ ਗਈ ਮੈਂ ਮੇਰੇ ਕੋ ਛੋਟਾ ਮੇਰਾ ਵੀਰ ਇਹਦੀ ਚਿੱਟੀ ਹੋ ਗਈ ਮੇਰੀ ਗੱਲ ਜੇ ਕੀਤੀ ਆ ਹੁਣ ਕੀ ਐ ਕਿ ਜਦੋਂ ਇਹਦਾ ਮੇਨ ਟਾਈਮ ਮੈਂ ਮਸਤੇ ਨਾ ਆਇਆ ਕਿ ਮੈਂ ਇਹ ਮੋਬਾਈਲ ਬੰਦ ਕਰ ਲਿਆ ਜਦੋਂ ਬੰਦ ਕਰ ਲਿਆ ਤੇ ਮੈਨੂੰ ਅਫਸੋਸ ਇਹਦਾ ਲੱਗਾ ਕਿ ਮੈਂ ਬਾਬਾ ਵੀਰ ਸਿੰਘ ਕਨੀਚ ਨਾਲ ਜੁੜਦੀ ਜਿਹੜੀ ਤੰਦ ਐ ਉਹ ਆਪਣੇ ਉਤੋਂ ਛੱਡ ਦਿੱਤੀ ਦਵਦਾ ਮੈਂ ਲੰਬਿਆ ਪਰ ਕਿ ਤੁਹਾਨੂੰ ਪਤਾ ਹੈ ਨਾ ਕੋਈ ਵਿਦਨ ਵਾਣਮੇਟ ਉੱਤੇ ਕੱਕ ਬਣਿਆਦਾ ਨਾ ਮੈਨੂੰ ਟੀਵੀ ਦਾ ਪਤਾ ਨਾ ਮੈਨੂੰ ਉਹ ਤੇ ਮੋਬਾਈਲ ਨੰਬਰ ਲੈ ਤੋਂ ਮੈਨੂੰ ਅਫਸੋਸ ਬੜਾ ਲਗਾ ਪਰ ਮੇਰਾ ਇੱਕ ਬੜਾ ਖੂਬਸੂਰਤ ਸਾਇੰਟਿਫਿਕ ਐਨਾਲਿਸਿਸ ਹੈ ਉਹ ਸੰਸਾਰ ਸਾਨੂੰ ਸਾਰਿਆਂ ਨੂੰ ਵਾਪਰਦਾ ਹੈ ਉਹ ਕਹਿੰਦੇ ਜਿਹੜਾ ਮਨੁੱਖ ਦਾ ਮਨ ਹੈ ਨਾ ਇਹ ਇਹ ਚੁੰਬਕ ਹੈ ਬੇਦਰ ਮੇਜ ਚਾ ਰਹਿਣਾ ਇਹ ਆਕਰਸ਼ਣ ਹੈ ਤੇ ਮਨੁੱਖੀ ਮਨ ਤੇ ਨੇਚਰ ਇੱਕ ਦੂਜੇ ਨਾਲ ਜੁਟੇ-ਜੁਟੇ ਹੁੰਦੇ ਨੇ ਜਿਵੇਂ ਮੈਂ ਅੱਜ ਮੈਂ ਕੱਲ ਬਨਾਰਸਾ ਮੈਨੂੰ ਲੈ ਗਏ ਸੀ ਆ ਸਮੁੰਦਰ ਦੇ ਉੱਤੇ ਤੇ ਉੱਤੇ ਬੈਠਿਆ ਅੱਜ ਮੈਂ ਇੱਕ ਵੱਡਾ ਲੇਖ ਲਿਖ ਦਿੱਤਾ ਤੇ ਫੇਸਬੁੱਕ ਤੇ ਪਾਇਆ ਕਿ ਸਮੁੰਦਰ ਦੀ ਧਰਤ ਨਾਲ ਮੁਹੱਬਤ ਜਿਹੜੀ ਹੈ ਨਾ ਉਹ ਦੁਨੀਆ ਦਾ ਪਹਿਲਾ ਇਸ਼ਕੇ ਬਾਤ ਹੈ ਕਿ ਸੁ ਜਿਹੜਾ ਸਮੁੰਦਰ ਹੈ ਨਾ ਧਰਤੀ ਨਾਲ ਮਿਲ ਨਹੀਂ ਆਉਂਦਾ ਹੈ ਤਉ ਰਿੰਦਾ ਹੈ ਪਰ ਜਦੋਂ ਆਉਂਦਾ ਹੈ ਉਸਦੇ ਪੈਰਾਂ ਦਾ ਬੋਸ਼ਾ ਕਰਦਾ ਮ ਉਹਨੂੰ ਪੈਰਾਂ ਨੂੰ ਦੇ ਉਹਦੇ ਨੂੰ ਪਾਰੀ ਕਰਦਾ ਹੈ ਤੇ ਪਾਰੀ ਕਰਨ ਤੋਂ ਬਾਅਦ ਕੀ ਕਰਦਾ ਹੈ ਕਿ ਆਪਣੇ ਵਿਚਲੇ ਜਿੰਨੇ ਖਜਾਨੇ ਨੇ ਹੀਰੇ ਮਾਣਕ ਮੋਤੀ ਮੂੰਗੇ ਉਹਦੇ ਪੈਰਾਂ ਚ ਰਾ ਕੇ ਪਛਾਨ ਮੁਰ ਜਾਂਦਾ ਪਰ ਕੋਈ ਅਵੱਗਿਆ ਨਹੀਂ ਕਰਦਾ ਇੰਨਾ ਸ਼ਾਂਤ ਹੈ ਤੇ ਫਿਰ 15 ਡੇਢ ਅਗਲੇ ਉਹ ਧਰਤ ਦਾ ਮਨਨ ਕਰਦਾ ਹੈ ਤੇ ਮੈਂ ਤੁਹਾਨੂੰ ਮੈਂਨ ਜਨ ਕੀਤਾ ਸੀ ਮੇਰੀ ਫੇਸਬੁੱਕ ਪੇਜ ਤੇ ਜਾ ਕੇ ਵੇਖਿਓ ਕਿ ਇਹ ਮਨਨ ਨਹੀਂ ਬਿਰਤੀ ਔਰ ਤੇ ਸਤਕਾਰ ਦੀ ਬਿਰਤੀ ਸਾਡੇ ਸਮੁੰਦਰ ਵਾਂਗੂ ਕਿਉਂ ਨਹੀਂ ਆਏ ਇਹ ਡਿਫਰੈਂਟ ਕੁਐਸਚਨ ਹੈ ਤੋ ਕੀ ਹੈ ਕਿ ਰਾਜ ਸਿੰਘ ਪੰਡਾੜ ਮੇਰੇ ਤੋਂ ਗੁੰਮ ਹੋ ਗਏ ਇੱਕ ਦਿਨ ਮੇਰਾ ਇੱਕ ਛੋਟਾ ਵੀਰ ਹੈ ਮੇਰਾ ਦੋਸਤ ਰੇਡੀਓ ਹੈ ਦਾ ਟੀਵੀ ਹੈ ਦਾ ਅਨਮਿਊਟ ਤੁਸੀਂ ਸੁਣਿਆ ਹੈਗਾ ਉਹ ਤਾਂ ਮੈਨੂੰ ਫੋਨ ਆਇਆ ਕਿ ਸਰ ਕੋਈ ਅਮਰੀਕਾ ਦੇ ਵੀ ਸੋਰੀ ਕੈਨੇਡਾ ਦੇ ਵਿੱਚ ਲੈਂਗਲੀ ਤੋਂ ਇੱਕ ਮਿੱਤਰ ਹੈ ਮੇਰਾ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਇਫ ਯੂ ਅ ਲੋ ਮੈਂ ਉਹ ਅਸਪੀਰ ਮੈਂ ਕਹਿੰਦਾ ਤੈਨੂੰ ਲੈ ਕਾਉ ਇੰਨਾ ਨਹੀਂ ਪਤਾ ਕਿ ਮੇਰੇ ਲਈ ਆਗਿਆ ਲੈਣ ਦੀ ਲੋੜ ਨਹੀਂ ਹੁੰਦੀ ਜਦੋਂ ਮੈਂ ਪ੍ਰਿਆ ਮੈਂ ਤੁਹਾਡਾ ਮਨ ਜੋ ਕੁਝ ਮੇਰਾ ਹੈ ਉਹ ਇਹ ਇਹਨਾਂ ਦਾ ਹੈ ਕਿਉਂਕਿ ਮੈਂ ਇਥੋਂ ਹੀ ਸਿੱਖਿਆ ਹੈ ਨਾ ਇਹ ਮੈਕਯੂ ਜੂ ਸਕਦੇ ਨਾ ਕੁਦਰਤ ਚ ਸਕਦੇ ਤੋ ਮੈਂ ਕਿਹਾ ਬੂ ਆ ਮੈਨੂੰ ਫੋਨ ਆਇਆ 10 15 ਮਿੰਟ ਮਹੰਦਾਰ ਸਾਹਿਬ ਜੀ ਹੈ ਨਾ ਕਿ ਮੈਨੂੰ ਫੋਨ ਆਇਆ ਯਾਰ ਕਹਿੰਦੇ ਜੀ ਮੈਨੂੰ ਅਨਮਿਊਟ ਵਾਲਿਆਂ ਨੇ ਤੁਹਾਡਾ ਐਡਰੈਸ ਦਿੱਤਾ ਹੈ ਕੈਨ ਆਈ ਟਾਕ ਵਿਦ ਯੂ ਮੈਂ ਵਾ ਇਨ ਆਊਟ ਯੂ ਕੈਨ ਮੈਂ ਦੱਸੋ ਕਹਿੰਦੇ ਅਪੀ ਮੈਨੂੰ ਇੰਡੀਪੈਂਡੈਂਟ ਆਇਡੈਂਟੀਟੀ ਦੇ ਪੈਰਾਮੀਟਰ ਜਿਹੜੇ ਨੇ ਉਹਨਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਇਸ ਦੁਸਾ ਦੇ ਸੰਸਾਰ ਦੇ ਵਿੱਚ ਜਿਹੜਾ ਅਵੇਲੇਬਲ ਲਿਟਰੇਚਰ ਹੈ ਉਹਦੇ ਵਿੱਚ ਨਹੀਂ ਮਿਲਦੀ ਤੇ ਮੈਂ ਉਥੋਂ ਗੱਲ ਸ਼ੁਰੂ ਕਰਨੀ ਚਾਹੁੰਦਾ ਹਾਂ ਕਿ ਆਇਡੈਂਟੀਟੀ ਹੁੰਦੀਆਂ ਕੀ ਨੇ ਇਹਦੇ ਕੋਈ ਪੈਰਾਮੀਟਰ ਤਾਂ ਹੁੰਦੇ ਹੋਣਗੇ ਨਾ ਕਿ ਆ ਚੀਜ਼ਾਂ 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 ਗੱਲ ਦੱਸਣ ਮੈਂ ਕਿਹਤ ਗੱਲੀ ਕੋਈ ਨਹੀਂ ਪਾ ਮੈਂ ਤਨੂਣੇ ਦਾ ਦਿੰਨਾ ਕਿ ਜਨੇਸਕੋ ਦਾ ਇੱਕ ਚਾਰਟਰ ਹੈ ਫਰਜੂ ਆਲਸੋ ਕਿ ਉਹਦੇ ਵਿੱਚ ਇੰਨਾ ਕਲੀਅਰ ਮੈਂਸ਼ਨ ਕੀਤਾ ਹੈ ਕਿ ਜਿਹੜਾ ਇੱਕ ਕਬੀਲਾ ਹੁੰਦਾ ਹੈ ਉਸ ਕਬੀਲੇ ਦੇ ਕੋਲ ਜੇਕਰ ਪੰਜ ਐਲੀਮੈਂਟ ਹੋਣ ਤੇ ਉਹ ਕਬੀਲਾ ਨਹੀਂ ਰਹਿੰਦਾ ਉਹ ਇੰਡੀਪੈਂਡੈਂਟ ਆਇਡੈਂਟੀਟੀਜ਼ ਬਣ ਜਾਂਦਾ ਹੈ ਇਹ ਮੈਨੂੰ ਕਹਿੰਦੇ ਕਿ ਪੰਜ ਐਲੀਮੈਂਟ ਕਿਹੜੇ ਨੇ ਤੋ ਮੈਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਜਿਹੜਾ ਐਲੀਮੈਂਟ ਉਹਨਾਂ ਲਿਖਿਆ ਹੈ ਕਿ ਇਸ ਕਬੀਲੇ ਦਾ ਧਰਮਬਾਨੀ ਹੈ। ਤੋ ਬੜਾ ਕਲੀਅਰ ਹੈ ਕਿ ਸਿੱਕਾ ਕੋ ਕੁਰਾਨ ਸੱਚੇ ਪਾਸ਼ਾ ਯੂਰ ਨੌ ਨਦੇਉ ਤਰਾਦ ਕਰੀ ਨੇ। ਦੂਸਰਾ ਐਲੀਮੈਂਟ ਉਥੇ ਲਿਖਿਆ ਹੈ ਕਿ ਕੀ ਇਸ ਕਬੀਲੇ ਦੀ ਆਪਣੀ ਲਿਪੀ ਹੈ? ਤੋ ਗੁਰਮੁਖੀ ਲਿਪੀ ਇਸ ਧਿਆਰ। ਤੀਜਾ ਉਹਨਾਂ ਲਿਖਿਆ ਹੈ ਕਿ ਕੀ ਇਸ ਕਬੀਲੇ ਦਾ ਆਪਣਾ ਇੰਡੀਪੈਂਡੈਂਟ ਕਲਚਰ ਹੈ? ਕਲਚਰ ਜਿਹੜਾ ਹੈ ਭੈਣੋ ਤੇ ਭਰਾਓ ਬੜਾ ਵੀਕ टर्म ਹੈ ਅਸੀਂ ਕਲਚਰ ਕਲਚਰ ਕਹਿ ਦਿੰਦੇ ਆ ਪਰ ਕਲਚਰ ਨੂੰ ਡਿਫਾਈਨ ਕਰਨਾ ਬਹੁਤ ਔਖਾ ਹੈ ਕਿਉਂਕਿ ਕਲਚਰ ਦੀ ਜਿਹੜੀ ਪਪੂਲਰ ਡੈਫੀਨੇਸ਼ਨ ਹੈ ਕਿ ਜਨਮ ਤੋਂ ਲੈ ਕੇ ਮਰਨ ਤੱਕ ਜੋ ਮਰਹੂ ਕਰਦਾ ਉਹ ਕਲਚਰ ਹੈ ਤੁਹਾਨੂੰ ਭਾਈ ਜਨਮ ਤੋਂ ਲੈ ਕੇ ਮਰਨ ਤੱਕ ਤਾਂ ਹੀ ਬਹੁਤ ਕੁਝ ਕਰਦੇ ਹੋ ਸਾਨੂੰ ਕੀ ਪਤਾ ਹੈ ਕਲਚਰ ਕੀ ਹੈ ਤੋਂ ਮੈਂ ਤੁਹਾਨੂੰ ਨਿੱਕੀ ਜੀ ਗੱਲ ਸਮਝਾਉਣਾ ਕਿ ਜਿਹੜਾ ਜਿਹੜੀ ਜਿਹੜਾ ਜਿਹੜੀ ਮੈਰਿਜ ਸੈਰੇਮਨੀ ਹੈ ਨਾ ਇਟਸ ਨਾਟ ਰਿਲੀਜੀਅਸ ਸੈਰੇਮਨੀ ਇਟਸ ਅ ਕਲਚਰਲ ਸੈਰੇਮੋਨੀ ਤੋ ਕੀ ਹੈ ਕਿ ਪੰਜਾਬ ਦੇ ਵਿੱਚ ਮਾਦਰ ਦੇ ਕਾ ਪੰਜਾਬ ਵਿੱਚ ਤਿੰਨ ਕਮਿਊਨਿਟੀ ਆ ਨੇ ਮੁਸਲਮਾਨ ਨੇ ਹਿੰਦੂ ਨੇ ਸਿੱਖ ਨੇ ਤੋ ਤਿੰਨਾਂ ਦੇ ਵਿਆਹ ਦਾ ਜਿਹੜੀ ਸੈਰੇਮੋਨੀ ਉਹ ਕੋਕਰੀ ਹੈ ਤੋ ਇਸ ਕਰਕੇ ਹੈ ਕਿ ਸਿੱਖਾਂ ਦਾ ਆਪਣਾ ਡਿਸਟਿੰਕਟ ਕਲਚਰ ਹੈ ਐਂਡ ਚੌਥਾ ਕੀ ਇਸ ਕਬੀਲੇ ਕੋਲ ਆਪਣਾ ਧਰਮ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਤੇ ਕੀ ਇਸ ਕਬੀਲੇ ਕੋਲ ਬਾਹਰੀ ਸਰੂਪ ਹੈ 1699 ਦੀ ਵਸਾਕੀ ਤੋ ਇਹ ਪੰਜ ਐਲੀਮੈਂਟ ਸਾਡੇ ਕੋਲ ਨੇ ਇਸ ਕਰਕੇ ਵੀ ਆਰ ਦਾ ਇੰਡੀਪੈਂਡੈਂਟ ਆਇਡੈਂਟੀਟੀ ਤੇ ਇਹ ਕੇਵਲ ਸੰਸਾਰ ਦੇ ਵਿੱਚ 8 ਨੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਮੈਨੂੰ ਪੁੱਛ ਤੇ ਲਿਆ ਮੈਨੂੰ ਆਪਣੀ ਇੰਟਰੋਡਕਸ਼ਨ ਨਹੀਂ ਦਿੱਤੀ ਤੋਂ ਅਗੂ ਇਹਨਾਂ ਕਿਹਾ ਜੀ ਮੈਂ ਰਾਜ ਸਿੰਘ ਪੰਡਾੜ ਵਾਂ ਕਨੀਚਾਂਤ ਨੂੰ ਤੋਂ ਮੈਨੂੰ ਅੱਜ ਵੀ ਯਾਦ ਹੈ ਮੈਨੂੰ ਇਹ ਭੁੱਲੀ ਗਿਆ ਕਿ ਮੈਂ ਮੋਬਾਈਲ ਤੇ ਗੱਲ ਕਰ ਰਿਹਾ ਮੈਨੂੰ ਮੈਂ ਉੱਠ ਕੇ ਬਮਕ ਖੋਲ ਲਿਆ ਮੈਨੂੰ ਲੱਗਾ ਕਿ ਪੰਡਾੜ ਮੇਰੇ ਸਾਹਮਣੇ ਮੈਂ ਕਿਹਾ ਮੈਂ ਤੇ ਤੈਨੂੰ ਯਾਰ ਐਨੇ ਚਿਰ ਤੋਂ ਲੱਭ ਰਿਹਾ ਤੂੰ ਫੁਲਾਣੇ ਵੇਲੇ ਲੈਕਚਰ ਕੀਤਾ ਦਗਵਾਸ ਗਿਆ ਇਕਦੇ ਜਿੰਨੇ ਤੁਸੀਂ ਕਿਉ ਰਾਫ ਸਿੰਘ ਹੋ ਰਿਕੇ ਦੇਖੀ ਤੁਸੀਂ ਮੈਨੂੰ ਕੋਲ ਆ ਪ੍ਰੇਸੀ ਮੈਂ ਕਿਹ ਮੈਕੀਨ ਇਨਫੋਰਮੇਸ਼ਨ ਲੈਣੀ ਆ ਉਹ ਇਨਫੋਰਮੇਸ਼ਨ ਜਿਹੜੀ ਹੈ ਮੇਰੇ ਲਈ ਬਹੁਤ ਵੱਡਾ ਟਾਸਕ ਹੈ ਕਿ ਤੁਹਾਡੇ ਪਿੰਡ ਦਾ ਬਾਬਾ ਵੀਰ ਸਿੰਘ ਕਨੇਚ ਹੈ ਗਦਰੀ ਬਾਬਾ ਤੋਂ ਮੈਨੂੰ ਉਹਦੇ ਬਾਰੇ ਇਨਫੋਰਮੇਸ਼ਨ ਅੱਗੇ ਰਾਜ ਸਿੰਘ ਪੰਡਾਲਾ ਅਸਕੇ ਬੋਲਿਆ ਉਹ ਲਓ ਬਾਬਾ ਜੀ ਕੀ ਗੱਲ ਕਰਦੇ ਹੋ ਰਾ ਬਾਬਾ ਵੀਰ ਸਿੰਘ ਕਨੇਚ ਤੇ ਮੇਰੇ ਦਾਦਾ ਜੀ ਨੇ ਉਹ ਤੀਰਾ ਮੈਂ ਕੀ ਪੜਾ ਦੇ ਕਿ ਕੁਦਰਤ ਦਾ ਜਿਹੜਾ ਤਾਂ ਕੀ ਹੈ ਇੱਕ ਇੱਕ ਕੁਦਰਤ ਦਾ ਜਿਹੜਾ ਨਿਯਮ ਹੈ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਚੁੰਬਕ ਜਦੋਂ ਤਾਰੇ ਚੁੰਕ ਦੇ ਵਿੱਚ ਮੰਨ ਦੇ ਵਿੱਚ ਆਵਾਜ਼ ਪੈਦਾ ਹੋ ਗਈ ਨਾ ਇਹ ਤੇ ਕੁਦਰਤ ਨੇ ਆਪਣੇ ਆਪ ਜਿਹੜੀ ਬਿਰਤੀ ਸਥੀ ਹੈ ਰਿਮੈਂਬਰ ਕਰਕੇ ਵੇਖ ਲਓ ਪ੍ਰੈਕਟਿਸ ਇਹ ਕੋਈ ਮੈਂ ਚਮਤਕਾਰ ਨਹੀਂ ਕਹਿ ਰਿਹਾ ਇਟਸ ਨਾਟ ਅ ਮਿਰਕਲ ਆਈ ਨੈਵਰ ਬਲੀਵ ਇਟ ਅ ਮਿਰਕਲ ਪਰ ਕੁਦਰਤ ਜਿਹੜੀ ਆ ਉਹ ਜੇ ਚੰਬੇ ਕਰ ਦਿੰਦੀ ਹੈ ਕਰ ਦਿੰਦੀ ਹੈ ਤੇ ਬਾਣੀ ਦੇ ਵਿੱਚੋਂ ਜਿਹੜਾ ਬੜੀ ਪ੍ਰੋਡ ਤੈਦੀ ਹੋ ਜਾਂਦੀ ਹੈ ਕਿ ਜੈਸਾ ਸੀਵੇ ਤੈਸਾ ਹੋਈ ਤਾਂ ਦੀ ਬ੍ਰਿਟਿਸ਼ ਉਹ ਚਾਹੀਦੀ ਹੈ ਤੁਸੀਂ ਕੁਝ ਮੰਗ ਕੇ ਵੇ ਰੋ ਯਾਰ ਬਲਦਾ ਮੈਂ ਦਾਵੇ ਨਾ ਕਿ ਮੈਨੂੰ ਫਲ ਹੋਈ ਤੇ ਮੈਂ ਆਉਂਦਾ ਨਹੀਂ ਨਤੀਜੇ ਵੀ ਨਹੀਂ ਦੇ ਕਿ ਜੇ ਇਹ ਉਹ ਜ ਨਹੀਂ ਵਾਪਰਦਾ ਕਿਉਂਕਿ ਮੈਂ ਬਾਬਾ ਬੀਰ ਸਿੰਘ ਕਨਾਈ ਗਣੇਸ਼ વિશે ਪਾਗਲ ਹੋ ਜਾਂਦਾ ਸੀ ਤੇ ਉਹ ਵਿਦਨ ਮਦਰ ਡੇਜ਼ ਮੈਨੂੰ ਬਾਬਾ ਬੀਰ ਸਿੰਘ ਪ੍ਰੀਤ ਕਨਿਸ਼ ਦਾ ਕਰ ਲੱਭ ਗਿਆ ਪੰਦਰਾ ਲੱਭ ਗਿਆ ਚਲੋ ਮੈਂ ਆਪਣਾ ਲੈਕਚਰ ਜਿਹੜਾ ਸੀ ਆਯਾ ਅਮਰੀਕਾ ਆ ਅਮਰੀਕਾ ਤੋਂ ਮੈਂ ਆਪਣਾ ਲੈਕਚਰ ਡਿਲੀਵਰ ਕੀਤੇ ਦੋ ਤਿੰਨ ਵਕਤ ਥਾਂ ਮੇਰੇ ਵਾਕ ਕੋ ਲੈਕਚਰ ਸੀ ਮੈਂ ਰਾਜ ਸਿੰਘ ਨੂੰ ਫੋਨ ਕੀਤਾ ਕਿ ਮੈਂ ਵੈਨਪੁਰ ਇਸ ਦਿਨ ਨੂੰ ਪਹੁੰਚ ਜਾਣਾ ਹੈ ਮੇਰਾ ਸਟੇ ਇੱਥੇ ਹੋਏਗਾ ਅਗਲਾ ਦਿਨ ਜਿਹੜਾ ਇਹ ਸਾਰਾ ਤੁਹਾਡਾ ਜੋ ਗੱਲ ਪੁੱਛਣੀ ਹੈ ਆਪਾਂ ਕਰ ਲਾਂਗੇ ਸਵੇਰੇ ਜੇ ਮੈਂ ਨਾ ਸੁੱਤਾ ਨਹੀਂ ਸੁੱਟਿਆ ਤੇ ਰਾਜ ਸਿੰਘ ਪਢਾੜ ਹੋਰਾਂ ਦਾ ਫੋਨ ਆ ਗਿਆ ਮੈਂ ਜੀ ਚੱਲ ਪਿਆ ਮੈਂ ਜਲਦੀ ਜਲਦੀ ਤਿਆਰ ਹੋ ਕੇ ਮੈਂ ਮੈਂ ਬਾਹਰ ਆਉਣਾ ਤੇ ਮੈਂ ਉੱਥੇ ਖੜਾ ਸੀ ਤੇ ਅਸੀਂ ਕਿਹੜਾ ਇੱਕ ਦੂਜੇ ਨੂੰ ਵੇਖਿਆ ਨਹੀਂ ਸੀ ਕਾਰ ਰੁਗੀ ਤੇ ਮੈਨੂੰ ਲੱਗਾ ਕਿ ਰਾਜ ਸਿੰਘ ਮਢਾਲੇ ਹੀ ਹੋ ਸਕਦਾ ਤੋ ਇੱਕ ਮਲ ਰਾਜ ਸਿੰਘ ਮਢਾਲਣ ਸਾਡੇ ਸਾਹਮਣੇ ਬੈਠਾ ਹੱਸਦਾ ਗੱਭਰੂ ਜਿਹੜੋ ਮੇਰੇ ਆ ਲਾਇਆ ਨਾ ਤੇ ਮੈਨੂੰ ਜੱਪੀ ਵਾਲੀ ਮੈਂ ਰਾਜ ਸਿੰਘ ਮਢਾਲ ਕੇ ਦਾ ਆ ਵੇਖੋ ਮੈਂ ਤੁਹਾਨੂੰ ਲੱਭ ਲਿਆ ਅਸੀਂ ਉਸ ਦਿਨ ਲਗਭਗ ਸਾਰਾ ਦਿਨ ਇਕੱਠੇ ਬੀਤੇ ਰਾਤ ਪੈ ਗਈ ਰਾਜ ਸਿੰਘ ਪੰਡਾੜ ਦਾ ਮੈਨੂੰ ਅਜੀਬ ਇੱਕ ਸ਼ਬਦ ਜਾਦਾ ਕਿਹਾ ਦਾ ਬਾਬਾ ਜੀ ਟਾਈਮ ਜ਼ਿਆਦਾ ਲੈ ਲਿਆ ਤੁਹਾਡਾ ਤੋਂ ਮੈਂ ਇੱਕ ਸ਼ਬਦ ਬੋਲ ਰਿਹਾ ਸੀ ਮੈਂ ਕਿਹਾ ਜਦੋਂ ਮਜਾਜ ਤੋਂ ਹਕੀਕ ਦਾ ਸਬਰ ਤੈ ਕਰਨਾ ਹੋਵੇ ਨਾ ਇਸ਼ਕ ਮਜਾਜੀ ਤੇ ਇਸ਼ਕ ਹਕੀਕੀ ਇਸ਼ਕ ਨੂੰ ਮੈਂ ਲਾਹਤਾ ਕਿ ਜਦੋਂ ਮਜਾਜ ਤੋਂ ਹਕੀਕ ਤੱਕ ਦਾ ਸਬਰ ਤੈ ਹੋ ਜੇ ਤੇ ਫਿਰ ਟਾਈਮ ਦੇ ਕੋਈ ਅਰਥ ਨਹੀਂ ਰਹਿੰਦੇ ਤੋ ਮੇਰਾ ਤੇ ਪੰਡਾਲ ਦਾਜ ਦਾ ਮੈਂ ਇਸ ਕਰਕੇ ਜ਼ਿਆਦਾ ਕਹਿ ਰਿਹਾ ਰਾਜ ਸਿੰਘ ਪੰਡਾਰ ਕਿਉਂਕਿ ਤੁਹਾਡਾ ਜੀ ਬੇਟਾ ਨਹੀਂ ਤੇ ਮੈਂ ਰਾਜ ਤੋਂ ਮੇਰਾ ਨਹੀਂ ਨੂੰ ਬੋਲਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਮੈਂ ਵਿਸ਼ੇਸ਼ਣ ਲਾਉਂਗਾ ਤੇ ਮੇਰੀ ਮੁਹੱਬਤ ਸ਼ਾਇਦ ਥੋੜੀ ਡਾਕ ਮਗਾਵੇ ਤੋ ਰਾਜ ਨਾਲ ਮੇਰਾ ਇਹ ਪਹਿਲੀ ਮੁਲਾਕਾਤ ਅਗਲੇ ਦਿਨ ਦੀ ਮੈਂ ਤੁਹਾਨੂੰ ਜਿਹੜੀ ਗੱਲ ਸੁਣਾ ਕਿ ਮੈਂ ਕਿਤਾਬ ਤੇ ਕਪਤਾ ਤੇ ਆਉਣਾ ਕਿ ਕਿਵੇਂ ਵਰਤਾਰਾ ਵਾਪਰਦਾ ਮੈਨੂੰ ਇਹ ਕਹਿੰਦੇ ਕਿ ਮੈਂ ਤੁਹਾਨੂੰ ਕੁਝ ਕਿਤਾਬਾਂ ਵੰਡ ਆਣੀਆਂ ਮੈਨੂੰ ਲੱਗਾ ਕਿ ਚਲੋ ਕਿਤਾਬਾਂ ਹਰ ਸਿੱਖ ਨੂੰ ਇਹ ਹੁੰਦਾ ਹੈ ਕਿ ਯੂਨੀਸਿਟ ਤੋਂ ਆ ਇਹਨੂੰ ਕਿਤਾਬਾਂ ਦੇ ਕਾਲੀਏ ਫਿਰ 10 ਕਿਤਾਬਾਂ ਰੱਖੀਆਂ ਹੋਣੀਆਂ ਪੜ੍ਹਨ ਲਈ ਆਪਣੇ ਘਰ ਮੈਂ ਜਦੋਂ ਬਖਸ਼ੀਸ਼ਾ ਇਹਨਾਂ ਤੇ ਵਾਇਗਰੂ ਦੀ ਅ ਉਹ ਇੱਕ ਟਾਟਾ ਕਹਰੇ ਤੇ ਘਰ ਦਾ ਜਿਹੜਾ ਥੱਲੇ ਵਾਲਾ ਪੋਸ਼ਣ ਹੈ ਜਦੋਂ ਅਸੀਂ ਉੱਥੇ ਗਏ ਤੇ ਜੋ ਜਰਖੇਜ ਵੜਾ ਅ ਬਤ ਮੈਨੂੰ ਪਤਾ ਨਹੀਂ ਬਤਾਕ ਨਹੀਂ ਗਿਆ ਨਾ ਰਾਜ ਸਿੰਘ ਪੰਡਾੜ ਦੇ ਘਰ ਪਈ ਹੈ ਇਟਸ ਬਾਈ ਫਰੰਸੇਟ ਇਹ ਬਰਨ ਰੈਡੀ ਹੋ ਜਾਊਗਾ ਵੀ ਕੋ ਮਤੂੰ ਮੈਂ ਲਟਾਏਗਾ ਮੇਰਾ ਸਮਾਨ ਕਿ ਕਿ ਨੌਰਥ ਨਾ ਅਮਰੀਕਾ ਦੇ ਵਿੱਚ ਸਿੱਖਾਂ ਨਾਲ ਸੰਬੰਧਤ ਕੋਈ ਯੂਨੀਵਰਸਿਟੀ ਹੋਵੇ ਕੋਈ ਕਹਿੰਦਾ ਘੋਂਦਾ ਗੁਰਦੁਆਰਾ ਹੋਵੇ ਕੋਈ ਕਹਿੰਦਾ ਘੋਂਦਾ ਸਿੱਖ ਹੋਵੇ ਉਹਦੇ ਕੋਲ ਮਿੱਤਰੋ ਇਹੋ ਜੀ ਨਹੀਂ ਹੈਗੀ ਜੇ ਕਿਸੇ ਵਿਦਿਆਰਥੀ ਨੇ ਰਿਸਰਚ ਕਰਨਾ ਮੈਂ ਨਹੀਂ ਮੈਨੂੰ ਨਹੀਂ ਪਤਾ ਦਿੰਦਾ ਕਿ ਨਹੀਂ ਦਿੰਦਾ ਕੰਟੈਕਟ ਦੇ ਮੈਂ ਰਾਸਿਕ ਪੜਾਅ ਦੇ ਕਰ ਉਹੋ ਜਿਹੀ ਚੀਜ਼ਾਂ ਵੇਖੀਆਂ ਇੱਕ ਦਾ ਜ਼ਿਕਰ ਕਰ ਦੇਣਾ ਕਿਉਂਕਿ ਕੰਜੂਸ ਬਹੁਤ ਹੈ ਕਿਤਾਬ ਦੇ ਮਾਮਲੇ 'ਚ ਇੱਕ ਕਿਤਾਬ ਮੈਂ ਵੇਖੀ ਕਿ ਉਹ ਕਿਤਾਬ ਦੁਨੀਆ ਦੇ ਵਿੱਚ ਇਕੋ ਹੀ ਰਹਿ ਗਈ ਹੈ ਇੱਕੋ ਗੌਰ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀ ਹੈ ਮਹਾਰਾਜਾ ਰਣਜੀਤ ਸਿੰਘ ਐਗਜ਼ਿਸਟ ਕਰਦੇ ਨੇ ਜੇ ਸੰਗਰੇਜ਼ ਨੇ ਲਿਖੀ ਉਹਨੇ ਟਾਈਪ ਤੇ ਕਰ ਲਈ ਪਰ ਟਾਈਪ ਕਰਨ ਉਪਰੰਤ ਉਹ ਗੁਜ਼ਰ ਗਿਆ ਉਹ ਕਿਤਾਬ ਪਬਲਿਸ਼ ਨਹੀਂ ਹੋਈ ਹੁਣ ਉਹ ਕਿਤਾਬ ਜਿਹੜੀ ਹੈ ਅ ਅ ਮਰਕਲ 11000 ਡਾਲਰ ਦੀ ਨੇ ਖਰੀਦੀ ਹੈ ਤੇ ਅੱਜ ਉਹਦੀ ਕੀਮਤ ਲੱਖਾਂ ਡਾਲਰ ਹੈ ਜੇ ਕਿਤੇ ਉਹ ਪਬਲਿਕ ਡੋਮੇਨ ਦੇ ਵਿੱਚ ਆ ਜੇ ਕਿ ਨੂੰ ਪਤਾ ਲੱਗ ਜੀ ਇਹੋ ਜਿਹਾ ਇੱਕ ਨੇ ਇਹ ਇੱਕ ਮੈਂ ਸਟਾਰਟ ਦੀ ਗੱਲ ਕੀਤੀ ਹੈ ਕਿ ਜਿਹੜਾ ਯਾਰ ਇਹੋ ਜਿਹਾ ਵਰਤਾਰਾ ਮੈਂ ਹੈਰਾਨ ਰਹਿ ਗਿਆ ਸੀ ਸਾਰਾ ਦਿਨ ਉਸ ਦਿਨ ਇੰਜ ਲਾਇਆ ਮੈਂ ਪਹਿਲਾਂ ਉਹ ਕਿਹਾ ਕਿ ਮਰ ਸਤਿ ਦਾ ਵਿਦਿਆਰਥੀਆਂ ਮੇਰੇ ਲਈ ਤੇ ਉਹ ਜਰਖੇਜ ਖਜ਼ਾਨਾ ਸੀ ਪਰ ਮੈਂ ਰਾਜਦੇਸ਼ ਸੁਭਾਤੋਂ ਕਿ ਕਿਤਾਬ ਮੈਨੂੰ ਦਿਖਾ ਕੇ ਮੁੜ ਕੇ ਉਸੇ ਵੜੇ ਇੰਜ ਕਰਕੇ ਉਹ ਤੇ ਰੱਖਾ ਮੈਂ ਕਿਹਾ ਬੰਦੇ ਨੇ ਕਿਤਾਬ ਨਹੀਂ ਦੇਣੀ ਮੈਨੂੰ ਤੇ ਮੈਂ ਮੰਗਣੀ ਨਹੀਂ ਤੀਜ ਬੇ ਕੈਪੀਟ ਬੋਇਨੇ ਸ੍ਰੀਮੈਮੇਬਾ ਉਹਦਾ ਜੇ ਬਾਬੇ ਵੀਰ ਸਿੰਘ ਕਨੀਜ ਦਾ ਪੋਤਰਾ ਲੱਭ ਲਿਆ ਤੇ ਕਿਤਾਬਾਂ ਮਿਲੇ ਪਿਛਲੇ 3 ਮਹੀਨੇ ਤੋਂ ਇਸ ਬੰਦੇ ਨੇ ਨਾਮ ਇਹਨੂੰ ਪੜਨ ਦਿੰਦਾ ਨਾਮ ਇਹਨੂੰ ਲਿਖਣ ਦਿੰਦਾ ਮੇਰਾ ਪ੍ਰੋਜੈਕਟ ਰੁਕੇ ਨੇ ਪਏ ਨੇ ਮੇਰੀਆਂ ਕਿਤਾਬਾਂ ਰੁਕੀਆਂ ਪਈਆਂ ਨੇ ਸਵੇਰੀ ਉੱਠ ਕੇ ਬੈਲ ਅਲਾਉਂਦਾ ਹੈ ਟੈਲੀਫੋਨ ਤੇ ਫਿਰ ਮੈਨੂੰ ਵੀ ਭੁੱਲ ਜਾਂਦਾ ਹੈ ਕਿ ਕੀ ਅੱਗੇ ਤੋਂ ਅੱਗੇ ਹੀ ਚਲੇ ਜਾਂਦੇ ਆ ਤੋ ਕੀ ਕਹਿ ਗਿਆ ਕਿ ਮੈਂ ਪਿਛਲੇ ਮੇਰੇ ਖਿਆਲ ਸਮੇਂ ਦੇ ਵਿੱਚ ਜਿਹੜੀਆਂ ਕਿਤਾਬਾਂ ਭੇਜੀਆਂ ਨਾ ਇਧਰ ਡਾਕਟਰ ਸਾਹਿਬ ਉਹਨਾਂ ਨੂੰ ਭੇਜਣ ਦੀ ਜਿਹੜੀ ਟਿਕਟ ਦੀ ਕੀਮਤ ਤਾਂ 1.5 ਲੱਖ ਤੋਂ ਉੱਪਰ ਹੈ ਕਿਤਾਬਾਂ ਕਿੰਨੇ ਦੀਆਂ ਹੋਣਗੇ ਠੀਓ ਇਮੇਜਿਨ ਕਰ ਲੋ ਹਰ ਪਿਛਲੇ ਦਿਨ ਬਿਲਟੀ ਇਥੇ ਹਰ ਅਰੇ ਹਰ ਬੂ ਬੂ ਪੁਸਤਕਾਂ ਜਿਹੜੀਆਂ ਨੇ ਉਹ ਕੀਤੀਆਂ ਚਲੋ ਮੈਂ ਆਪਣੇ ਰਾਜ ਸਿੰਘ ਉਹ ਪੰਡਾਲ ਸਾਡੇ ਬੀਜੀ ਮਦਰ ਇਹਨਾਂ ਦੇ ਉਹਨਾਂ ਦੇ ਰਿਸ਼ਤੇ ਦੇ ਵੀ ਜੁਣਾ ਦੇ ਪੇਟ ਤੋਂ ਇੱਕ ਲੜਕੀ ਮੇਰੇ ਮੇਰੇ ਕੋ ਕੰਮ ਕਰਦੀ ਹੈ ਡਾਕਟਰ ਸੰਦੀਪ ਕੌਰ ਇਹ ਹੁਣੀ ਮੰਨਪ੍ਰੀਤ ਜੇਕਰ ਕਰਕੇ ਕੀਤੀ ਮੰਨਪ੍ਰੀਤ ਨੂੰ ਪਤਾ ਹੈ ਕਿ ਮੇਰਾ ਤੇ ਪੰਡਾਲ ਦਾ ਜਿਹੜਾ ਰਿਸ਼ਤਾ ਹੈ ਰਾਜ ਦਾ ਉਹ ਕਿੰਨਾ ਡੀਪ ਹੈ ਤੇ ਡਾਕਟਰ 'ਚ ਜਾ ਕੇ ਮੈਂ ਆਫਸਰ ਬਣ ਜਾਣਾ ਕਿ ਨਹੀਂ ਤੇ ਕੰਮ ਨਹੀਂ ਕਰਦੇ ਹਾਲਾਂਕਿ ਅਮਲਜੋਤ ਨੇ ਦੱਸ ਵੀ ਦਿੱਤਾ ਕਿ ਆਫਸਰੀ ਮੇਰੀ 15 ਮਿੰਟਰੀ ਦੀ ਵੇਮਾਸ ਪਈ ਨਾ ਉਦੋਂ ਨੁਕਸਾਨ ਵੀ ਆ ਫਾਇਦਾ ਵੀ ਆ ਕਿ ਦੁਨੀਆ ਦੇ ਹਰ ਕਿੱਤੇ ਦੇ ਵਿੱਚ ਮੇਰਾ ਵਿਦਿਆਰਥੀ ਹੈ ਤੇ ਉਹ ਮੈਂ ਆਪਣੇ ਨਾਲ ਲੈ ਕੇ ਆਉਣਾ ਵਾਂ ਤੇ ਮੇਰਾ ਹਰ ਦੇਸ਼ ਦੇ ਵਿੱਚ ਘਰਾ ਹੈ ਤਾਂ ਕੀ ਹੈ ਕਿ ਮੈਨੂੰ ਸੰਦੀਪ ਨੇ ਕਿਹਾ ਸਰ ਮੈਂ ਇੱਕ ਗੱਲ ਕਰਨੀ ਹੈ ਇੱਕ ਖਰੜਾ ਦਗਾਉਣਾ ਮੈਂ ਕਿਹਾ ਕੀ ਅਜੇ ਨਹੀਂ ਟਾਈਮ ਜਾਓ ਠਹਿਰ ਜਾਓ ਉਠੇ ਕਹਿੰਦੇ ਖਰੜਾ ਜਿਹੜਾ ਇਹ ਰਾਜ ਸਿੰਘ ਪੜਾੜਦਾ ਹੈ ਮੈਂ ਕਿਹਾ ਕੀ ਕਿਹਾ ਕਹਿੰਦੀ ਜੋ ਤੁਸੀਂ ਸੁਣਿਆ ਇਦੇ ਵਿੱਚ ਉਹਨੇ ਮੈਂਸ਼ਨ ਕੀਤਾ ਹੈ ਮੈਂ ਕਿਹਾ ਵਜਾ ਵਜਾ ਮੈਂ ਮਿਠਾਲ ਕੇ ਮੈਂ ਇੱਕੇ ਡੀਕ ਦੇ ਵਿੱਚੋਂ ਖੜਾ ਜਿਹੜਾ ਸੀ ਉਹ ਜਦੋਂ ਪੀਤਾ ਕੋਈ 1:3 ਵਜਾ ਆਊਗਾ ਮੈਨੂੰ ਪਤਾ ਸੀ ਕਿ ਕੈਨੇਡਾ ਉਸ ਵੇਲੇ ਸਾਰਾ ਸੁੱਤਾ ਹੁੰਦਾ ਪਰ ਮੇਰੀ ਉਤਸੁਕਤਾ ਕਿੰਨੀ ਹੁੰਦੀ ਸੀ ਮਹਾਰਾਜ ਨੂੰ ਫੋਨ ਲਾ ਦਿਆ ਉਹਨ ਚੋਕਲੇਆ ਸਰਦਾਰ ਨੇ ਤੇ ਮੈਂ ਕਿਹਾ ਕਿ ਤੇਰੀ ਹਿੰਮਤ ਕਿਵੇਂ ਪਈ ਮੈਨੂੰ ਇਹ ਨਾਂ ਦੱਸਣ ਦੀ ਕਿ ਤੂੰ ਕਵਤਾ ਲਿਖਦਾ ਰਾਜ ਸਿੰਘ ਉਹ ਜੱਡੂ ਡਾਕਟਰ ਬਾਬਾ ਜੀ ਕਵਤਾ ਤੇ ਮੈਂ ਮੈਂ ਕਿਹਾ ਕਿ ਤੂੰ ਮੇਰ ਨਾਲ ਚਲਾਕੀਆਂ ਨਾ ਕਰ ਮੈਨੂੰ ਭੰਦਾ ਬਣ ਕੇ ਦੱਸ ਕਿ ਤੂੰ ਇਹ ਉਸ ਸਮੇਂ ਦੇ ਵਿੱਚ ਮੇਰ ਕੋ ਲੁਕਾਇਆ ਕਿਉਂ ਉਹ ਨਹੀਂ ਡਾਕਟਰ ਸਾਹਿਬ ਜੀ ਕਦੀ ਮੈਂ ਸਕੂਲ ਨਹੀਂ ਗਿਆ ਤੇ ਮੈਨੂੰ ਕਵਤਾ ਕਹਰੇ ਜੋ ਲਿਖੀ ਹੈ ਮੈਂ ਕਿਹਾ ਹੋਰ ਦੱਸ ਛਾਡੇ ਸਨ ਤੁਮ ਨੂੰ ਇਹ ਦੱਸ ਕੇ ਭਾਈ ਵੀਰ ਸਿੰਘ ਤੇ ਪ੍ਰੋਫੈਸਰ ਪੂਰਨ ਸਿੰਘ ਕਿਨਗਨੇਟ ਕੇ ਪੜਿਆ ਉਹ ਨਹੀਂ ਜੀ ਕਹਿੰਦਾ ਮੈਂ ਤੇ ਨਾ ਹੀ ਤੁਹਾਡੇ ਕੋ ਸੁਣਿਆ ਉਹ ਜੋ ਬਨ ਜਾਣਦਾ ਕਿ ਆਪਣੇ ਕਵੀ ਹੁੰਦੇ ਸੀ ਮੈਨੂੰ ਫਿਰ ਲੱਗਾ ਕਿ ਇਹ ਠੀਕ ਨਹੀਂ ਦੱਸ ਰਿਹਾ ਜ਼ਾਸ ਸਿੰਘ ਪੰਡਾਰ ਦੀ ਕਵਿਤਾ ਦੇ ਵਿੱਚ ਜਦੋਂ ਮੈਂ ਖੋਬਿਆ ਮੈਂ ਅਸ ਨੂੰ ਵੇਖਿਆ ਕਿਉਂਕਿ ਲਿਟਰੇਚਰ ਦੇ ਵਿੱਚ ਸਭ ਤੋਂ ਔਖਾ ਸਾਹਿਦ ਦਾ ਜਿਹੜਾ ਹਿੱਸਾ ਆਇਓ ਕਪਤਾ ਹੈ ਹਾਲਾਂਕਿ ਬਾਣੀ ਨੂੰ ਅਸੀਂ ਕਪਤਾ ਨਹੀਂ ਕਹਿੰਦੇ ਬਾਣੀ ਨੂੰ ਕਪਤਾ ਕਹਿ ਨਹੀਂ ਸਕਦੇ ਅਸੀਂ ਕੋ ਤੇ ਅਲਾਹੀ ਨਾਦ ਹੈ ਪਰ ਉਹਦਾ ਰੂਪ ਕਪਤਾੜਾ ਹੈ ਤੋਂ ਕੀ ਹੈ ਕਿ ਸਾਨੂੰ ਬਾਣੀ ਨੂੰ ਅੰਡਰਸਟੈਂਡ ਕਰਨ ਲਈ ساری ਉਮਰ ਮੈਨੂੰ ਪੜਤੇ ਪੜਾਉਂਦੇ ਨੂੰ ਹੋ ਗਏ ਨੇ ਬਾਣੀ ਦਾ ਵਿਦਿਆਰਥੀ ਚਲੋ ਜਿਹਦਾ ਵਿਦਿਆਰਥੀਆਂ ਬਾਣੀ ਦਾ ਵਿਦਿਆਰਥੀਆਂ ਪਰ ਅਜੇ ਤੱਕ ਵੀ ਮੈਂ ਪੂਰਾ ਪੂਰੀ ਨਹੀਂ ਕਰ ਸਕਿਆ ਤੂੰ ਜਦੋਂ ਮੈਂ ਰਾਜ ਸਿੰਘ ਦੀ ਪਤਾਰ ਦੀਆਂ ਕਵਿਤਾ ਦੀ ਗੱਲ ਸ਼ੁਰੂ ਕੀਤੀ ਤੇ ਜਿਹੜੀ ਮੈਂ ਹੁਣ ਤੁਹਾਨੂੰ ਕੁਝ ਇੱਕ ਬੰਦ ਜਿਹੜੇ ਨੇ ਉਹ ਮੈਂ ਤੁਹਾਨੂੰ ਸੁਣਾਉਣੇ ਚਾਹਾਂਗਾ ਕਿਉਂ ਕਵਿਤਾ ਕਿਵੇਂ ਅੰਦਰ ਉਤਰਦੀ ਹੈ ਪਰ ਉਹ ਉਤਰੂਗੀ ਤਾਂ ਜੇਕਰ ਸਾਡੇ ਕੋਈ ਸਮਰੱਥਾ ਹੋਏਗੀ ਬ੍ਰੇਕਟਾ ਹਟਾਉਣ ਦੀ ਜਦੋਂ ਮੈਂ ਇਹ ਇਹਨੂੰ ਜਵਾਨੀ ਯਾਦ ਆ ਸਾਰਾ ਮੰਨੇ ਜਾਂ ਨਾ ਮੰਨੇ ਮੈਂ ਇਹਨੂੰ ਕਿਹਾ ਕਿ ਰਾਜ ਸਿੰਘ ਤੇਰੀ ਹਿੰਮਤ ਕਿਵੇਂ ਪਈ ਯਾਰ ਤੂੰ ਮੈਨੂੰ ਬਿਲਕੁਲ ਲਗਾ ਕੇ ਰੱਖਿਆ ਤੋਂ ਇਹਨੇ ਇੱਕ ਕਵਤਾ ਦਾ ਬੰਦ ਸੁਣਾਇਆ ਸੀ ਮੈਂ ਇਹਦੇ ਵਿੱਚ ਇੱਕ ਤਰ੍ਹਾਂ ਦੇ ਵਿੱਚ ਤੁਸੀਂ ਅੱਜ ਕਰਿਓ ਕਵਤਾ ਤਾਂ ਤੁਹਾਰੇ ਹੁੰਦੇ ਜਾਣੀਆਂ ਨੇ ਕਵਤਾ ਪੜ੍ਹਨ ਤੋਂ ਪਹਿਲਾਂ ਮੇਰੀ ਭੂਮਿਕਾ ਲਿਖੀ ਹੋ ਕਿ ਇਹਨਾਂ ਮੈਂ ਕਿੰਨੀਆਂ ਕਿਰਕਾ ਮਾਰੀਆਂ ਹੋਣਗੀਆਂ ਉਹ ਸਾਰੀਆਂ ਮੈਂ ਮੈਂਸ਼ਨ ਕਰ ਤਾ ਰਾਜ ਸਿੰਘ ਪੜ੍ਹਾਣ ਦੇ ਮੈਨੂੰ ਮੈਂ ਕਿਹਾ ਕਿ ਆਖਰ ਰਾਜ ਸਿੰਘ ਨੇ ਗੱਲਬਾਤ 'ਚ ਥੋੜਾ ਵਿਰਾਮ ਲਿਆ ਗੱਲਬਾਤ 'ਚ ਥੋੜਾ ਰੁਕ ਗਿਆ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਹੋਰ ਹੋਰ ਲਗਾਉਣ ਦਾ ਕੋਈ ਫਾਇਦਾ ਨਹੀਂ ਹੈ ਫਿਰ ਉਸ ਤੇ ਬੋਲ ਮੇਰੇ ਕੰਨਿ ਪਏ ਅਸੀਮ ਬਖਸ਼ਿਸ਼ ਜਾਂ عناਇਤ ਕੋਈ پاک ਸਿਰਤ ਨਦਰ ਕੋਈ ਹੁਣ پاک ਸਿਰਤ ਕੀ ਹੈ ਯਾਰ پاک ਸਿਰਤ ਨਦਰ ਹੋਈ پاک ਸਿਰਤ ਦਾ ਹੈ ਕੀ ਇਹ ਤੇ ਅੰਬਰਾ ਤੋਂ ਉਸਰੇ ਜਿਹੜੇ ਹੋਰ ਉਹਮ ਨਾਲ ਉਹ ਸਤ ਨਹੀਂ ਬਲੂਗਣ ਆ ਤੇ ਕਪ ਪੋਪ ਯੇ ਨਹੀਂ ਸੰਨ ਯਾ ਨਾ ਨਵਾਂ ਯਾ ਤੋਂ ਇਹ ਹੋਰੇ ਤੰਬਾਏ ਕਿ پاک ਸੀਰਤ ਨਦਰ ਹੋਈ ਨਦਰ ਬਖਸ਼ਿਸ਼ ਕਿ پاک ਸੀਰਤ ਯਾਰ ਮੇਰੀ ਨਹੀਂ ਨਗੀ ਇਹ ਤੇ ਅੰਬਰਾ ਚ ਨਦਰ ਹੋਈ ਤੇ ਈੜਾ ਆਥਾਪ ਦੇ ਪਾਸ਼ਾਹੀ ਹੈ ਨਾ ਲਸ਼ਕਰ ਕਰਿਸ਼ਤ ਵਾ ਇਹ ਤੇ ਬਖਸ਼ਿਸ਼ ਦਾ ਕਰ ਤੇ ਮੈਂ ਆਸ ਪਿਆ ਤੇ ਕਿਹਾ ਯਾਰਾ सचमुच पातशाह तेरे हथों जो, जो वड्डा कराने आप तो उठ्या है मैं इस दोस्तों जिम्मे दस्या है ए, मे, मे, ए, क्योंकि तुम तो मेरे अपने जो मेरा परिवार जो इस करके मैं इट्स नॉट मै जीगो कि मैं बहुत लिखिया है बेअंत लिखिया है मतलब बबे दी कृपा नुड़ी गुड़ी और गुड़िया ने दसा किताबा लगभग मैं लिख चुका पर मेरे को कविता का एक बंध नहीं लिखा गया अजय तक ਤੋ ਕੀਏ ਮੈਂ ਹਾਸਪੀ ਆ ਤੇ ਕੀਆ ਜਾਣਾ 705 ਸਾ ਤੇ ਰਿਤੋਂ ਕੋ ਜੋ ਵੱਡਾ ਕਰਾਉਣ ਲਈ ਆਪ ਟੁੱਟਾਈ ਉਸ ਦੇ ਬੁੱਲਾ ਤੋਂ ਨਿਕਲੇ ਇੱਕ ਹੋਰ ਬੰਦ ਨੇ ਫਿਰ ਮੇਰੇ ਕੰਨਾਂ ਚ ਰਸ ਘੋਲਿਆ ਤੇ ਅਗਿਓ ਸਰਦਾਰ ਨੇ ਫਿਰ ਇੱਕ ਮੈਨੂੰ ਕਵਤਾ ਦਾ ਬੰਦ ਸੁਣਾਇਆ ਉਹ ਕਿਆ ਬਾਤ ਕਿੰਦਾ ਪਰਮਾਤਮਵ ਦੀਆਂ ਮੌਜਾ ਜੋ ਮੱਚਦੇ ਨੇ ਠੜਦੇ ਚੜਦੀ ਕਲਾ ਵਿੱਚ ਕਣ ਕਣ ਨਹੀਂ ਜਲ ਕੋਰੇ ਇਹ ਇਹ ਜਿਹੜੇ ਕਵਤਾ ਹੈ ਇਹ ਯਾਤਰੀ ਸ਼ਹਾਦਤ ਨਹੀਂ ਹੋਣੀ ਬਨੇਸ਼ਾ ਦੇ ਬਰੇ ਉਹ ਮੈਂ ਬਸ ਰਦਨ 2 ਬਕ ਯੋਗਾਂ ਬਟ ਪਟੀਆਂ ਦੇ ਨਾਲ ਬੈਹਾਂ ਦੀ ਇੰਡੀ ਕਸਰੋ ਯੋ ਤੰਗ ਦੇ ਦੇਗਾ ਜੋ ਪੀਸ ਬੜੀ ਕੋਲੀ ਵਾਸਤੇ ਨਾ ਅਸਲ ਜੋ ਨਹੀਂ ਆਪਕ ਬਖਤਾ ਨਹੀਂ ਜੋ ਅਗੀ ਤੇ ਸੋਤਾ ਉਹ ਵੀ ਡਾਟ ਨਹੀਂ ਫਿਕੀ ਜੀ ਕਿਨੀ ਕਿਨੀ ਪੁਤਾਰ ਕੇ ਦੀ ਆਪੀ ਆ ਦਾਮੇ ਦਾਰੀ ਕਰਨੀ ਤੇ ਤਾ ਬਰਕਰਨਾ

ਮੇਰੇ ਉਹ ਸ਼ਾਕ-ਸ਼ਾਕ ਮੇਰੇ ਸਾਹਮਣੇ ਰੂਪ ਮਾ ਨਹੀਂ ਜਾਂਦੇ। ਤਾਂ ਕੀ ਹੈ ਕਿ ਬੋਤ ਨਹੀਂ ਹੋ ਰਿਹਾ। ਪਕਾਣਾ। ਤਾਂ ਕੀ ਹੈ ਤੇ ਫਿਰ ਉਸ ਦਾ ਅਗਲਾ ਵਾਕ ਜੋ ਕਵਤਾ ਦੇ ਵਨ ਕਵਤਾ ਦੇ ਬੰਦ ਵਾਕ ਮੇਰੀ ਕੰਨੀ ਆ ਪਿਆ। ਡਾਕਟਰ ਸਾਹਿਬ ਅਰਦਾਸ ਕੀਤੀ ਸੀ ਸ਼ਬਦਾਂ ਲਈ। ਤੁਰਾਜ ਬੋਲ ਰਿਹਾ ਕਿ ਡਾਕਟਰ ਸਾਹਿਬ ਅਰਦਾਸ ਕੀਤੀ ਸੀ ਸ਼ਬਦਾਂ ਲਈ। ਜੇ ਤੁਸੀਂ ਇਸ ਨੂੰ ਕਵਤਾ ਸਮਝਦੇ ਹੋ ਤੇ ਮੇਰੇ ਧੰਨਵਾਦ। ਐਂਜੇ ਦੀਪਾ ਹੁਣ ਇਹ ਸੈਂਟੈਂਸ ਮੇਕੋ ਕਿ ਜੇ ਤੁਸੀਂ ਇਸ ਨੂੰ ਕਵਤਾ ਸਮਝਦੇ ਹੋ ਸਿਰ ਵੀ ਦੇ ਤੰ ਮੈਨੂੰ ਨਹੀਂ ਪਤਾ ਆਇਆ ਤੇ ਤੁਸੀਂ ਆਪੂ ਵਿੱਚ ਕਿਵੇਂ ਜੋ ਪਰ ਜੋ ਮੈਂ ਨੂੰ ਜਰੂਰੀ ਕਿ ਸਰ ਜੋ ਮੈਂ ਵੀ ਕਹਤ ਜੋ ਮੈਂ ਨੂੰ ਡਿਫਾਈਨ ਕੀਤਾ ਹੈ ਉਹਦੇ ਵਿੱਚ ਜੋ ਇਹ ਮੈਨੂੰ ਮੇਰੇ ਸਾਹਮਣੇ ਨਿਕਲ ਆਇਆ ਹੈ ਉਹ ਇਹ ਕੋਈ ਅਲਾਹੀ ਨਾਦ ਹੈ ਬੰਦਾ ਤੋ ਕੀ ਹੈ ਪੇਰ ਕੀ ਕਹਿੰਦਾ ਹੈ ਕਹਿੰਦਾ ਜੇ ਤੂੰ ਕਵਤਾ ਸਮਝ ਧਨ ਭਾਗ ਮੈਂ ਤੇ ਇਹ ਕਿਆ ਸੀ ਅਸਮਾਨਾ ਵਾਲ ਹੱਥ ਕਰਕੇ ਇਹ ਰਾਜੁਰਾ ਦੇ ਬੋਲ ਨੇ ਕਿ ਮੈਂ ਤੇ ਇਹ ਕਿਆ ਸੀ ਅਸਮਾਨਾ ਵਾਲ ਹੱਥ ਕਰ ਊੜੀ ਨੀ ਵਿੱਚੋਂ ਅੱਜ ਭੜ ਕੇ ਤੜਕੇ ਜਗਾ ਮੈਨੂੰ ਹੁਣ ਵੇਖੋ ਨਾ ਇਹਨੇ ਕੋਈ ਬਾਉਂਡਰੀ ਛੱਡੀ ਨਹੀਂ ਅੱਜ ਚਲ ਜੀ ਅੱਜ ਨਹੀਂ ਤੇ ਜਿਆਦਾ ਫੜ ਕੇ ਬਾ ਮੇਨ ਗੁਲੀ ਡਿਸਿਡਿਟੀ ਹੈ ਜੇ ਫੜ ਕੇ ਨਹੀਂ ਤੇ ਉਰ ਤੋਂ ਆਉਣ ਵਾਲੇ ਤੜਕੇ ਕਦੋਂ ਜੇ ਉਦਰ ਭੋਕਾ ਬਣੇ ਅੱਜ ਫੜ ਕੇ ਤੜਕੀ ਜਗਾ ਮੈਨੂੰ ਬੋਲ ਅਣਦਿਕ ਕਿਉਂਕਿ ਜਿਹੜੇ ਜਿਹੜੇ ਬੋਲ ਆਉਣੇ ਨੇ ਕੰਨ ਚ ਜਿਹੜੀ ਜਗਾਉਣ ਵਾਲੇ ਦੇ ਬੋਲ ਆਉਣੇ ਨੇ ਉਹ ਤੇ ਆ ਆ ਤੈਨੂੰ ਦਿਸਣੇ ਨਹੀਂ ਨਾ ਤੇ ਸੁਣਨੇ ਵੀ ਨਹੀਂ ਬੋਲ ਅਣਦਿਕ ਪਰਦਾ ਖੋਲ। ਕੁਝ ਦੇ ਦਿਖਾ ਮੈਨੂੰ। ਉਹ ਯਾਰ ਤੇਰਾ ਪੋਤਾ ਮੈਂ ਆ ਗਿਆ ਤਰਤੇਜ ਜਾਂ ਤੇ ਭੇਜਦਾ ਨਾ ਤੇ ਜੇ ਭੇਜਿਆ ਤੇ ਪਰਦਾ ਖੋਲ ਦੇ ਹੁਣ। ਹੁਣ ਰਮਝਾ ਖੋਲ ਦੇ ਮੈਨੂੰ ਵੀ ਆਪਣੇ ਵਰਗਾ ਬਣਾ ਲਾ ਆਪਣੇ ਆਪੇ ਗਿਆ ਰੂਪ ਜਰ ਮੈਨੂੰ ਦੇ ਦੇ ਤੇਰਾ ਮਾ। ਕੁਝ ਤੇ ਪਰਦਾ ਕੁਝ ਤੇ ਦਿਖਾ ਮੈਨੂੰ। ਮੈਂ ਵੀ ਹੁਣ ਅਸਮਾਨਾਂ ਵੱਲ ਨਿਗਾਹ ਮਾਰੀ ਤੇ ਸ਼ੁਕਰਾਨੇ ਵਜੋਂ ਅੱਖਾਂ ਬੰਦ ਕੀਤੀ ਆ ਤੇ ਕਿਹਾ ਪਾਤਸ਼ਾ ਤੇਰੀਆਂ ਤੂੰ ਹੀ ਜਾਣੇ। ਇੱਕ ਮਿੱਠੀ ਕਿੜਕਰ ਆਜ ਨੂੰ ਦੇ ਸੌਜਾ ਸੌਜਾ ਦਾ ਪ੍ਰਮਾਨ ਜਾਰੀ ਕੀਤਾ ਇਹ ਸੌਦਾ ਸੌਜਾ ਕੀ ਹੈ ਇਸ ਸਮਾਂ ਇਨਵਰਟਡ ਕਮਿਊਨੀਕੇਟ ਜਦੋਂ ਕਿਉਂਕਿ ਤਿੰਨ ਦੀਏ ਸਾਨੂੰ ਨਾ ਲੱਗਿਆ ਪਿਤਾ ਮਰਗਾ ਦੇ ਕਹਿ ਲੱਗੇ ਇਹ ਬਾਤ ਹੈ ਕਿ ਕਰਦੇ ਉਹ ਸਿੱਧੇ ਭੇਜ ਦਿੱਤੇ ਤੋ ਮੈਂ ਰਾਜ ਨੂੰ ਦੂੰ ਜਾਂ ਸੌਦਾ ਸੌਦਾ ਉਹ ਇਹ ਸਾਡਾ ਸੌਦਾ ਸੌਦਾ ਫੱਕਾ ਗਿਆ ਜਦੋਂ ਇਹ ਸਮਝਿਆ ਜਾ ਰਿਹਾ ਪਿਆ ਉਹ ਨਹੀਂ ਤੇ ਬਾਤ ਅਗੇ ਜਿੜਕਾ ਪੈ ਜਾਣੀ ਆ ਤਾਂ ਕੀ ਹੈ ਕਿ ਸਮਝਾ ਸਮਝਾ ਦਾ ਪਰਮਾਨਜਰੀ ਕੀਤਾ ਉਹ ਮੇਰੀ ਗੱਲ ਅਣ ਸੁਣੀ ਕਰ ਬੋਲਿਆ ਹੁਣੇ ਵੇਖੋ ਇਹ ਜਾਗਣਾ ਇਹ बेहੋਸ਼ੀ ਚ ਸੁਪਨਾ ਰਿਆ ਜਿਹੜਾ ਜਾਗਣਾ ਹੈ ਨਾ ਇਹ ਤੂੰ ਆਪਾਂ ਜਾਗਣਾ ਸਮਝੀ ਜਾਂਦੇ ਆ ਕਿ ਜਾਗ ਰਹੇ ਆ ਜਾ ਕੇ ਕਿੰਨਾ ਫੋਕਾ ਤੁਸੀਂ ਮੈਨੂੰ ਆਪ ਦੱਸੋ ਨਾ ਕਿ ਤੁਸੀਂ ਜਾਗੀ ਜੁੜਾ ਕਰ ਸਕਦੇ ਸਦਾ ਕੀ ਹੈ ਜਦੋਂ ਜਾਗਵੇਂ ਤੋ ਤੜ ਨਹੀਂ ਗਏ ਜਦੋਂ ਆਪਾਂ ਜਾਗਦੇ ਆ ਉਦੋਂ ਇਹਦੇ ਤੋਂੜਾ ਰਹਿਣਾ ਇਹ ਰਹਾ ਪਾ ਇਹ ਜਾਗਣਾ ਇਹ ਵੀ ਉਹ ਸੀ ਕਿ ਸੁਪਨਾ ਜਿਆ ਇਹ ਸੋਣਾ ਮੌਤ ਟੋਕਣਾ ਸੋਣਾ ਤੇ ਮੌਤ ਛੁ ਉਚਾਰਿਆ ਉਪਰਵਾ ਮੈਂ ਕਿਹਾ ਮੈਨੂੰ ਲੇਖ ਪੜਨ ਲੈਣ ਦੇ ਨਹੀਂ ਇਹ ਗੱਲਾਂ ਪਾ ਲੈਗਲਿਜ ਮੋਂਟ ਅਮਰੀਕਾ ਜਾਂਦੇ ਰਾਹ ਦੇ ਕੱਡੇ ਤੇ ਖਲੋ ਕੇ ਕਰਾਂਗੇ ਕਿਉਂਕਿ ਉੱਥੇ ਫੋਟੋਆਂ ਖਿਚਾਉਂਦੇ ਆ ਜਿਹੜਾ ਇਹ ਮਰਾਜ ਦੇ ਘਰ ਦੇ ਨਾਲ ਹੈ ਫਿਰ ਕਹਿੰਦਾ ਪਰ ਲੈ ਆ ਸੁਣ ਆ ਬਾਤ ਮੇਰੀ ਆੜੀ ਰਾਜ ਦਾ ਹੀ ਲਿਖਿਆਈ ਇਸ ਲਈ ਤੈਨੂੰ ਜਲਦ ਸਮਝਾ ਲਓ ਸਾਤ ਕੀ ਦੀ ਤੋਰ ਤੇ ਅਲੀ 22 ਅਦਾ ਸਾਤ ਕੀ ਦੀ ਤੋਰ ਤੇ ਅਲੀ 2 ਦੀ ਅਦਾ ਮਿਲਣੇ ਦੀ ਤਾਨ ਵੇਰਾ ਵੀ ਸਦਾ ਜਦੋਂ ਮਿਲਦੇ ਯਾਰ ਇਹ ਤੇ ਵਿਰਾਗ ਤੇ ਜਦੋਂ ਵਿਰਾਗ ਆ ਜਾਂਦਾ ਹੈ ਨਾ ਤੇਰੇ ਬਾਬਾ ਬੋਤਾ ਸਿੰਘ ਮਾਨਵਾ ਤੇ ਬਾਬਾ ਬੋਤਾ ਸਿੰਘ ਸਾਨੂੰ ਪਤਾ ਹੈ ਨਾ ਬਾਬਾ ਪੋਤਾ ਸਿੰਘ ਜੇ ਤੁਸੀਂ ਅੱਜ ਕਰ ਜਾਂਦੇ ਨਾ ਲਾਪਿਰ ਗੇਸਾ ਨਾ ਬਟਾਲ ਤੇ ਬਾਬਾ ਬੋਤਾ ਤੇ ਕੀ ਹੈ ਕਿ ਅਨੰਦਪੁਰ ਦੀ ਧਰਤੀ ਤੋਂ ਓਵਰ ਤੇ ਛੱਕੇ ਆ ਗਿਆ ਨਾ ਵਿਰਾਗ ਦੇ ਉੱਜਾਨਿਆ ਉਹ ਨਾ ਬੰਛੇ ਆ ਗਿਆ ਇਹ ਤੇ ਏਥੇ ਕੋਨੇ ਉਹਦੇ ਹੀ ਨਿਬੜਾਉਂਦੇ ਤੇ ਮੈਂ ਦਿਨੀਆਂ ਮਦਰਸਾ ਮੱਥਾ ਦੇ ਕਿਉਂ ਨਾ ਪਿੰਡ ਲਬਈ ਦਾ ਰੋਜ ਆਨਾਂ ਮੈ ਜਾਣਦਾ ਕਿ ਨਹੀਂ ਆਇਆ ਵੀਰਾ ਚੋਰੀ ਤੁਕਿ ਅਗੇ ਮੁਗਰੀਆ ਫਰਗਾਟ ਸਿਕੰਦਰਿਸੰਦੇ ਮੋਲ ਨੇ ਸਿਰ ਵਧਿਆ ਜਾਂਦਾ ਹੈ ਤੇ ਜਦੋਂ ਚੋਰੀ ਜਾਂਦਾ ਹੈ ਤੁਪੀ ਤੋਂ ਲੈ ਦੇ ਵਾਪਸ ਆ ਦੇ ਦਵੇ ਇਹ ਕਿਤਨੀ ਜਾ ਰਿਹਾ ਹੈ ਤੇ ਅੰਗੇ ਨਵਾਬ ਦਾ ਇੱਕ ਸੰਗਰੂਫ ਕਿੜਾ ਵੀ ਲਾਹੌਰ ਨਹੀਂ ਜਾ ਰਿਹਾ ਹੈ ਮੁજરાਤ ਆ ਰਿਹਾ ਹੈ ਸਾਰਾ ਕੁਝ ਉਤੀ ਹੋ ਰਿਹਾ ਹੈ ਤੇ ਕਿਉਂ ਤੋ ਖੜਕਾ ਹੁੰਦਾ ਤੇ ਉਹ ਪੀਂਦਾ ਏ ਆ ਬੀਲਰ ਲੰਨਸ ਦੇ ਘਾਰੇ ਤੋ ਕਿਦਾ ਪੈ ਜਾਵੇ ਇਹ ਕੋਈ ਤਾ ਤੋਤਾ ਦਾ ਨੂਰ ਹੁਸਨ ਜਦੋਂ ਤੁਹਾਡੇ ਅੰਦਰ ਕੋਈ ਗੇੜਾ ਗੇੜਾ ਰੈਸਲਿੰਗ ਹੈ ਨਾ ਜਦੋਂ ਕੋਈ ਕਿਸੋ ਨੂੰ ਝੜਕਦਾ ਹੈ ਤੁਹਾਡੇ ਮੱਥੇ ਤੇ ਉਹ ਜੂਰੀ ਨਹੀਂ ਕਿ ਤੋੜਾ ਹੀ ਹੋਏ ਉਹ ਤੇ ਨਿਗਾ ਦਾ ਕਿਸੋ ਨਹੀਂ ਹੁੰਦਾ ਕਿ ਕੋਈ ਇੱਕ ਤਾ ਫਸਾ ਜੂਰੀ ਹੋਏਗਾ ਹੋਰ ਬੋਤਾ ਸਿੰਘ ਦੇ ਕੰਨੀਏ ਪੈਂਦੇ ਨੇ ਕਿ ਕਾਂ ਤਤਾ ਜਾ ਜ਼ੋਰ ਹੋਏਗਾ ਸਿੱਖ ਤੇ ਮਾਰ ਛੜੇ ਨੇ ਫੁਰਸ ਸવાય ਮੰਨਤ ਹੈ ਉਸ ਵੇਲੇ ਮਨਤਨ ਦੇ ਰਿਟਰਡ ਲੱਗਦਾ ਜਾਰੀ ਕਰਦੀ ਠੀਕ ਹੈ ਉਹ ਬੰਦੇ ਤੋਂ ਠੀਕ ਹੈ ਨੇ ਮੈਂ ਜਾਂ ਦੇ ਕੁੱਤਾ ਵਾਂ ਜਾਂ ਝੋੜਾਂ ਜਾਂ ਕਾਂ ਇਹ ਕਿਦਾਂ ਪਾਇਦਿਸ ਬੰਦਾ ਉਹਨੇ ਵੀ ਜੇ 2 ਵਜੇ ਲੈ ਕਹਿੰਦੀ ਜਿਹੜੇ ਇਸੇ ਕਫਾ ਚ ਰੁਕ ਮਾਨੂ ਦੇ ਉਹ ਬੰਦੇ ਦੋਰ ਨਿਕਲਣੇ ਨੇ ਇੱਕ ਦਿਨ ਮੇਰੇ ਵਰਗਾ ਹੁੰਦਾ ਤੇ ਮੈਂ ਤੇ ਬਾਪ ਜਾ ਕੇ ਤਾਂ ਰਜ਼ਾਈ ਸੌ ਜਾਣਾ ਤੇ ਕੋਈ ਨਹੀਂ ਇੱਤੇ ਨੂੰ ਕੱਲ ਚੱਲ ਜਾਗੇ ਕੀ ਤੇ ਤਾਂ ਮੈਂ ਜਰ ਮਤ ਆ ਆਪਾਂ ਨਹੀਂ ਗੱਲ ਕਰਦੇ ਫਿਰ ਠੇਕੰਮ ਰੀਤੀ ਕਰੀ ਗਾ ਮਰਨਾ ਦੇ ਆ ਬਦਲ ਹੀ ਮਿਲਿਆ ਮਨੋਕਾ ਜੀ ਪਰ ਇਹ ਨਹੀਂ ਦੀ ਵਾਪਾ ਵਰਲਡ ਵਿੱਚੋਂ ਦੋ ਤਰ੍ਹਾਂ ਦੇ ਬੰਦੇ ਨਿਕਲਨੇ ਨੇ ਇੱਕ ਨੇ ਤੇ ਘਰ ਨੂੰ ਉੱਡ ਜਾਣਾ ਤੇ ਦੂਸਰੇ ਨੇ ਜੁੱਦ ਵੀ ਹੋਣਾ ਉਹਨਾਂ ਦੇ ਵਿੱਚੋਂ ਦੋ ਸਾਰ ਕਰਦਾ ਤੂੰ ਬੇਲ ਲਤਾਰਾ ਮਾਰਦਾ ਏ ਕਿ ਤੂੰ ਤੀਪ ਬੋਪਾ ਤੇ ਕਾਂ ਤੋਤਾ ਜੁਰ ਗਿਆ ਸੀ ਅਜਕਲੀ ਉਸ ਸਾਥ ਪਰ ਨਾਉ ਫੇਸ ਮੀ ਦਾ ਫਰਮਾ ਰੂਪ ਵਿੰਸਿੰਗ ਕਰਦਾ ਤੂੰ ਇੰਦੇ ਰਹਿਣਾ ਵੀ ਕਰੀ ਤੇ ਵੇਟ ਪਾਇ ਤਾਂ ਨਹੀਂ ਤੇ ਫਿਰ ਕੀ ਕਹਿੰਦਾ ਫਿਰ ਜਾਂਦਾ ਨਹੀਂ ਉਹ ਕਿਤੇ ਨਹੀਂ ਜਾਂਦਾ ਉਸੇ ਸਥਾਨ ਦੇ ਉੱਤੇ ਉਹ ਫਨਾ ਸੀ ਦਾ ਆਮ ਦਾ ਫਨਾ ਤੋਂ ਇਸ ਬ੍ਰੋ ਸਿਕ ਕਿੰਗਡਮ ਜੇ ਵੀ ਦਾ ਨੈਕਸਟ ਅਦਰਵਾਇਜ਼ ਯੂ ਆਰ ਨਾਟ ਪਰਮਿਟਿਡ ਟੂ ਗੋ ਐਂਡ ਤੋ ਆ ਨਾ ਲਗੇ ਕਰੇ ਰੂ ਪੈਸਾ ਲਗੇ ਖੋਤਾ ਜਾਓ ਆਪੋ ਭਾਬੀ ਖਾਣੋਂ ਦੀ ਦੂਆ ਕੋਈ ਸਿੰਗਲ ਬੋਤਾ ਸੈਕਸ ਲੱਗਿਆ ਉਹਨਾਂ ਲੋਕੀ ਟੈਕਸ ਡੈਂਗੋ ਦੇ ਨੇ ਕੱਲ੍ਹ ਕੁੜਾਇ ਉਸ ਦਿਨ ਤੋਂ ਬਾਅਦ ਜਿਵੇਂ ਕੰਤਾ ਜਰਾ ਸਿੰਘ ਜੀ ਤੋਂ ਹੀ ਰੋਕ ਮੰਨ ਕੀਤਾ ਕਿ ਉਸ ਦਿਨ ਤੋਂ ਬਾਅਦ ਬਾਬਾ ਬੋਦਾ ਸਿੰਘ ਹਰ ਮੰਦਰ ਚਲੀ ਗਿਆ ਹਰ ਮੰਦਰ ਹੋ ਤਾਂ ਉਹਦੇ ਕੋਲ ਆਣ ਕੀ ਚੜ੍ਹ ਗਿਆ ਤੇ ਭਾਈ ਸਿੱਖੋ ਗੁਰੂ ਨਾਨਕ ਦੇ ਪੁੱਤਰੋ ਗੁਰੂ ਗਬੇ ਸਿੰਘ ਦੀ ਅੰਸ਼ ਅੰਸ਼ ਹਰ ਮੰਦਰ ਜਿੱਦਣ ਤਾੜੇ ਕੋਲ ਚੜ੍ਹ ਗਿਆ ਜੀ ਉਸ ਤੋਂ ਬਿਨਾ ਗੱਲ ਦੀ ਬਾਣੀ ਤੇ ਗੱਲ ਜਿਹੜੀ ਹੈ ਇਹ ਬਾਣੀ ਕੇ ਵੇ ਉਹਦੇ ਦੀ ਜਿਹੜੀ ਵਿਰਾਗ ਦੀ ਗੱਲ ਉਹ ਆਪਣੀ ਕਮਤਾ ਦੇ ਵਿੱਚ ਕਰਦਾ ਹੈ ਉਹ ਤੋਂ ਬਿਨਾ ਨਾ ਅਸੀਂ ਬਾਬੇ ਨਾਨਕ ਦੇ ਨਾਦੀ ਬੁੱਧ ਬਣ ਸਕਦੇ ਆ ਤੇ ਨਾ ਅਸੀਂ ਬਾਬੇ ਨਾਨਕ ਦੀਆਂ ਪੜਾਂ ਦੇ ਪੜਾਂ ਪਾ ਕੇ ਤੋਂ ਵੀ ਸੱਸਮਲਦਾ ਹੈ ਤਾਬਾ ਦੇ ਦਵੈਦਾਨੀ ਤੁਮੇ ਫੀ ਅੱਗੇ ਅਹ ਤੁਰੇ ਜਮ ਲਣ ਦੇ ਮੋਰ मीरा तू दस तो मेरी पुत्री है भी आ, एक दो कविता जाके मैं बस करना हूँ मतलब एनी को बात एक कविता है मैं वीडियो उठ के पढ़ी यार एक बड़े बादशाह होता है ਤੇ ਬਾਦਸ਼ਾਹ ਨਾਟਕ ਡਾਇਲੋਗ ਚ ਚਾਰਿਆ ਹੈ ਜੁਦਬੀਰ ਤੇ ਪਾਲਨੇਰੇ ਆਪਣੇ ਸ਼ਬਦਾਂ ਦੇ ਵਿੱਚ ਉਸ ਨੂੰ ਮੰਗਤਾ ਬਣਾ ਦਿੰਦਾ ਹੈ ਬਲ ਉਹ ਕੀ ਕਹਿੰਦਾ ਹੈ ਲਹੂ ਤਮਾ دیਵਾਨੀ ਤਮਾ ਲਹੂ ਤਮਾ ਜਿਗਰ ਤਮਾ ਜਿੰਦ ਤੋਂ ਫੋਰਥ ਇਹਨੇ ਜਿਆਦੇ ਨਾ ਸਾਡੇ ਕੋ ਜਿਗਰਾ ਵੀ ਤੇ ਲਹੂ ਵੀ ਤੇ ਸਿਰ ਵੀ ਤੇ ਮੇਚ ਜਗ ਲਹੂ ਤਮਾ ਜਿਗਰਾ ਦਵਾ ਸਿਰ ਦਵਾ ਤੂੰ ਖੋਜੋ ਜਾ ਬਾਜੀ ਜਿੱਤ ਇਹਦਾ ਤਿੰਨੇ ਚੀਜ਼ਾਂ ਦਿੱਤੀਆਂ ਤਾਂ ਤੂੰ ਯਾਰ ਖੋਜ ਹੋ ਗਿਆ ਕਿ ਤੂੰ ਬਾਜੀ ਜਿੱਤ ਗਿਆ ਤੂੰ ਦਾਸ ਲਟਾਰੇ ਵੀ ਬਾਜੀ ਜਿੱਤ ਗਿਆ ਮੈਂ ਤੈਨੇ ਜਿੱਦਤ ਨੂੰ ਦਿੱਤੀਆਂ ਜਾਂ ਇਹ ਖਰਾਤ ਹੈ ਮੇਰੇ ਮੇਦਾ ਜਾ ਓਏ ਮੈਂ ਤੇਨੂੰ ਪੇਰੋਂ ਦੇ ਮਾਰ ਲੂਗਾ ਏ ਗੋੜ ਬੀ ਗਿਰੇ ਨਾ ਬੂਧ ਦਵਾ ਜਿਗਰ ਦਵਾ ਸਿਰ ਦਵਾ

ਆਦਲਾ ਨਾ ਪਰ ਸਿੱਧਕੀ ਬੰਦੇ ਨਾ ਸਿੱਧਕਾ ਨਾ ਮੰਨ ਠਕੇ ਹੋਈ ਯਾਰ ਜ਼ਿੰਦਗੀ ਪਦੇ ਕੋ ਕੀ ਐ ਜਾਂ ਤਾਦਾ ਮਨ ਐ ਜਿਹੜਾ ਮਨ ਤੇ ਤੂੰ ਗਹਿਰੀਦਾ ਤੇ ਸਿੱਧਕੀ ਨੋਲਦਾ ਰਹਿਦਾ ਪਰ ਉਹ ਕਹਿੰਦਾ ਨਾ ਸੱਚ ਕਦਾ ਬਾ ਨਾ ਮੰਨ ਠਕੇ ਨਾ ਸੋਚ ਮੁਕੇ ਤੇ ਜਿਹੜੀ ਬਾਸ਼ਾ ਜਿਹੜੀ ਇਹਨਾਂ ਨਾ ਨਾ ਚਵਰਤੇ ਨਹੀਂ ਹੁੰਦਾ ਬੜੀ ਚਰਦੀ ਕਰਾ ਦਾ ਅਨਸਰ ਤੇ ਉਹ ਤੇ ਇਹ ਜੋ ਪੈਦਾ ਹੋਣਾ ਹੈ ਫਾਈਵ ਤੇ ਚੜਦੀ ਕਰਾ ਜਿਹੜੀ ਹੈ ਉਹ ਕੀ ਹੈ ਉਹ ਕੋਈ ਮੰਡ ਵਰਤ ਨਹੀਂ ਹੈ ਉਹ ਜੰਦ ਖੇੜਦੀ ਨਹੀਂ ਹੈ ਉਹ ਤੇ ਕੀ ਹੈ ਸਭ ਤੋਂ ਲੇ ਮੜਾਈ ਉਹ ਸਥਾਪ ਨਹੀਂ ਬਲਵਕਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦਾ ਸਟਰਕਚਰ ਵੇਖੋ ਗੁਰੂ ਗ੍ਰੰਥ ਸਾਹਿਬ ਦਾ ਸਟਰਕਚਰ ਤੇ ਜ ਉਸ ਪੁੱਤਰ ਰੂਪ ਦੇ ਵਿੱਚ ਕਿਹਨਾਂ ਛੇ ਗੁਰੂ ਪਾਚਾਰ ਹੈ ਨਾ ਤੀ ਤੇ ਉਹਨੇ ਜੇ ਨਾਲ ਸੱਖਨਤ ਵੰਦ ਨਹੀਂ ਹੋਈ ਐਨ ਬੋਰ ਸਾਰ ਦੀ ਗਰੇਕ ਪੂਰੀ ਬੰਤਰ ਹੈ ਪਾਸ਼ਾ ਦੇ ਉਹਦੇ ਸੁਮੂਹ ਕੇ ਅਗੰਦੀ ਤੋਂ ਕੀ ਹੈ ਕਿ ਨਾਸਿਤ ਕਰਦਾ ਨਾ ਮੰਨ ਚੁਕੇ ਨਾ ਸੋਚ ਚੁਕੇ ਨਾ ਖੋਸ਼ੋ ਸਮ ਕੇ ਬਾਜੀਏ ਅਗੇ ਐਨੇ ਨਾ ਕਿਤਾ ਕੋ ਜੋ ਇਹ ਸਮਝ ਕੇ ਬਾਜੀਏ ਤਲੀ ਨਾ ਖੋਸ਼ੋ ਸਮਝੇ ਬਾਜੀਏ ਅਗੇ ਇੱਕ ਗਰੂਦੀ ਬਖਸ਼ੀਲੀ ਸਦਾਤ ਹੈ ਅਜਨਗੰਦਸਮ ਯਸਿੰਗ ਗੁਲੂਸ ਬਖੀਲੀ ਸਗਾ ਸਗਾ ਅਗੇ ਹੋਰੇ ਬਸ ਥੋੜਾ ਜਾਓ ਮੈਂ ਕਿਉਂਕਿ ਮੈਂ ਟਾਈਮ ਬਹੁਤ ਲੈ ਰਿਹਾ ਹੁਣ ਇੱਕ ਇੱਕ ਸਾਕਾ ਹੋ ਉਹ ਸਿੰਬੋਲਾਈਜ਼ ਕਰਦਾ ਹੈ ਕਿਉਂਕਿ ਮੈਂ ਬਾਰ ਬਾਰ ਕਹਿ ਰਿਹਾ ਕਿ ਇਹ ਜਿਹੜੀ ਤਪਤਾ ਹੈ ਨਾ ਉਹ ਚਿੰਨ ਤੇ ਲਿਖੀ ਜਾਂਦੀ ਆ ਉਹ ਪ੍ਰਤੀਕ ਤੇ ਲਿਖੀ ਜਾਂਦੀ ਆ ਉਹ ਸੈਨਤ ਤੇ ਲਿਖੀ ਜਾਂਦੀ ਆ ਤੇ ਚਿੰਨ ਪ੍ਰਤੀਕ ਤੇ ਸੈਨਤ ਜਿਹੜੇ ਨੇ ਉਹ ਸਾਨੂੰ ਰਾਸ ਵਿੱਚ ਲੈ ਜਾਂਦੇ ਸਾਨੂੰ ਚੇਨ ਨੂੰ ਸਮਝਣਾ ਚਾਹੀਦਾ ਹੈ ਸਾਨੂੰ ਪ੍ਰਤੀਕ ਨੂੰ ਸਮਝਣਾ ਚਾਹੀਦਾ ਹੈ ਸਾਨੂੰ ਸਹਿਨਤ ਨੂੰ ਸਮਝਣਾ ਚਾਹੀਦਾ ਹੈ ਤੇ ਇਹ ਸਹਿਨਤ ਨੂੰ ਸਮਝਦਾ ਜਿਹੜਾ ਇਸ਼ਾਰਾ ਹੈ ਜੀ ਮੈਂ ਤੁਹਾਨੂੰ ਹੋਰ 2 ਮਿੰਟ ਅਨੰਦਪੁਰ ਦੀ ਧਰਤੀ ਤੇ ਲੈ ਜਾਵਾਂ ਤੇ ਉਹ ਬਹੁਤ ਜ਼ਰੂਰੀ ਹੈ ਥੋੜਾ ਜਿਹਾ ਥੱਕ ਹੀ ਜਾਓਗੇ ਕੋਈ ਗੱਲ ਨਹੀਂ ਛੁੱਟੀ ਹੈ ਅਨੰਦਪੁਰ ਦੀ ਧਰਤੀ ਹੈ ਐਲਾਨਨਾਮਾ ਹੋ ਗਿਆ ਹੈ ਗੁਰੂ ਪਾਸ਼ਾ ਕੋ ਪਹੁੰਚ ਗਿਆ ਹੈ ਕਿ ਕਰਦ ਨੂੰ ਹਾਥੀ ਸ਼ਰਾਬ ਨਾਲ ਰਜਿਆ ਕਿਲੇ ਦੀ ਦਵਾਰ ਨੂੰ ਟਾਏਗਾ ਤੁਸੀਂ ਸਾਰੇ ਸੁਣੇ ਮੈਂ ਕੋਈ ਨਵੀਂ ਗੱਲ ਨਹੀਂ ਕਹਿ ਰਿਹਾ ਪਰ ਇਹ ਰਾਮਚੰਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿਉਂਕਿ ਜਰ ਕਥਾ ਰਾਸ ਪੈਦਾ ਕਰ ਦਿੱਤਾ ਹੈ ਅਸੀਂ ਪਰ ਕਥਾ ਦੀਆਂ ਪਰਤਾ ਹਟਾ ਕੇ ਕਥਾ ਪੰਨ ਤੱਕ ਦਾ ਸਾਡਾ ਜੈ ਅਹਿਸਾਸ ਅੱਜ ਤੱਕ ਪੈਦਾ ਨਹੀਂ ਹੋਇਆ ਕਿਉਂਕਿ ਸਾਨੂੰ ਸਹਿਰਤ ਲਈ ਸਮਝਣੀ ਪਈ ਤੋਂ ਕੀ ਹੈ ਕਿ ਹਾਥੀ ਆ ਰਿਹਾ ਬਾਦਸ਼ਾਹ ਤੇ ਮਹਾਰਾਜ ਮੁਸਕਰਾਏ ਸਾਰੇ ਸੁਣਿਆ ਆਪਾਂ ਕੋਈ ਨਹੀਂ ਮੇਰਾ ਦੁਨੀ ਚੰਦ ਹਾਥੀ ਨਾਲ ਲੜੇਗਾ ਕਿਤੇ ਮਕਾਲਫ ਨੂੰ ਪੜ ਕੇ ਵੇਖੋ ਤੇ ਜਿਹਨੇ ਮਕਾਲਫ ਵਿਆਖਿਆ ਕਰਦਣਾ ਇਸ ਸਟਾਰ ਦੀ ਕਿਸੇ ਸਾਖੀ ਜ ਨਹੀਂ ਹੋਈ ਤੋ ਕੀ ਕਰਦਾ ਹੈ ਪਾਸ਼ਾ ਨਿਉ ਸਵਾਸ਼ੇ ਫੁਟੇ ਉੱਚੇ ਦੁਨੀ ਚੰਦ ਨਾਲ ਵੇਖਿਆ ਸਵਾਸ਼ੇ ਫੋਟੋ ਚਾ ਸਿਰ ਜ ਤੂੰ ਕਹਿੰਦਾ ਕਿ ਆਪਣਾ ਦੁਨੀ ਚੰਦ ਹਾਥੀ ਨਾਲ ਲੜੂਗਾ ਹੁਣ ਦੋ ਸਮੱਸਿਆ ਕੀ ਹੈ ਕਿ ਅਸੀਂ ਨੌਲੇਜ ਨੂੰ ਗਿਆਨ ਸਮਝੀ ਜਾਂਦੇ ਆ ਯਾਰ ਜਿਹੜਾ ਇਹਨੂੰ ਸੌਰੀ ਇਹਨੂੰ ਨਾ ਨਾ ਟੋਲੋ ਇਨਫੋਰਮੇਸ਼ਨ ਨੂੰ ਗਿਆਨਤਵ ਕਿਹਾ ਜਾਂਦਾ ਹੈ ਇਨਫੋਰਮੇਸ਼ਨ ਗਿਆਨ ਥੋੜਾ ਹੁੰਦਾ ਹੈ ਜੇ ਇਨਫੋਰਮੇਸ਼ਨ ਗਿਆਨ ਹੋ ਜੇ ਤਾਂ ਆਪਾਂ ਸਾਰੇ ਗੁਰਮੁਖੋ ਜੀਏ ਆਪਣੇ ਕੋਲ ਕਿਵਰੀ ਇਨਫੋਰਮੇਸ਼ਨ ਹੈ ਤੇ ਇਨਕਮ ਇਨਫੋਰਮੇਸ਼ਨ ਦੇ ਮਾਧਿਅਮ ਰਾਹੀਂ ਅਸੀਂ ਆਪਣੀ ਜਿੱਤ ਦਾ ਨਗਾਰਾ ਉਜਾਣਾ ਤੇਉਨੇ ਆ ਇਸੇ ਕਰਕੇ ਸਾਡੇ ਨਾਰੇ ਨਗਾਰੇ ਫੂਕੇ ਨੇ ਆਪ ਵੀ ਬੀਫਿੰਸ ਉੱਤਾਰੇ ਕਿ ਦੁਨੀ ਜੰਦ ਮਸਾਂ ਦਾ ਸਭ ਤੋਂ ਪੜਿਆ ਹੈ ਪਾਸ਼ਾ ਦੁਨੀ ਚੰਦ ਮੇਰਾ ਆਪੀ ਲੜੇਗਾ ਤੇ ਦੁਨੀ ਚੰਦ ਕਹਿੰਦਾ ਆਪ ਤੈਨੇ ਮਰਨਾ ਹੀ ਮਰਨਾ ਮੈਨੂੰ ਅੰਗਰਾਉ ਜਿੱਥੇ ਮੁਹੱਬਤ ਨਾ ਨਾ ਹੋਵੇ ਮੁਹੱਬਤ ਨੇ ਮਰਿਆ ਜਾ ਸਕਦਾ ਨਹੀਂ ਜਾ ਬੱਗਤ ਤਾਂ ਮੇਰਾ ਕੋਣ ਫਰਦਾ ਹੈ ਤਾਂ ਦੁਨੀ ਚੰਦ ਨੂੰ ਕਹ ਆਪ ਤੈਨ ਮਰਨਾ ਬੰਨ ਮੈਂ ਨਹੀਂ ਮੈਨੂੰ ਹੀ ਮਰੋ ਐਂਡ ਹੀ ਅਕੇ ਜਾਤਾ ਹੈ ਸਪਨਰ ਦੇਦਾ ਹੈ ਮਰਦਾ ਦਾ ਹੈ ਅਣੀ ਆਈ ਬੋਤੇ ਮਰਦਾ ਹੈ 8390 ਤੱਕ ਦੇ ਇਹਨੇ ਸੜੇ ਮੋ ਬੋ ਲੀ ਦੇ ਤੇ ਉਹ ਤੇ ਅਗਰੇ ਲੋਕੀ ਆਪਣੀ ਬਰਾਸਤ ਨੂੰ ਛੱਡ ਗਏ ਨੇ ਮੈਨੂੰ ਅਜੇ ਵੀ ਯਾਦ ਹੈ ਇਹ ਜਦੋਂ ਅਸੀਂ ਹਨਨਪੁਰ ਸਾਹਿਬ ਨੂੰ ਜਾਣਾ ਤੇ ਇਹ ਜਗ੍ਹਾ ਤੇ ਲੋਕ ਰੁਕਦੇ ਹੁੰਦੇ ਸੀ ਤੇ ਉਹ ਜਗ੍ਹਾ ਨਿੱਤੇ ਬਲੀ ਅ ਤਸਾਪਨ ਅ ਜਬ ਉਹ ਤਰ万ਦੇ ਸੀ ਤੇ ਤੇ ਕੀ ਕਰਦੇ ਸੀ ਆਪ ਵੀ ਜੁੱਤੀ ਲੈਦੇ ਤੇ ਮਾਰਦੇ ਸੀ ਉਹ ਫੋਕੇ ਦੀ ਬੈਣੀ ਹੈ

उन्हें छाल मारी लग ली थी बाल्टी रखी कैट के हे रब इंसाफ नहीं कर रहे अपने पातशाह कहते कि बजेत्र मैं कि बेइनसाफी की कहता तेरा बबू शेर तलटी एक थी वो तो मज गया इस फटाया है ਕਿ ਪਤਾ ਹੈ ਕਿ ਮੇਰਾ ਮਹਿਬੂਬ ਜੋ ਕਹਿੰਦਾ ਹੈ ਉਹ ਤੇ ਪੂਰਾ ਉਤਰਦਾ ਹੈ ਮੈਂ ਅਜ ਤੋਂ ਬਾਅਦ ਸੁਦੀ ਵੀ ਉਤਰਨਾ ਨਾਗਰੀ ਆਦ ਤੇ ਮੂਗਲ ਇਹ ਟੂ ਇਨਫਰਮੇਸ਼ਨ ਆਨਲੀ ਐਟ ਈਜ਼ੀ ਜਿਹੜੀ ਗਿਆਨੀ ਜੀ ਆਪਣੀ ਚੇਤਿਆ ਜੋ ਮੈਂ ਦੱਸੋਈ ਹੈ ਮੈਂ ਇਸ ਇਨਫਰਮੇਸ਼ਨ ਨੂੰ ਆਰਕਾਈਵ ਵੀ ਜਾ ਕੇ ਜਿਹੜੇ ਰੋਜ਼ਨਾਮੇ ਤੇ ਦੇਨੀ ਰਤ ਬੋ ਸਭ ਤੋਂ ਜ਼ਿਆਦਾ ਸੀ ਹੁਣ ਬੜੀ ਰਹਾਦੀਆਂ ਜਗਾ ਦੇ ਜਾ ਰ कि आप मर गए के, के, के रोज नाम से भी ट्रांसलेट नहीं करा सके पश्चियन लगे नाम वै रोजिया वेख्या तीसरी इनफोरमे की है कि रात मीटिंग हुई है कि सवेरे आपने हाँ जाना है केसरी चंद आ उन्हें कहा ने लहू बड़ा पी गुरु गोबिंद सिंह ने साह मी आई के

ਉਹ ਲੋਕ ਇੰਦਮੈਦ ਸਰਵਰ ਨਾਲ ਜੁੜਿਆ ਬੜਕੇ। ਹੁਣ ਪਾਤਸ਼ਾਹ ਦੇ ਜਿਹੜੇ ਜਿੰਦਾ ਉੱਤੇ ਬੈਠੇ ਨੇ ਮਦੇ ਉਹਨਾਂ ਨੇ ਮਹਾਰਾਜ ਨੂੰ ਇਨਫਰਮੇਸ਼ਨ ਦਿੱਤੀ ਹੈ ਇਹ ਪਾਪਜਾ ਉਹਨਾਂ ਨੇ 1000 ਰੁਪਏ ਤਰ੍ਹਾਂ ਦੇ ਜੁੜਿਆ ਤੋਂ ਬੜਕੇ ਸਿੱਖ ਵੜਨਾ ਗੁਰੂ ਗੋਬਿੰਦ ਸਿੰਘ ਜੀ ਆਪਣੀ ਨਿਗਾਹ ਮਿਹਰ ਦੇਣ ਦੇ ਤੇ ਤੇ ਕੇ ਭਾਈ ਜੋਦਵਾ ਭਾਈ ਜੋਦਵਾ ਜੀ ਉਹਨਾਂ ਨੇ ਨਾ ਮੋਗ ਲਿਏ ਮੈਨੂੰ ਜੰਨੇ ਨੇ ਵੀ। ਬਾਰੇ ਉਥੇ ਕੱਢ ਗਿਆ ਭਾਈ ਯੋਧਾ ਵਾ ਵਾ ਦਿਗਾ ਮਾਰੀ ਤੇ ਕਹਿੰਦੇ ਕੀ ਹੋਇਆ ਜਿੱਥੇ ਉਥੇ ਮੈ ਰੋਬ ਵੀ ਗੋਇੰਗ। ਐਨੀਬਾਡੀ ਰੋਜ਼ ਦੇਰ ਇਜ਼ ਗੋਇੰਗ। ਇਟਸ ਨਾਥਿੰਗ ਬਿਸਤੀਸ ਜਮ। ਇਹ ਜਦੋਂ ਮਹਿਬੂਬ ਦੀਆਂ ਪਰਤਾਂ ਤੁਹਾਡੇ ਬਸਤ ਦਾ ਭਾਗ ਬਣ ਦਰਦੀਆਂ ਨੇ ਨਾ ਫਿਰ ਸ਼ਬਦਾਂ ਨੂੰ ਇਹ ਮੇ ਤੁਕ ਜਾ। ਗਿੜਿਕ ਕਦ ਬੀ ਤਿਨ ਰਾਜ ਨੇ ਕਿ ਕੰਨਾ ਦੇ ਜਗਾ ਮੈਨੂੰ ਉਹ ਫਿਰ ਕੰਨਾ ਜੀ ਗੂੰਜਦੀ ਆਵਾਜ਼ ਉਹ ਉਥਾ ਜਿਆਰ ਲੱਗੋ ਦੀ ਸ਼ਬਦ ਮੈਨਸ ਹੋ ਜਾਂਦੇ ਨੇ। ਤੋ ਕੀ ਹੈ ਕਿ ਭਾਈ ਜੋਧ ਉਠਿਆ ਓਕੇ ਮਾਈ ਲਾਰਡ ਬੀ ਬੋਏ ਐਂਡ ਓਵਰ ਦੀ ਲਾਰਡ ਜਿਹੜੀ ਇਸ ਗੋਏ ਤੇ 75 ਕੋੜੀ ਦੇ ਜੜਿਆ ਆਵੇ ਭਾਈ ਜੋਧ ਕੋੜੀ ਦੇ ਜੜਿਆ ਆਵੇ ਭਾਈ 75 ਦੇ ਕੋੜੀ ਨੂੰ ਵਾਪੀ ਲਾਉਣ ਤੋਂ ਪਹਿਲਾਂ ਭਾਈ ਜੋਧ ਫਾਤੀ ਦੇ ਪਿੱਛੇ ਜਾਂਦਾ ਹੈ ਕਿ ਉਹ ਕੀ ਵਾਤੀ ਨੂੰ ਲਲਕਾਰ ਕੇ ਦੇਚਿਆ ਰਿਹਾ ਹੈ ਕੇਸਰੀ ਚੰਦ ਤੇ ਉਹ ਮੈਂਸ਼ਨ ਹੈ ਕਿ ਪਹਿਲਾਂ ਇਸ ਸਥਾਨਸ ਵਾਪਰੇ ਜਾ ਉਹ ਸਾਰੀ ਇਹ ਸਟਾਰਸ ਵੇ ਦੀ ਆ ਪੀਪਾ ਕੰਟ ਬਰਿਆ ਕੇ ਪਹਿਲਾ ਇਨਸਾਫ ਵਾਪਰਿਆ ਕਿ ਜਦੋਂ ਕਿਸੇ ਗੁਰੂ ਦੇ ਸਿੱਖ ਨੇ ਚਪੇੜ ਮਾਰ ਜੀ ਜਦੀਫਾ ਗਦਾਈ ਇਹਦੇ ਜੱਗੇ ਮદાન ਵਿੱਚੋਂ ਸਿਰ ਉੱਪਰ ਤੇ ਸਿੱਖ ਪੱਕੇ ਨਹੀਂ ਲੰਦਾ ਉਹ ਕੇ ਫਾਤ ਦੇ ਦੂਸਰੇ ਮਨ ਤੇ ਕਿਉਂ ਨਹੀਂ ਦੇ ਉਹ ਦੀ ਉਹ ਨਹੀਂ ਆਨੀਏ ਤੇ ਪੱਕ ਭਾਗਾ ਜਾਰ ਭਾਵੇਂ ਉਹ ਸਿੱਖ ਦੀ ਹੈ ਭਾਵੇਂ ਮੁਸਲਮਾਨ ਦੀ ਹੈ ਭਾਵੇਂ ਦੂ ਦੀ ਹੈ ਉਹ ਸਤਕਾਰ ਨਹੀਂ ਪਾਤਰ ਹੈ ਤੋਂ ਪਹਿਲੀ ਵਾਰ ਕਿੰਨਾ ਪਗ ਲਾਈ ਤੇ ਦੂਸਰੇ ਪਾਟ ਕੀ ਦਾ ਕੀ ਹੋਇਆ ਕਿ ਉਹਦੀ ਟੁੱਟਿਆ ਤੋਂ ਪੜਿਆ ਉਹਦਾ ਸਿਰ ਵੱਢ ਕੇ ਲੈ ਗਿਆ ਤੇ ਗੁਰੂ ਫਾਸ਼ ਦੇ ਪੈਰਾ ਦਰ ਇਟ ਸਟਾਰਟਸ ਮਿਸਟਿਕਸ ਰਹਾਤ ਤੋਂ ਤਿੰਨ ਪ੍ਰਾਣੇ ਇਨਫੋਰਮੇਸ਼ਨ ਹੈ ਜਾਨ ਹੈ ਜੋ ਤੁਸੀਂ ਕਹਿ ਦਿੰਦੇ ਜੋ ਗਸਪੈਡ ਹੈ ਤੇ ਤੀਸਰਾ ਮਿਸਟਿਕਸ ਜਮਾਇ ਤੋ ਇੰਨਾ ਚਿਰ ਤੱਕ ਕਿ ਪਰਤਾ ਨਹੀਂ ਟਾਓਗੇ ਤੇ ਦੁਨੀ ਚੱਦ ਤੋਂ ਭਾਈ ਜੋ ਦੁਆਰਾ ਸਬਰ ਤੈ ਨਹੀਂ ਹੋਣਾ ਕਰਤਾ ਨੂੰ ਤੁਸੀਂ ਅੰਡਰਸਟੈਂਡ ਹੀ ਕਰਨਾ ਤੇ ਲਾਸਟ ਕਰਤਾ ਕਹਿ ਕੇ ਮੈਂ ਤੁਹਾਡੇ ਕੋ ਖਿਮਾ ਲਵਾਂਗਾ ਉਹਰਾ ਇਤੇ ਮਦੀ ਦਾ ਸਦੀ ਦਾ ਬਿਸ਼ਾਦ ਨੂੰ ਡਿਫਾਈਨ ਕੀਤਾ ਇਹ ਮੇਰੀ ਵਿਆਖਿਆ ਹੈ ਬੰਦੇ ਨੂੰ ਪਤਾ ਨਹੀਂ ਕਿ ਕੀ ਕੀਤਾ ਪਰ ਮੈਂ ਜੋ ਲਵੇ ਉਹ ਰੋਪੇਂਦਾ ਹੈ ਸੋਪਨੇ ਵਿੱਚ ਪੌਣਾ ਨੀਂਦਾਂ ਵਿੱਚ ਪੌਣਾ ਉਹ ਉਮਰਾਵਿਆ ਵਾ ਆ ਰਿਹਾ ਨਕਸ਼ਿਫ ਰਸ਼ਾਨੇ ਰਿੰਡੇ ਬਾਨੇ ਉਹ ਕੌਲਾ ਨੂੰ ਪਗਾ ਰਿਹਾ ਕੌਣ ਹੈ ਮਹਾਰਾਜਾ ਦਵਾ ਸਾਹਿਬ ਇਹਨਾਂ ਜਨਰੀ ਦਾ ਦਰਬਾਰ ਹੈ ਤੇ ਸਿੱਖ ਸਾਹਮਣੇ ਬੈਠੇ ਨੇ ਤੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਮਿੱਤਰੋ ਸਰੋ ਬੱਟਾ ਨੇ ਜਾ ਆਜੂ ਆ ਕੁਝ ਦਵਾਂਗੇ ਪਰ ਉਹ ਕੀ ਕਰ ਰਹੇ ਨੇ ਉਹ ਕੌਣ ਫੁਦਾ ਹੈ ਉਹ ਤੋਂ ਉਹ ਦਾਰਿਆ ਲੰਦਿਆ ਮੀੜਾ ਉਹ ਕਿਰਦਾਰੇ ਉਤਰਦੇ ਬਦੇ ਜੀ ਬੇੜਾ ਬਾਹਰ ਦੇ ਕਿਉਂ ਰੀਤੋਂਗੇ ਤੂੰ ਕਹਿ ਜੂਗਾ ਕਿੰਤਾ ਰੇਤਾ ਉਹ ਜ਼ਿਆਦਾ ਸਜਾਰਿਆ ਪੰਨੇ ਤੇ ਕਿ ਸੁਣਾ ਸੋਚਦਾ ਰਿਸ਼ਾਨ ਉਹ ਆਪਰ ਕਾਰਿਆ ਰੋਸ਼ਦੀ ਜਬিনা ਸਿੱਧਕ ਮੰਗਨਾ ਤਲੀ ਤੇ ਸੀ ਸੜੀ ਅਥੀਆਦ ਤੋ ਤੇ ਆਤਲਾ ਹੁਣ ਵੇਜੜੇ ਗਾਵਾਏ ਉਹ ਜਦੋਂ ਚਾਂਦਨੀ ਟੋਪੇ ਚ ਵਾਪਰਦੀ ਹੈ ਤੇ ਫਿਰ ਇਨਕਲਾਬ ਆਉਂਦਾ ਹੈ ਤੋ ਇਨਕਲਾਬ ਕੀ ਹੈ ਕਿ ਸਭ ਤੋਂ ਪਹਿਲਾ ਬੰਦਾ ਬਗਾਵਤ ਕਰਦਾ ਹੈ ਜਿਸ ਵਜh ਮੈਂਚਿੰਗ ਦਾ ਰੋਜਨਾਤਾ ਦੋ ਬੜੀ ਵੀ ਇਸ ਤਰ੍ਹਾਂ ਕਿਸੇ ਨੂੰ ਨਹੀਂ ਇਹ ਇਟਸ ਅ ਬਰਥਡੇ ਜੋ ਉਹ ਨਹੀਂ ਦੰਸਕ ਤੇ ਕਿਉਂ ਅਸੀਂ ਕਿਉਂ ਨਹੀਂ ਉਹਨਾਂ ਦੇਮ ਫੈਜ਼ਲਾ ਜਿਹੜਾ ਮੁਗਲਿਆ ਹਕੂਮਤ ਦਾ ਬੰਦਾ ਬਗਾਵਤ ਕਰਦਾ ਹੈ ਉਹਦਾ ਨਾਮ ਹੈ ਕਵਾਜਾ ਅਬਦੁੱਲਾ ਐਡ ਕਵਾਜਾ ਅਬਦੁੱਲਾ ਜਿਹੜਾ ਹੈ ਸਭ ਤੋਂ ਪਹਿਲਾਂ ਭਾਈ ਜੈਤਾ ਜਿੱਦੋਂ ਪਹਿਲਾਂ ਪਹੁੰਚ ਕੇ ਇਨਫੋਰਮੇਸ਼ਨ ਦੰਦਾਗੇ ਸੱਜੇ ਪਾਸੇ ਉਹ ਜੀ ਸੀ ਇਰ ਉਹਦੇ ਜੀ ਨੂੰ ਪਰਮੇਸ਼ਰ ਤੋਂ ਬਾਅਦ ਪਾਛਾ ਜੀ ਉਹ ਅਗੇ ਨੂੰ ਚਾਦੇ ਅੰਦੇ ਅੱਗੇ ਭਾਈ ਜੈਤਾ ਜੀ ਸੀਜ਼ਨਿਕ ਡਾਇਟ ਤੇ ਯਾਦ ਰੱਖਿਓ ਇਹਨਾਂ ਕਪਟਾ ਦੇ ਵਿੱਚ ਹੀ ਮੈਂਟੇਨ ਹੈ ਕਿ ਜਿਸ ਦਿਨ ਪਰਵਰਜਾਂ ਦੀ ਰਾਤਾਂ ਚਾਂਦਨੀ ਅਸਰੀ ਅਨੰਦ ਫੁਰਬਾਖ ਇਹਨਾਂ ਸ਼ਡਿਆ ਤੇ ਸੇਵ ਡੋਨ ਪ੍ਰੋਵਾਈਡ ਕੀਤਾ ਇਹ ਫਿਰ ਰੋਜ਼ਾਨਾ ਦੇਣਗੇ ਕਿ ਸੇਵ ਡੋਨ ਪ੍ਰੋਵਾਈਡ ਕੀਤਾ ਉਸ ਸੇਵ ਡੋਨ ਪ੍ਰੋਵਾਈਡ ਕਿਨੇ ਕੀਤਾ ਦੀ ਵਾਜਾ ਅਬਦੁੱਲਾ ਤੇ ਭਾਈ ਬਿਜਤਸਫ ਉਹਨਾਂ ਤੀਰਾਂ ਦੀ ਵਿਚਾਰ ਦਿੱਤੀ ਇਹ ਮੁਗਲੀਆਂ ਭੂਮਨ ਦੇ ਜਿਹੜੇ ਕਾਰਤਾਰੇ ਸੀ ਪਿਛੇ ਨਬਰੀਏ ਸੇ ਪਾਟਾ ਅਗੇ ਨੂੰ ਨਿਕਲ ਗਏ ਇੱਕ ਜਦੋਂ ਸਸਾ ਨਦੀ ਨੂੰ ਪਾਰ ਕਰਨਾ ਸੀ ਤੇ ਗੁਰੂ ਪਾਚਾ ਨੇ ਤੂਬਾ ਦੀਆਂ ਬਾਰਨ ਲਾਇਆ ਇਸ ਇੱਕ ਸੀ ਵਾਰ ਅਬਦੁੱਲਾਹ ਜਦ ਤੋ ਜਸੀ ਪਾਇ ਚਤ ਕੁਆਤਾ ਦੋਦੋ ਗਾਰਨਾ ਲੱਗ ਲਕ ਮਰ ਅਕਰ ਮਿਆ ਵਤਾਤੀ ਕੇ ਸ਼ਾਹ ਅਦਲורי ਪਾਈ ਦੇ ਚਤਰ ਅਗੇ ਆਇਆ ਸੋਨੂ ਕੇ ਦੇਰੋ 4 ਰੁਪਿਆ ਹਜੇ ਕਾਰੀ ਪਾਈ ਵਾ ਪਾਈ ਖਵਾਜਾ ਅਬਦੁੱਲਾ ਸਿੰਘ ਉਤੇ ਸ਼ਾਹ ਅਦਲਤਾਜ ਉਹ ਸਾਰੀਆਂ ਗਰਦਾਂ ਅਣ ਕਈ ਹਫ਼ਤਾ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸੁਭੀਆਂ ਸੁਭੀਆਂ ਬੇ ਉਹ ਸ਼ਿਕਰਿਓ ਕਿਤਾਬ ਤੁਹਾਡੇ ਹੱਥਾਂ ਵਿੱਚ ਹੋਣੀ ਹੈ ਮੈਨੂੰ ਮੈਂ ਤਾਂ 2 ਘੰਟਾ ਲੈ ਲਿਆ ਮੈਂ ਅੱਜ ਇਹ ਸੰਬੋਧਨ ਨਹੀਂ ਆ ਗੋਗੇ ਮੈਨੂੰ ਉਹ ਬਾਰੇ ਕਰਨੀ ਹੈ ਯਾਨੀ ਪਰ ਕਿਉਂਕਿ ਇੰਪੈਕਟਨ ਦੀ ਸਰੀਰ ਦੀ ਕਪੈਸਿਟੀ ਜਦੋਂ ਉਹ ਕੈਪੈਸਿਟੀ ਨੂੰ ਫਾਰ ਕਰਾਂਗੇ ਤੇ ਅਸੀਂ ਥੱਕ ਜਾਵਾਂਗੇ ਹੋਰ ਹੋ ਜਾਗੇ ਜਦਨਾ ਖੇਤਾਂਾਂਗੇ ਪਰਤਦਰ ਪਰਤ ਗੱਦਾਂ ਕਰਾਂਗੇ ਮੈਂ ਅਫਸਰ ਮੇਰਾ ਬੇਟਾ ਇਥੇ ਹੈ ਮੈਂ ਉਹਨਾਂ ਰੀਨਾਂ ਆਪਾਂ ਫਿਰ ਬਣਾ ਗਈ ਜਾਂਦੀ ਤੇ ਇਸ ਤੋਂ ਕਵਸਾ ਦੇ ਨਾਲ ਨਾਲ ਅਸੀਂ ਹੋਰ ਗੱਨਾ ਕਰਾਂਗੇ ਤਾਂ ਕਿ ਆਪਰੀ ਵਿਰਾਸਤ ਦੀ ਚੇਦਰਾਂ ਨੂੰ ਅਸੀਂ ਆਪਣੇ ਮਸਤਕ ਦਾ ਭਾਗ ਨਾ ਠੀਏ ਤੇ ਅਸੀਂ ਕਿਤੇ ਨਾ ਕਿਤੇ ਕੇਵਲ ਦਾਵੇਦਾਰੀ ਨਾ ਕਰੀਏ ਤਵੀ ਤਾਰੋ ਜੀਏ ਉਹ ਲਾਤੁਕਾ ਨੇ ਛੇਮਾ ਵਾਇਗੁਰ ਜੀ ਦਾ ਫਾਲਸਾ ਵਾਇਗੁਰ ਅਸਲ 'ਚ ਗਿੜੀ ਪਵਿੱਤਰ ਰਸਮ ਆਪਾਂ ਕਰਨੀ ਹੈ ਸਭ ਤੋਂ ਪਵਿੱਤਰ ਰਸਮ ਤੋਂ ਬਾਅਦ ਆਪਾਂ ਮੂੰਹ ਮਿੱਠਾ ਵੀ ਕਰਾਂਗੇ ਉਹ ਹੈ ਕਿਤਾਬ ਰਿਲੀਜ਼ ਦੀ ਇਹ ਬੜੀ ਪਿਆਰੀ ਰਵਾਇਤ ਹੈ ਗੁਣੇ ਦੱਸਿਆ ਸੀ ਇਹਨੇ ਕਿ ਸਾਡੇ ਯੂਨੀਵਰਸਟੀਆਂ ਦੇ ਵਿੱਚ ਇਹੀ ਹੁੰਦਾ ਹੈ ਕਿ ਜਿਹੜੀ ਕਵਤਾ ਹੈ ਉਹਦੀ ਖੁਸ਼ੀ ਇੰਨੀ ਹੁੰਦੀ ਹੈ ਕਿ ਜਿਵੇਂ ਸਾਡੇ ਘਰ ਬੱਚਾ ਪੈਦਾ ਹੋ ਗਿਆ ਤੇ ਵੀਰਾ ਤੈਨੂੰ ਯਾਦ ਹੈ ਤੇਰੇ ਪਾਪਾ ਨੇ ਲਿਖੀ ਸੀ ਜਦੋਂ ਕੀਤੀਆਂ ਕਾਂਡ ਹੋ ਗਿਆ ਸੀ ਕੀਤੀ ਆ ਗਈ ਮਧੋੜੀ ਗੱਲ ਮਾਮੂਲੀ ਸੀ ਬੜੀ ਵੱਡੀ ਕਵਤਾ ਹੈ ਪਤਾ ਨਹੀਂ ਇਹਨੇ ਕੁੜੀ ਨੇ ਸੰਭਾਲ ਕੇ ਰੱਖੀ ਨਹੀਂ ਇਹਨੂੰ ਚਾਹੀਦਾ ਹੈ ਕਿ ਆਪਣੇ ਬਾਪੂ ਦੀਆਂ ਗੱਲਾਂ ਕਰਿਆ ਕਰੇ ਕਦੀ ਕਦੀ ਅ ਕਿਉਂਕਿ ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਤੋਂ ਲੋਕਾਂ ਨੂੰ ਕਰਨੀ ਚਾਹੀਦੀਆਂ ਨੇ ਤੇ ਇਹਨਾਂ ਨੂੰ ਖਾਸ ਕਰਕੇ ਕਰਨੀ ਜਾਈਦੀਆਂ ਨੇ ਤੋਂ ਕੀ ਹੈ ਕਿ ਪ੍ਰਧਾਨ ਜੀ ਕਿੱਥੇ ਨੇ ਸਾਡੇ ਪ੍ਰਧਾਨ ਜੀ ਅੱਜ ਦੇ ਆਉਣ ਰਾਜ ਸਿੰਘ ਜਰੂਰ ਆਉਣ ਕਿਉਂਕਿ ਇਹਨਾਂ ਤੋਂ ਬਿਨਾ ਤੇ ਨਹੀਂ ਬਾਕੀ ਸਾਰੇ ਵਨਜਾਰਾ ਨੋਵੇੜ ਵਾਲੇ ਤੇ ਕਤਾਬ ਰਿਲੀਜ਼ ਕਰੀਏ ਤੇ ਉਸ ਤੋਂ ਬਾਅਦ ਪ੍ਰਧਾਨਗੀ ਪਾਸ਼ਨ ਜਿਹੜਾ ਹੈ ਪ੍ਰਧਾਨ ਜੀ ਕਰਨਗੇ ਇਹ ਇਹਨਾਂ ਦੀਆਂ ਜਾਣਨ ਤੇ ਪਰ ਮੇਰਾ ਇਹ ਕਿ ਹੋਰ ਤੋਂ ਪਹਿਲਾਂ ਜਿਹੜੀ ਕਵਤਾ ਤੁਸੀਂ ਪ੍ਰਧਾਨ ਜੀ ਉਹ 2 ਮਿੰਟ ਲਈ ਸੁਣਾ ਦਿਓ ਇਹ ਜਾਗਣਾ ਇਹ बेहोशी ਚ ਸੁਪਨਾ ਜਿਹਾ ਇਹ ਸੋਣਾ ਇਹ ਮੌਤ ਜੋ ਉੱਠਣਾ ਜਿਹਾ बेहोशी ਚ ਉੱਠ ਹੋਸ਼ ਵਿੱਚ ਕੀ ਕਹਿ ਰਿਹਾ ਕਹਿ ਰਿਹਾ ਕਰ ਰਿਹਾ ਇਹ ਕੀ ਹੋ ਰਿਹਾ ਸਰੀਰ ਵਿੱਚ ਥਰਥਰਾਹਟ ਤੇ ਦਿਹੀ ਦਾ ਰਜਣਾ ਆਨੰਦ ਦੀ ਵਰਖਾ ਤੇ ਸੁਰਤ ਦਾ ਭਜਣਾ ਇਹ ਵਿਸਮਾਦੀ ਸਮਾਦੀ ਇਹ ਚੰਤਨ ਦੇ ਰਾਗਾ ਇਹ ਬੰਦੀ ਖਾਮੋਸ਼ੀ ਇਹ ਸੁਰਤਾਂ ਦੀਆਂ ਜਾਗਾ ਇਹ ਰੌਣਜ ਇਹ ਦਿਲਕਸ਼ ਅਲੌਕਿਕ ਇਲਾਹੀ ਇਹ ਇਕਾਗਰ ਇਹ ਰਹਿਮਤ ਅਨਾਇਦ ਇਲਾਹੀ ए जलाला जमाला अलापा नगारे ए सुन्ना ए सहजा चलका करतारे ए रहमत ए कृपा ए उबरे उबारे ए कण कण ए मद होशी नमस्कारे 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 नमस्कार बहुत बहुत धन्यवाद सारे आज ਕਈ ਜਾਣਕਾਰ ਚਿਹਰੇ ਜਿਹੜੇ ਆ ਉਹ ਦੁਬਾਰਾ ਦੇਖਣ ਨੂੰ ਮਿਲੇ ਕਈ ਨਵੇਂ ਚਿਹਰਿਆਂ ਦੇ ਨਾਲ ਪਛਾਣ ਹੋਈ ਰਾਜਪੰਡਾਲ ਦੇ ਨਾਲ ਮੇਰੀ ਪਛਾਣ ਜਿਹੜੀ ਨਾ ਕੋਈ ਅਚਨਚੇਤ ਨਹੀਂ ਸੀ ਹੋਈ ਬੜੀ ਗਿਣ ਮਿੱਥ ਕੇ ਹੋਈ ਸੀ ਮੇਰੇ ਵੱਡੇ ਵੀਰ ਸ਼ੇਬਰਾਗ ਇਹਨਾਂ ਨਾਲ ਜਦੋਂ ਮਿਲਣਾ ਤੇ ਇਹਨਾਂ ਨੇ ਕਹਿਣਾ ਤੈਨੂੰ ਇੱਕ ਬੰਦੇ ਨਾਲ ਬੁਲਾਉਣਾ ਤੇਰੇ ਵਰਗਾ ਹੀ ਆ ਸੋ ਉਹਦੇ ਵਿੱਚ ਮੇਰੇ ਖਾਲ ਨਾਲ ਡਾਇਲੋਗ ਉਧਰ ਵੀ ਇਹੀ ਚੱਲਦਾ ਹੋਣਾ ਆ ਪਰ ਜਦੋਂ ਅਸੀਂ ਮਿਲੇ ਤੇ ਉਹ ਤਸਵੀਰ ਜਿਹੜੀ ਸੀ ਉਹ ਰਲਦੀ ਸੀ ਉਹ ਭਾਵੇਂ ਤਸਵੀਰਾਂ ਖਿੱਚਣ ਦੀ ਸੀਗੀ ਭਾਵੇਂ ਆਫ ਰੋਡਿੰਗ ਕਰਨ ਦੀ ਸੀਗੀ ਕਿਤਾਬਾਂ ਦੀ ਸੀਗੀ ਕਿਸੇ ਚੀਜ਼ ਦੀ ਵੀ ਸੀਗੀ ਸੋ ਆਪਸ ਦੇ ਵਿੱਚ ਉਹ ਜਿਹੜੀ ਤਸਵੀਰ ਰੜਨ ਦੇ ਨਾਲ ਇੱਕ ਨਵੀਂ ਜਿਹੜੀ ਸਾਂਝ ਇੱਕ ਨਵੀਂ ਸਾਡੀ ਆਪਣੀ ਚੇਤਨਾ ਦੇ ਵਿੱਚ ਨਵੀਆਂ ਜਿਹੜੀਆਂ ਨੇ ਖਿਆਲਾਂ ਦੇ ਵਿੱਚ ਜਿਹੜੇ ਆ ਉਹ ਨਵੇਂ ਪ੍ਰਵਾਸ ਜਿਹੜੇ ਆ ਉਹ ਮਿਲੇ ਜਿਹੜੇ ਕਿ ਇੱਕ ਮੇਰੇ ਤੇ ਰਾਜ ਦੇ ਜ਼ਿੰਦਗੀ ਦੇ ਵਿੱਚ ਲਾਈਫ ਸਟੋਰੀ ਲਾਈਫ ਮਾਈਲਸਟੋਨ ਦੇ ਤੌਰ ਦੇ ਉੱਤੇ ਉਹ ਹੈਗੇ ਆ ਰਾਜ ਨੇ ਜਦੋਂ ਕਵਿਤਾ ਸੁਣਾਈ ਨਾ ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਕਵਿਤਾ ਖੜ ਕੇ ਪੜ੍ਹਨ ਵਾਲੀ ਨਹੀਂ ਡਾਕਟਰ ਸਾਹਿਬ ਨੇ ਬਹੁਤ ਵਿਸਥਾਰ ਦੇ ਵਿੱਚ ਹਾਲਾਂਕਿ ਮੇਰੇ ਖਿਆਲ ਨਾਲ ਪਹਿਲੀ ਜਾਂ ਦੂਜੀ ਲੇਅਰ ਹੀ ਆ ਜਿਹਦੇ ਬਾਰੇ ਚ ਦੱਸਿਆ ਤਾਂ ਹੀ ਉਹ ਬਾਰ-ਬਾਰ ਤਕੀਦ ਕਰ ਰਹੇ ਸੀ ਕਿ ਭਈ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਸਮਿਆਂ ਦੇ ਵਿੱਚ ਜਦੋਂ ਵੀ ਹੋਇਆ ਤੇ ਬੈਠ ਕੇ ਕਵਿਤਾ ਬਾਰੇ ਬਹੁਤ ਵਿਸਥਾਰ ਦੇ ਵਿੱਚ ਵਿਚਾਰਾਂਗੇ ਕਿਉਂਕਿ ਕਵਿਤਾ ਦੇ ਨਾਲ ਚੱਲਣਾ ਪੈਣਾ ਆ ਕਵਿਤਾ ਦੇ ਵਿੱਚਲੇ ਜੋ ਪ੍ਰਵਾਸ ਨੇ ਉਹਨਾਂ ਨੂੰ ਸਮਝਣ ਦੇ ਲਈ ਜੇ ਨਹੀਂ ਹੋਇਆ ਤੇ ਫੇ ਪਿੱਛੇ ਰਹਿ ਜਾਗੇ ਫੇ ਸਮਝ ਨਹੀਂ ਆਈ ਤੇ ਫਿਰ ਉਹ ਇਦਾਂ ਕਹਿੰਦੇ ਕਿ ਵੀ ਅੰਗੂਰ ਖੱਟੇ ਆ ਇੱਥੇ ਸ਼ਾਹੀਨ ਚਾਹੀਦੇ ਆ ਕਵਿਤਾ ਪੜ੍ਹਨ ਦੇ ਲਈ ਲੂੰਬੜੀਆਂ ਨਹੀਂ ਚਾਹੀਦੀਆਂ ਸੋ ਜਦੋਂ ਉਹ ਪ੍ਰਵਾਸ ਜਿਹੜਾ ਆ ਤੁਹਾਡੇ ਮਨ ਦੇ ਵਿਚਾਰਾਂ ਦੇ ਵਿੱਚ ਉਹ ਬਣਦਾ ਆ ਜਾਂ ਤੁਸੀਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਦੇ ਹੋ ਜਿਹੜੇ ਕਵਿਤਾ ਨੂੰ ਸਮਝਦੇ ਨੇ ਤੇ ਤੁਹਾਨੂੰ ਉਹਦੇ ਵਿੱਚੋਂ ਬਹੁਤ ਹੀ ਵਧੀਆ ਮਹੀਨ ਜੜੀਆਂ ਨੇ ਉਹੋ ਸ਼ਬੀਹਾ ਉਹਨਾਂ ਦਾ ਮਤਲਬ ਵੱਖਰੇ ਵੱਖਰੇ ਖਿਆਲ ਜਿਹੜੇ ਨੇ ਉਹ ਮਿਲਣਗੇ ਮੈਂ ਜਦੋਂ ਡੈਡੀ ਇੱਥੇ ਕੈਨੇਡਾ ਆ ਗਏ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਦਾਂ ਕੈਨੇਡਾ ਠੀਕ ਹੈ ਮਿਸਤਾ ਨਹੀਂ ਕਰਦੇ ਉਹ ਕਹਿੰਦੇ ਨਹੀਂ ਕਹਿੰਦੇ ਜੇ ਜਲੰਧਰ ਮਿਸ ਕਰਦਾ ਹੁੰਦਾ ਤੇ ਫੇ ਸ਼ਾਇਦ 14 ਚੱਕ ਲਾਲਪੁਰ ਦੇ ਵਿੱਚ ਉਹ ਵੀ ਕਰਦਾ ਕਹਿੰਦਾ ਅਸੀਂ ਹਮੇਸ਼ਾ ਤੁਰਦੇ ਆ ਅਸੀਂ ਵਣ ਜਾ ਰਹੇ ਆ ਮਨੋ ਵੀ ਤੇ ਤਨੋ ਵੀ ਸੋ ਮੇਰੇ ਲਈ ਅੱਜ ਸੀ ਕਿ ਇੱਕ ਵਨਜਾਰੇ ਨੇ ਹੋਰ ਵਨਜਾਰੇ ਜਿਹੜੇ ਆ ਇਕੱਠੇ ਕੀਤੇ ਆ ਤੇ ਤੁਸੀਂ ਸਾਰੇ ਅੱਜ ਇੱਥੇ ਪਹੁੰਚੇ ਹੋ ਆ ਇੱਕ ਜ਼ਰੂਰੀ ਗੱਲ ਜਿਹੜੀ ਆ ਨਾ ਮੈਂ ਚਾਹੁੰਦਾ ਕਿਉਂਕਿ ਪਹਿਲਾਂ-ਪਹਿਲਾਂ ਜਦੋਂ ਮੈਂ ਕੈਨੇਡਾ ਦੇ ਵਿੱਚ ਆਇਆ ਤੇ ਸਿਹਤ ਸੁਭਾਵਾਂ ਚ ਜਾਣਾ ਤੇ ਅਕਸਰੇ ਸ਼ਬਦ ਜਿਹੜਾ ਵਰਤਿਆ ਜਾਂਦਾ ਸੀਗਾ ਕਿ ਪ੍ਰਵਾਸੀ ਪੰਜਾਬੀ ਕਵਿਤਾ ਜਿਹੜੀ ਆ ਉਹਦੇ ਬਾਰੇ ਚ ਗੱਲਬਾਤ ਕਰਾਂਗੇ ਜਾਂ ਇਹ ਸਾਡੇ ਪ੍ਰਵਾਸੀ ਪੰਜਾਬੀ ਕਵੀ ਹੈਗੇ ਆ ਕੈਨੇਡਾ ਸਾਡਾ ਘਰ ਆ ਕੈਨੇਡਾ ਅਸੀਂ ਕੈਨੇਡਾ ਵਾਲੇ ਆ ਤੇ ਕੈਨੇਡਾ ਦੇ ਵਿੱਚ ਹੀ ਰਹਿੰਦੇ ਆ ਇਹ ਪੰਜਾਬੀ ਕੈਨੇਡੀਅਨ ਕਵਿਤਾ ਆ ਜਿਹੜੀ ਕਿ ਇੱਕ ਸਿੱਖ ਕੈਨੇਡੀਅਨ ਨੇ ਲਿਖੀ ਆ ਪ੍ਰਵਾਸ ਜਿਹੜਾ ਨਾ ਜੀ ਉਹ ਹੁਣ ਉਧਰ ਦਾ ਤੇ ਇਧਰ ਦਾ ਫਰਕ ਜਿਹੜਾ ਉਹ ਮਿਟ ਗਿਆ ਆ ਹੁਣ ਸਾਨੂੰ ਉਸ ਹਿਸਾਬ ਦੇ ਨਾਲ ਇਹ ਚੀਜ਼ ਜਿਹੜੀ ਉਹ ਦੇਖਣੀ ਪੈਗੀ ਕਿਉਂਕਿ ਅੱਗੇ ਹੁਣ ਸਾਡੇ ਬੱਚਿਆਂ ਨੇ ਉਹਨਾਂ ਨੇ ਵੀ ਕਵਿਤਾਵਾਂ ਲਿਖਣੀਆਂ ਨੇ ਉਹਨਾਂ ਨੇ ਵੀ ਸਹਿਤ ਜਿਹੜਾ ਆ ਉਹ ਰਚਨਾ ਹੈਗਾ ਆ ਬਹੁਤਾ ਸਮਾਂ ਨਹੀਂ ਲੈਂਦਾ ਮੈਂ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਅੱਜ ਬਹੁਤ ਹੀ ਇਕਾਗਰਚਿਤ ਹੋ ਕੇ ਡਾਕਟਰ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਬਾਬਾ ਬੋਤਾ ਸਿੰਘ ਹੁਣੀ ਜਾਂ ਭਾਈ ਬਚਿੱਤਰ ਸਿੰਘ ਭਾਈ ਜੋਧ ਹੁਣੀ ਉਹਨਾਂ ਦੀ ਜੋ ਸ਼ਖਸੀਅਤ ਸੀਗੀ ਉਹਨਾਂ ਦੇ ਜੋ ਕਾਰਨਾਮੇ ਸੀਗੇ ਉਹਨਾਂ ਦੀਆਂ ਤਸ਼ਬੀਹਾ ਉਹਨਾਂ ਦੇ ਜਿਹੜੇ ਖਿਆਲਾਤ ਨੇ ਉਹ ਕਵਿਤਾ ਦੇ ਅੱਖਰਾਂ ਦੇ ਵਿੱਚ ਕਿੱਦਾਂ ਗੁੰਦੇ ਗਏ ਤੇ ਅਣਕਬੀ ਅਣਕਹੀ ਕਵਿਤਾ ਬਣ ਗਈ ਆ ਸੋ ਤੁਸੀਂ ਉਹਨੂੰ ਬਹੁਤ ਪਿਆਰ ਦੇ ਨਾਲ ਬਣਾਇਆ ਤੇ ਮੈਂ ਇੱਕ ਵਾਰੀ ਵੰਜਾਰਾ ਨੋਮੈਡ ਤੇ ਵੰਜਾਰਾ ਰਾਜਪੰਡਾਲ ਉਹਨਾਂ ਦੇ ਤਰਫੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਆ ਤੇ ਮੈਂ ਬੇਨਤੀ ਕਰਦਾ ਕਿ ਵੰਜਾਰਾ ਦੀ ਸਾਰੀ ਟੀਮ ਜਿਹੜੀ ਆ ਉਹ ਇੱਥੇ ਆਵੇ ਡਾਕਟਰ ਸਾਹਿਬ ਪਲੀਜ਼ ਆਓ ਤੇ ਅਸੀਂ ਜਿਹੜੀ ਅੱਜ ਦੀ ਕਵਿਤਾ ਅਣਕਹੀ ਕਵਿਤਾ ਦੀ ਜਿਹੜੀ ਕਿਤਾਬ ਦੀ ਜਿਹੜੀ ਪਵਿੱਤਰ ਰਸਮ ਆ ਉਹਨੂੰ ਅਦਾ ਕਰੀਏ ਤੇ ਤੁਹਾਨੂੰ ਸਾਰਿਆਂ ਨੂੰ ਪੇਸ਼ ਕਰੀਏ ਪਲੀਜ਼ ਡਾਕਟਰ ਸਾਹਿਬ ਵੰਜਾਰਾ ਨੋਮੈਂਟ ਦੀ ਸਾਰੀ ਟੀਮ ਜੀ ਖਿਆਲਾ ਦੇ ਸਮੁੰਦਰਾਂ ਵਿੱਚੋਂ ਨਿੱਕੇ ਸ਼ਬਦਾਂ ਦੇ ਨੀਰ ਉੱਠ ਗੂੜੇ ਅੰਬਰਾਂ ਦੀ ਅਦ੍ਰਿਸ਼ਟ ਮੰਡਲਾਂ ਨੂੰ ਕਦੋਂ ਚੁੰਮਣਗੇ ਅੰਨਾ ਸਵਾਲ ਕੁਛਦਾ ਹੈ ਹਰਦੇ ਵਿੱਚ ਗੁਪਤ ਪੰਛੀਆਂ ਦੀਆਂ ਡਾਰਾਂ ਉੱਠ ਜਿਉਂਦੇ ਵਾਕ ਬਣ ਕਦੋਂ ਲੈ ਸੁਰਨਾਦ ਵਿਸਮਾਦੀ ਰਾਗਾਂ ਵਿੱਚ ਝੂਮਣਗੇ ਬੰਨਾ ਸਵਾਲ ਪੁੱਛਦਾ ਹੈ ਨੀਂਦ ਵਿੱਚ ਟਹਿਰੇ ਜਜ਼ਬਾਤ ਕਦੋਂ ਉੱਠ ਚੜਦੀ ਕਵਿਤਾ ਦੀ ਸਤਰੰਗੀ ਪੀਂਗ ਚੜ੍ਹੇ ਆਪਾ ਖੁਦ ਨੂੰ ਭੁੱਲਣਗੇ ਉਹ ਬੰਨਾ ਸਵਾਲ ਮੋਛੀ ਸ਼ੇਨਕ ਮੇ ਕੋਰੀ ਸਖਣੀ ਜ਼ਿਲਦ ਨੂੰ ਪੜਿਆ ਉਠ ਨਕਸ਼ ਬੈਠ ਉਹ ਮਹਿਕ ਵਾਸ਼ਨਾ ਸੁਗੰਧੀ ਸੁਗਣ ਕੇ ਪੰਨਾ ਜਵਾਬ ਮੰਗਦਾ ਹੈ ਦੋ ਰੂਹਾਂ ਦਾ ਵਾਸਾ ਸ਼ਪਤ ਕਰ ਰਹੇ ਮੈਂ ਝੁਗ ਰਿਹਾ ਸਵਾਲ ਪਾ ਰਹੇ ਮੈਂ 부ਜ ਰਿਹਾ ਖਿਆਲ ਪ੍ਰੋ ਵਾਕਾਂ ਵਿੱਚ ਮਾਰਚ ਦੀ ਤਾਂ ਜੋ ਸੁਝ ਰਿਹਾ ਤੂੰ ਨਹੀਂ ਸੁਣੀਂਦੀ ਤਾਰ ਵਜਿੰਦੀ ਕੰਮ ਬਾ ਛੱਡਦਾ ਹੈ ਤਰਕਾਂ ਤੋਂ ਪਰੇ ਸ਼ਬਦਾਂ ਤੋਂ ਬਿਨਾ ਇੱਕ ਨਾਮ ਗਿੜਦਾ ਹੈ ਹੋਂਦ ਮਿਟਾ ਆਪਣੀ ਇੱਕ ਦੀਵਾ ਖਿਲਦਾ ਹੈ ਜਿਸਮ ਮਿਟਾ ਆਪਣਾ ਇੱਕ ਸੂਰਜ ਮਿਲਦਾ ਹੈ ਦੀਵੇ ਸੂਰਜਾਂ ਤੱਕ ਉੱਠ ਦੌੜ ਉਡਾਨਾ ਨਹੀਂ ਮੇਰੀਆਂ ਹਾਲੀ ਦਿਸਦਿਆਂ ਤੋਂ ਪਰੇ ਅਣਦਿੱਖ ਉਡਾਨਾ ਮੈਦਾਨਾਂ ਦੀ ਭਾਲੀ ਸੁਣਿਆ ਉਸ ਦੇਸ਼ ਦੇ ਅੰਦਰ ਸਭ ਵੀਗ ਚ ਚੱਲਦਾ ਹੈ ਬ੍ਰਹਮੰਡੀ ਨਾਦ ਜਿਹਾ ਚੁੱਪਚੀ ਤਾ ਹਨੇਰਾ ਜਾਨ ਨਾਲ ਵਿੱਚ ਟਲਦਾ ਹੈ ਤੂੰ ਪਾਂਡਾ ਕਾਰਖਾਨੀ ਤੂੰ ਮਾਰ ਬਹਾਰੀ ਵੇ ਲਾ ਪੋਚਾ ਹੋਂਦ ਮਿਟਾ ਤੂੰ ਕਰ ਤਿਆਰੀ ਵੇ ਤੇਰੇ ਨਿੱਗੇ ਬਲਦੇ ਨੂੰ ਤੇਰੇ ਡਿਗ ਦੇ ਟਲਦੇ ਨੂੰ ਤੈਨੂੰ ਸ਼ਾਂਤ ਜਿਹਾ ਕਰਨਾ ਤੈਨੂੰ ਬਲ ਦੇ ਜਲਦੇ ਨੂੰ ਆ ਦੂਤੀ ਲੋ ਨੇ ਬੋ ਚਲਿਆ ਵੇ ਬੁੱ컬 ਜਫੀ ਮਾਰੀ ਵੇ ਦੁਨੀਆ ਨਵੀਂ ਬਣ ਗਈ ਚਾਹੇ ਜਾਨ ਵੀ ਹਾਰੀ ਵੇ ਮੈਂ ਕਰ ਅੱਖਾਂ ਬੰਦ ਉਹ ਨਜ਼ਾਰਾ ਪਾਲਦਾ ਮੈਂ ਤਿੰਨ ਮਹੀਨੇ ਕੱਟ ਨਹੀਂ ਸੀ ਪੂਰੇ ਸਾਲ ਦਾ ਮੈਂ ਦੁਨੀਆ ਪਰੇ ਵਿੱਚ ਵਸ ਰਿਹਾ ਖਾ ਖੇਲ ਜਾਗ ਨੀਂਦ ਵਿੱਚ ਹੱਸ ਰਿਹਾ ਇੱਕ ਤਨ ਦੋ ਰੂਹਾਂ ਦਾ ਵਾਸਾ ਸੀ ਮਾਂ ਮੇਰਾ ਕਰ ਮੈਂ ਵਿੱਚ ਇੱਕ ਕਾਸਾ ਸੀ ਮੈਂ ਵਿੱਚ ਇੱਕ ਕਾਸਾ ਸੀ ਲਿਖੇ ਬਾਜੇ ਸੁਰਤ ਨਹੀਂ ਬੋਲ ਬੋਲ ਗਵਾਈਏ ਬਾਬਾ ਨਾਨਕ ਜੀ ਦੇ ਇਹਨਾਂ ਪਵਿੱਤਰ ਸ਼ਬਦਾਂ ਨਾਲ ਮੈਂ ਆਪਣੀ ਗੱਲ ਸ਼ੁਰੂ ਕਰਨ ਜਾ ਰਿਹਾ ਹਾਂ ਪਾਤਸ਼ਾਹ ਕਹਿੰਦੇ ਕਿ ਜੋ ਲਿਖ ਲਿਆ ਉਹ ਸਦੀਵੀ ਹੈ ਤੇ ਜੋ ਬੋਲ ਬੋਲ ਗੱਲਾਂ ਕਰਦੇ ਰਹੇ ਉਹ ਸ਼ਬਦ ਹਮੇਸ਼ਾ ਲਈ ਗਵਾਚ ਜਾਂਦੇ ਨੇ ਸਾਡੇ ਵੀਰ ਰਾਜ ਸਿੰਘ ਨੇ ਇਸੇ ਸ਼ਬਦ ਨੂੰ ਧਿਆਨ ਵਿੱਚ ਰੱਖਿਆ ਹੋਵੇਗਾ ਤੇ ਫਿਰ ਕਲਮ ਚੁੱਕ ਕੇ ਰਹਿਸ ਦੀ ਕਵਿਤਾ ਨੂੰ ਸ਼ਬਦਾਂ 'ਚ ਉਤਾਰਿਆ ਹੋਵੇਗਾ। ਵਣਜਾਰਾ ਨੋ ਬੈਡ ਕਲੈਕਸ਼ਨ ਵੱਲੋਂ ਅੱਜ ਕੀਤੇ ਜਾ ਰਹੇ ਪਹਿਲੇ ਸਾਹਿਤਿਕ ਅਣਕਹੀ ਕਵਿਤਾ ਪੁਸਤਕ ਦੇ ਰਿਲੀਜ਼ ਸਮਰੋਹ ਤੇ ਤੁਸੀਂ ਆ ਕੇ ਸਾਡਾ ਮਾਣ ਵਧਾਇਆ ਹੈ। ਤੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਹਾਂ। ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸਮਰੋਹ ਦੀ ਧਨਵਾਦੀ ਮਤੇ ਦੀ ਜ਼ਿੰਮੇਵਾਰੀ ਮੇਰੇ ਹਿੱਸੇ ਆਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਵਰਲਡ ਅਕੈਡੈਮਿਕਸ ਵਿੱਚ ਪੁਸਤਕ ਰਿਲੀਜ਼ ਸਮਰੋਹ ਨੂੰ ਬੱਚੇ ਦੇ ਜਨਮ ਵਾਂਗ ਸੈਲੀਬ੍ਰੇਟ ਕੀਤਾ ਜਾਂਦਾ ਹੈ ਇਸ ਲਈ ਬਨਜਾੜਾ ਨੋਮੈਡ ਕਲੈਕਸ਼ਨ ਲਈ ਇਹ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਹੈ ਵਰਨਜਾੜਾ ਨੋਬੈਟ ਕਲੈਕਸ਼ਨ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਇਹ ਇੱਕ ਸਮਾਜਿਕ ਅਕਾਦਮਿਕ ਸੰਸਥਾ ਹੈ ਜਿਸ ਦਾ ਮੁੱਖ ਕਾਰਜ ਆਪਣੀ ਹੋਂਦ ਦੀ ਪਛਾਣ ਨੂੰ ਸਦੀਵੀ ਕਰਨ ਲਈ ਕਾਰਜ ਕਰਨੇ ਤੇ ਜੇਕਰ ਕੌਮੀ ਪ੍ਰਸੰਗ ਨਾਲ ਕੁਝ ਗਲਤ ਹੋਵੇ ਤਾਂ ਉਸ ਦਾ ਵਿਰੋਧ ਕਰਨਾ ਵੀ ਹੈ ਸਾਡੀ ਇਹ ਸੰਸਥਾ ਸਾਡੀ ਇਹ ਸੰਸਥਾ 셀ਫ ਫੰਡਡ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਨਾ ਸਾਰੇ ਕਾਰਜਾਂ ਦੇ ਨਾਲ-ਨਾਲ ਅਸੀਂ ਸਹਿਇਤਕ ਕੰਮ ਵੀ ਕਰਨਾ ਚਾਹੁੰਦੇ ਸਾਂ ਇਹ ਉਸੇ ਦਾ ਨਤੀਜਾ ਹੈ ਕਿ ਸਾਡੀ ਪਹਿਲੀ ਪੁਸਤਕ ਅਜ ਰਿਲੀਜ਼ ਹੋਈ ਹੈ ਇਸ ਪੁਸਤਕ ਵਿੱਚ ਜੋ ਕਲਾਮ ਦਰਜ ਹੈ ਉਹ ਸਾਡੇ ਵੀਰ ਰਾਜ ਸਿੰਘ ਬੰਡਾਲ ਜੀ ਦੀ ਕਲਮ ਤੋਂ ਹੈ ਤੇ ਜਿਸ ਦਾ ਜਿਸ ਦੇ ਬਾਰੇ ਸਾਡੇ ਡਾਕਟਰ ਸਰਬਜਿੰਦਰ ਸਿੰਘ ਹੋਰਾਂ ਵਿਸਥਾਰ ਵਿੱਚ ਦੱਸ ਹੀ ਦਿੱਤਾ ਹੈ ਮੈਂ ਰਾਜ ਭਾਜੀ ਨੂੰ ਇੱਕ ਵਾਰ ਫੇਰ ਵਧਾਈ ਦਿੰਦਾ ਹਾਂ ਕਿ ਉਹਨਾਂ ਇਨਾਂ ਦੇ ਸਕਾਰਜ ਨਾਲ ਸਾਡਾ ਸਾਰੇ ਕੈਨੇਡਾ ਵਿੱਚ ਸਿਰ ਉੱਚਾ ਹੋਇਆ ਹੈ ਡਾਕਟਰ ਸਰਵਜਿੰਦਰ ਸਿੰਘ ਸਪੈਸ਼ਲ ਪੰਜਾਬ ਤੋਂ ਚੱਲ ਕੇ ਆਏ ਤੇ ਬਹੁਤ ਹੀ ਵਿਸਥਾਰ ਨਾਲ ਕਿਤਾਬ ਦਾ ਵਿਸ਼ਲੇਸ਼ਣ ਕਰਕੇ ਸਾਡੇ ਗਿਆਨ ਵਿੱਚ ਵਾਧਾ ਕੀਤਾ ਹੈ ਇਹਨਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ ਥੋੜਾ ਹੈ ਮੈਨੂੰ ਇਸ ਗੱਲ ਦਾ ਹੋਰ ਵੀ ਮਾਣ ਹੈ ਕਿ ਅਸੀਂ ਬਿਲਕੁਲ ਨਜ਼ਦੀਕ ਪਿੰਡਾਂ ਤੋਂ ਹਾਂ ਉਸ ਰਿਸ਼ਤੇ 'ਚ ਇਹ ਮੇਰੇ ਵੱਡੇ ਵੀਰ ਹਨ ਐਸ ਲਈ ਨਿੱਜੀ ਤੌਰ ਤੇ ਵੀ ਮੈਂ ਤੁਹਾਨੂੰ ਮੁਬਾਰਕ ਦਿੰਦਾ ਹਾਂ ਸਨੀਪਾ ਰਿਹਾ ਵੈਲਕਮ ਕਰਨ ਦਾ ਕਾਰਜ ਕੀਤਾ ਤੇ ਪ੍ਰੋਗਰਾਮ ਬਾਰੇ ਤੁਹਾਨੂੰ ਡਿਟੇਲਸ ਥੋੜੀ ਜੀ ਦੱਸੀ ਇਹਨਾਂ ਦਾ ਵੀ ਧੰਨਵਾਦ ਹੈ ਅੱਜ ਦੇ ਪ੍ਰਧਾਨ ਜੀ ਸਾਡੇ ਹਨ ਸਾਡੇ ਸਤਿਕਾਰਯੋਗ ਰਜਿੰਦਰ ਬਾਜੀ ਉਹਨਾਂ ਨੇ ਰਿਲੀਜ਼ ਸਮਰੋਹ ਦੀ ਪ੍ਰਧਾਨਗੀ ਦੇ ਨਾਲ ਨਾਲ ਸਾਡੇ ਸਾਰੇ ਫੰਕਸ਼ਨ ਦਾ ਪ੍ਰਬੰਧ ਕਰ ਇਸ ਨੂੰ ਚਾਰ ਚੰਨ ਲਾਏ ਨੇ ਏ ਵਿਦਾਇ ਦੇ ਵੀ ਪਾਤਰ ਹਨ ਤੁਸੀਂ ਸਾਰੇ ਆਪਣੇ ਰੁਜੇਵਿਆਂ ਚੋਂ ਸਮਾਂ ਕੱਢ ਕੇ ਸਾਡੇ ਲਈ ਆਏ ਤੁਹਾਡੀ ਆਮਦ ਦਾ ਭਰਪੂਰ ਸਵਾਗਤ ਕਰਦੇ ਹਾਂ ਤੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਲੰਗਰ ਤਿਆਰ ਹੈ ਛੱਕ ਕੇ ਜਾਣਾ ਇਹ ਸਾਡੇ ਲਈ ਮਾਣ ਦੀ ਗੱਲ ਹੋਵੇਗੀ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਮੈਂ ਸਾਰਿਆਂ ਨੂੰ ਫਤਿਹ ਸਾਂਝੀ ਕਰਨੀ ਕਹਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸਭ ਦੇ ਨਾਮ ਤੋਂ ਵਾਕਿਫ ਤਾਂ ਨਹੀਂ ਆ ਪਰ ਮਾਣ ਮਹਿਸੂਸ ਕਰਦੀ ਹਾਂ ਕਿ ਅੱਜ ਮੇਰੇ ਵਿੱਚ ਮੇਰੇ ਵਿਦਿਆਗੁਰੂ ਮੇਰੇ ਕਲੀਕ ਡਾਕਟਰ ਸਰਬਜਿੰਦਰ ਸਿੰਘ ਜੀ ਹਾਲ ਵਿੱਚ ਸ਼ੋਭਿਤ ਨੇ ਮੈਂ ਧੰਨਵਾਦੀ ਹਾਂ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਮੈਂ ਬਹੁਤਾ ਟਾਈਮ ਨਹੀਂ ਲਾਂਗੀ ਸਿਰਫ ਇੱਕ ਇੱਕ ਮਿੰਟ ਹੀ ਲਾਂਗੀ ਤੇ ਗੱਲ ਕਰਾਂਗੀ ਸ਼ੁਰੂ ਕਰਾਂਗੇ ਮਨ ਦੇ ਬਲਵਲਿਆਂ ਨੂੰ ਅੱਖਰਾਂ ਵਿੱਚ ਉਤਾਰਨਾ ਸੁਰਬਤ ਕਰਾਉਣਾ ਕਰਨਾ ਕਾਦਰ ਦੀ ਬਚਿਤਰ ਖੇਡ ਹੈ ਬੇਸ਼ੱਕ ਇਹ ਖੇਡ ਸਮਝ ਤੂੰ ਪਰ ਦੀ ਗੱਲ ਹੈ ਪਰ ਉਸ ਦੀ ਰਹਿਮਤ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀ ਹੈ ਜੀ yog vidya guru ਤੁਹਾਡੀ ਉਸ ਰਮਜ਼ ਨੂੰ ਫੜ ਆਪਣੇ ਸ਼ਬਦਾਂ ਦੀਆਂ ਛੋਹਾ ਨਾਲ ਰੰਗ ਭਰ ਦੇਵੇ ਤਾਂ ਉਹ ਸ਼ਬਦ ਆਪ ਮੁਹਾਰੇ ਇਕ ਵੱਖਰੀ ਦਿਖਵਾਲੇ ਹੋ ਨਿਬੜਦੇ ਹਨ ਮੈਨੂੰ ਬੇਸ਼ੱਕ ਅੱਜ ਇਸ ਬੁੱਕ ਨੂੰ ਪੜਨ ਦਾ ਹਾਲੇ ਮੌਕਾ ਨਹੀਂ ਮਿਲਿਆ ਪਰ ਜਦੋਂ ਮੈਂ ਦੇਖ ਰਹੀ ਸੀ ਇਸ ਪੁਸਤਕ ਦੇ ਹੈਡਿੰਗ ਤੋਂ ਤੇ ਐਂਜ ਲੱਗਦਾ ਹੈ ਕਿ ਬਹੁਤ ਕੁਝ ਇਹ ਹੈਡਿੰਗ ਹੀ ਜਿਹੜਾ ਹੈ ਸਰਲੇਖ ਹੀ ਜਿਹੜਾ ਇਹ ਬਹੁਤ ਕੁਝ ਕਹਿ ਰਿਹਾ ਹੈ ਸੋ ਕਵਿਤਾ ਲਿਖਣ ਲਈ ਕੋਈ ਮੈਨੂੰ ਨਹੀਂ ਲੱਗਦਾ ਕੋਈ ਫਿਕਸ ਟਾਈਮ ਚਾਹੀਦਾ ਹੁੰਦਾ ਹੈ ਇਹ ਤੇ ਮਨ ਦੇ ਬਲਵਲੇ ਨੇ ਜਦੋਂ ਉਹ ਸ਼ਬਦ ਰੂਪ ਵਿੱਚ ਆ ਜਾਣ ਮੈਨੂੰ ਕੱਲ ਜਦੋਂ ਡਾਕਟਰ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਵੀ ਆਣਾ ਉੱਥੇ ਤੋਂ ਆਣਾ ਤੇ ਮੈਨੂੰ ਇੱਕ ਤਾਂ ਬਹੁਤ ਖੁਸ਼ੀ ਹੋਈ ਕਿ ਮੈਨੂੰ ਡਾਕਟਰ ਸਾਹਿਬ ਦਾ ਫੋਨ ਆਇਆ ਤੇ ਮੈਨੂੰ ਕਹਿ ਰਹੇ ਨੇ ਆਣ ਲਈ ਪਰ ਮੈਨੂੰ ਇਹ ਸਮਝ ਨਹੀਂ ਸੀ ਆਰੀ ਕਿ ਮੈਂ ਬੋਲਣਾ ਕੀ ਹੈ ਕਿਉਂਕਿ ਜਦੋਂ ਤੁਹਾਡੇ ਇੱਕ ਸੀਨੀਅਰ ਕੁਲੀਗ ਔਰ ਤੁਹਾਡਾ ਗੁਰੂ ਤੁਹਾਡੇ ਸਾਹਮਣੇ ਹੋਵੇ ਤੇ ਬੋਲਣਾ ਬਹੁਤ ਔਖਾ ਹੈ ਤੇ ਮੈਨਾਂ ਨੇ ਕਿਹਾ ਮੈਂ ਹਾਜ਼ਰੀ ਜ਼ਰੂਰ ਲਵਾਵਾਂਗੀ ਤੇ ਪਰ ਮੈਂ ਡਾਕਟਰ ਸਾਹਿਬari ਗੱਲ ਜ਼ਰੂਰ ਸ਼ੇਅਰ ਕਰਨੀ ਚਾਹਾਂਗੀ ਕਿ ਜਦੋਂ ਅਸੀਂ ਮੈਨੂੰ 20 ਸਾਲ ਪਹਿਲਾਂ ਜਿਵੇਂ ਦੇ ਸਨ ਉਦਾਂ ਦੇ ਹੋਣ ਨੇ ਅਸੀਂ ਸਟੂਡੈਂਟਸ ਨੇ ਜਦੋਂ ਉਹਨਾਂ ਦੇ ਕੋਲ ਜਾਣਾ ਤਾਂ ਇੱਕ ਦੋ ਕੁਐਸ਼ਨਸ ਹੋਣੇ ਪਰ ਉਹਨਾਂ ਸਿਰਫ ਦੋ ਕੁਐਸ਼ਨ ਦਾ ਸਵਾਲ ਨਹੀਂ ਸੀ ਹੁੰਦਾ ਅਸੀਂ ਉਹਨਾਂ ਤੋਂ ਲੈ ਕੇ ਆਂਦੇ ਜਵਾਬ ਸਾਨੂੰ ਕਈ ਕੁਛ ਦੇ ਦਿੰਦੇ ਸੀ ਇੱਕ ਦੇ ਪਿੱਛੇ ਸਾਨੂੰ ਕਈ ਇਹਨਾਂ ਨੇ ਐਗਜ਼ਾਮਪਲਸ ਦੇਣੀਆਂ ਤੇ ਸਭ ਤੋਂ ਮਜ਼ੇਵਲੀ ਗੱਲ ਇਹ ਸੀ ਕਿ ਇਹਨਾਂ ਦੇ ਕੋਲ ਜਾਣ ਲਈ ਡਰ ਨਹੀਂ ਸੀ ਲੱਗਦਾ ਕਿਸੇ ਵੀ ਸਟੂਡੈਂਟ ਨੂੰ ਹਰ ਕੋਈ ਉਤਸ਼ਾਹਤ ਹੁੰਦਾ ਸੀ ਕਿ ਜੇ ਡਾਕਟਰ ਸਾਹਿਬ ਕੋਲ ਟਾਈਮ ਹੈ ਤਾਂ ਚਲੀਏ ਅਸੀਂ ਇਹ ਦੇਖਦੇ ਰਹਿੰਦੇ ਸੀ ਕਿ ਡਾਕਟਰ ਸਾਹਿਬ ਕਦੋਂ ਫ੍ਰੀ ਨੇ ਤੇ ਇਹਨਾਂ ਦੇ ਕੋਲ ਜਾਈਏ ਔਰ ਸੱਚ ਜਾਣਿਓ ਬਈ ਬਹੁਤ ਕੁਝ ਸਿੱਖਣ ਨੂੰ ਮਿਲਿਆ no doubt ਜਦੋਂ ਦੇ ਅਸੀਂ ਇੱਥੇ ਆਏ ਵੀ ਤਾਂ ਉਸ ਯਾਦ ਇਹ ਗੱਲ ਅਜੀਬ ਤਾਂ ਨਹੀਂ ਕਿਸੇ ਨੂੰ ਵੀ ਲੱਗਣੀ ਆਪਣਿਆਂ ਨੂੰ ਵੀ ਇੱਥੇ ਆਪੇ ਸਾਹ ਆਪੇ ਬਹਾਦਰ ਵਾਲੀ ਜਿਹੜੀ ਟ੍ਰੈਡੀਸ਼ਨ ਹੈ ਨਾ ਉਹ ਕਈ ਕੁਝ ਖਤਮ ਕਰ ਦਿੰਦੀ ਹੈ ਅੱਗੇ ਨਹੀਂ ਵਧਣ ਦਿੰਦੀ ਮੈਨੂੰ ਬੜਾ ਹੀ ਮੈਨੂੰ ਇਹ ਮਨ ਦੇ ਚਿਚਾਉਂਦੀ ਸੀ ਵੀ ਛੋਟ ਛੋਟੀਆਂ ਜਿੰਨੀਆਂ ਵੀ ਸੋਸਾਇਟੀਆਂ ਖੁੱਲੀਆਂ ਨੇ ਕਿ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਬੋਲਾਂ ਪਰ ਨਹੀਂ ਜਾ ਸਕੀ ਤੇ ਅੱਜ ਮੈਨੂੰ ਇੱਕ ਬੜਾ ਹੀ ਅੱਛਾ ਲੱਗ ਰਿਹਾ ਹੈ ਕਿ ਸਾਰਿਆਂ ਦੇ ਵਿੱਚ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਥੈਂਕ ਯੂ ਡਾਕਟਰ ਸਾਹਿਬ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਦਾ ਜੁੜੀ ਰਵਾਂ ਹੋਰ ਵੀ ਸੰਸਥਾਵਾਂ ਦੇ ਨਾਲ ਤੇ ਜੋਧੋਮੀ ਨਾਲ ਦੇ ਕੋਲ ਜਾਣਾ ਸੀ ਸਾਨੂੰ ਕਈ ਕੁਝ ਸਿੱਖਣ ਨੂੰ ਮਿਲਣਾ ਔਰ ਕਈ ਵਾਰੀ ਇਹ ਆਪਣੇ ਵਿੱਚੋਂ ਹਟ ਕੇ ਵੀ ਸਾਨੂੰ ਬਹੁਤ ਕੁਝ ਦੱਸ ਦਿੰਦੇ ਸੀ ਤੇ ਮੈਂ ਤਾਂ ਇਹ ਹੀ ਕਹਾਂਗੀ ਕਿ ਅੱਜ ਸਾਨੂੰ ਸਾਰਿਆਂ ਨੂੰ ਮਾਨ ਹੋਣਾ ਚਾਹੀਦਾ ਹੈ ਕਿ ਇਹ ਸਾਡੇ ਵਿੱਚ ਸ਼ਸ਼ੋਭਤ ਨੇ ਐਜ਼ ਅ ਸਟੂਡੈਂਟ ਮੈਂ ਤਾਂ ਕਹਾਂਗੀ ਭਾਈ ਖਾਟ ਲੋ ਜੋ ਖਾਟ ਸਕਦੇ ਹੋ ਲੈ ਲੋ ਜੋ ਲੈ ਸਕਦੇ ਹੋ ਗਿਆਨ ਦਾ ਭੰਡਾਰ ਨੇ ਇਹ ਗਿਆਨ ਦਾ ਭੰਡਾਰ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦਗੀ ਦੀ ਤੋਰ ਤੇ ਹਲੀਮੀ ਦੀ ਅਦਾ ਮਿਲਣੇ ਦੀ ਤਾਂਗ ਤੇ ਵੈਰਾਗ ਦੀ ਸਦਾ ਇਸ ਅਣਕਹੀ ਕਵਿਤਾ ਕਲਾ ਰਾਜੇਕ ਪੰਡਾਲ ਜੀ ਦੀ ਇਸ ਪੁਸਤਕ ਰਿਲੀਜ਼ ਦੇ ਮੌਕੇ ਤੇ ਪੁੱਜੇ ਡਾਕਟਰ ਸਰਬਜਿੰਦਰ ਸਿੰਘ ਜੀ ਡੀਨ ਫੈਕਲਟੀ ਆਫ 휴ਮਾਨਿਟੀ ਐਂਡ ਰਿਲੀਜੀਅਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪਦਾਂਤ ਜਿੰਦਰ ਸਿੰਘ ਤੇ ਪਹੁੰਚੀਆਂ ਹੋਈਆਂ ਮਹਾਨ ਸ਼ਖਸੀਅਤਾਂ ਤੇ ਸਰੋਤਾ ਜਨਾਂ ਦਾ ਮੈਂ ਤਹਿ ਦਿਲੋਂ ਸਵਾਗਤ ਕਰਦੀ ਹਾਂ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਇਸ ਮੌਕੇ ਤੇ ਮੈਨੂੰ ਦੋ ਸ਼ਬਦ ਬੋਲਣ ਦਾ ਜਿਹੜਾ ਵਾ ਉਹ ਮੌਕਾ ਮਿਲਿਆ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਤੇ ਸਾਨੂੰ ਮਾਣ ਹੈ ਕਿ ਕਹਿੰਦੇ ਨੇ ਪੰਜਾਬੀ ਜਿੱਥੇ ਜਾਂਦੇ ਨੇ ਆਪਣੀ ਸ਼ਾਨੋ ਸ਼ੌਕਤ ਤੇ ਆਪਣੀ ਪੰਜਾਬੀਅਤ ਦੇ ਚਾਰ ਚੰਨ ਲਾ ਦਿੰਦੇ ਨੇ ਤੇ ਇਸ ਆ ਰਿਲੀਜ਼ ਦੇ ਪੁਸਤਕ ਦੀ ਰਿਲੀਜ਼ ਦੇ ਮੌਕੇ ਦੇ ਉੱਪਰ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਨੇ ਪੁਸਤਕ ਨੂੰ ਦੇਖਿਆ ਹੋਵੇਗਾ ਇਸ ਦੇ ਟਾਈਟਲ ਦੇ ਵਿੱਚ ਅਣਕਹੀ ਕਵਿਤਾ ਬਹੁਤ ਸਾਰੇ ਦਿਲ ਦੇ ਜਿਹੜੇ ਅ ਦਿਲ ਦੀਆਂ ਤਹਿ ਦਿਲਾਂ ਦੀਆਂ ਪਹਿ ਭਾਵਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਇਹਦੇ ਵਿੱਚ ਪ੍ਰਗਟ ਕੀਤਾ ਹੈ ਤੇ ਉਸ ਦੇ ਬਤੀ ਮੈਂ ਡਾਕਟਰ ਰਾਜਕਮ ਸਿੰਘ ਪੰਡਾਲ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਉਸ ਵਧਾਈ ਦੇ ਪਾਤਰ ਹਾਂ ਮੇਰਾ ਨਾਮ ਮਨਪ੍ਰੀਤ ਕੌਰ ਹੈ ਤੇ ਮੈਂ ਗੁਰੂ ਨਾਨਕ ਦੇ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਪਾਸ ਕੀਤੀ ਹੈ ਤੇ ਡਾਕਟਰ ਸਰਬਜਿੰਦਰ ਸਿੰਘ ਮੇਰੇ ਗੁਰੂ ਤੇ ਮੈਂ ਉਹਨਾਂ ਦਾ ਚੇਲਾ ਹਾਂ ਜੇ ਮੈਂ ਇੱਥੇ ਕੈਨੇਡਾ ਪਹੁੰਚੀ ਹਾਂ ਤਾਂ ਸਿਰਫ ਉਹਨਾਂ ਦੀ ਬਦੌਲਤ ਉਹਨਾਂ ਦੇ ਜਿਹੜੇ ਸਟੂਡੈਂਟ ਨੇ ਉਹ ਬਹੁਤ ਦੂਰ ਦੂਰ ਤੱਕ ਜਾ ਚੁੱਕੇ ਹਨ ਉਹਨਾਂ ਦਾ ਮੈਂ ਚਾਨੀ ਹਾਂ ਕਿ ਹਮੇਸ਼ਾ ਹੱਥ ਜਿਹੜਾ ਆਪਣੇ ਸਟੂਡੈਂਟ ਦੇ ਉੱਪਰ ਬਰਕਰਾਰ ਰਵੇ ਜਿਨ੍ਹਾਂ ਨੇ ਕਿ ਪੰਜਾਬੀ ਸਟੂਡੈਂਟਸ ਨੂੰ ਪੰਜਾਬੀਆਂ ਪੰਜਾਬੀ ਨੂੰ ਅਤੇ ਧਰਮ ਨਾਲ ਸੰਬੰਧਿਤ ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਅਤੇ ਧਰਮ ਦੇ ਖੇਤਰ ਦੇ ਉੱਪਰ ਬਹੁਤ ਸਾਰਾ ਜੜਵਾ ਉਹ ਕਾਰਜ ਕੀਤਾ ਹੈ। ਅρθ ਸੰਭਾਲ ਖਿਆਲ ਹੋਸ਼ ਵਿਚਾਰਕਾਰ ਕਿਸੇ ਦਾ ਪਰਸ਼ਾਵਾਂ ਉਧਾਰ ਲੈਣ ਤੋਂ ਪਹਿਲਾਂ ਧਰਮ ਦੀ ਵਿਦਿਆਰਥਣ ਹਾਂ। ਇਸ ਲਈ ਵਿਦਿਆਰਥੀ ਤੇ ਖੁਜਾਰਤੀ ਅਤੇ ਖੁਜਾਰਤੀ ਤੋਂ ਅਧਿਆਪਨ ਦੇ ਸਫ਼ਰ ਵਿੱਚ ਪੜਦੇ ਪੜਾਉਂਦੇ ਮੈਂ ਇਹ ਸਮਝ ਦਾ ਹਿੱਸਾ ਤਾਂ ਹੋ ਗਿਆ ਸੀ ਹੋ ਗਈ ਸਹੀਂ ਕਿ ਸੰਸਾਰ ਵਿੱਚਲੇ ਸਾਰੇ ਧਰਮ ਗ੍ਰੰਥਾਂ ਵਿੱਚ ਇਸ ਬ੍ਰਹਿਮੰਡ ਦੇ ਪਸਾਰੇ ਬਾਰੇ ਜੋ ਅੰਕਿਤ ਹੈ ਉਹ ਵੰਡੇ ਵੰਡ ਵਖਰੇਵਿਆਂ ਦੇ ਬਾਵਜੂਦ ਇੱਕ ਗੱਲ ਤੇ ਪੂਰਨ ਸਹਿਮਤੀ ਪ੍ਰਗਟਾਉਂਦੇ ਹਨ ਕਿ ਇਸ ਇਸ ਹਦਾ ਸੰਸਾਰ ਅਕਾਲਪੁਰਖ ਦੀ ਬਖਸ਼ਿਸ਼ ਦਾ ਹਿੱਸਾ ਹੈ ਜਦੋਂ ਉਸ ਦਾ ਦਿਲ ਕੀਤਾ ਤਾਂ ਉਸ ਨੇ ਇਸ ਨੂੰ ਆਕਾਰ ਦੇ ਦਿੱਤਾ ਇਸ ਅਲੋਕਿਕ ਵਰਤਾਰੇ ਜਾਂ ਲੀਲਾ ਬਾਰੇ ਅਨੇਕ ਕਥਾ ਕਹਾਣੀਆਂ ਅਸੀਂ ਹੁਣ ਤੱਕ ਪੜਦੇ ਪੜਾਉਂਦੇ ਤੇ ਸੁਣਦੇ ਸੁਣਾਉਂਦੇ ਆਏ ਹਾਂ ਇਹ ਸਾਰਾ ਕੁਝ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜਾਰੀ ਰਹਿਣਾ ਹੈ ਤਾਂ ਇਸ ਦਾ ਮੈਨੂੰ ਪੂਰਨ ਅਹਿਸਾਸ ਵੀ ਹੈ ਸੱਚ ਕੀ ਹੈ ਕਿ ਇਸ ਅਬੁਝ ਬੁਝਾਰਤ ਨੂੰ ਤਾਂ ਇਸ ਪਸਾਰੇ ਦਾ ਕਰਤਾਰਾ ਆਪ ਹੀ 부ਝ ਸਕਦਾ ਹੈ ਕਿਉਂਕਿ ਮਨੁੱਖ ਦੀ ਇੰਨੀ ਸਮਰੱਥਾ ਨਹੀਂ ਕਿ ਉਹ ਇਹ ਇਸ ਰਹੱਸਤੋਂ ਕਦੇ ਪਰਦਾ ਉਠਾ ਸਕੇ ਧਰਮ ਦੇ ਮਾਧਿਅਮ ਰਾਹੀਂ ਇੱਕ ਹੋਰ ਵਿਚਾਰ ਮਨੁੱਖੀ ਜਿਹਨ ਵਿੱਚ ਉਤਰਿਆ ਇਹ ਵਿਚਾਰ ਨਿਰਾਲਾ ਵੀ ਹੈ ਤੇ ਵਿਲੱਖਣ ਵੀ ਇਸੇ ਕਰਕੇ ਇਹ ਵੀ ਮਨੁੱਖ ਦੀਆਂ ਸਿਮਰਤੀਆਂ ਵਿੱਚ ਨਿਰੰਤਰ ਸਫ਼ਰ ਕਰ ਰਿਹਾ ਹੈ ਇਸ ਨੇ ਕਰਦੇ ਵੀ ਰਹਿਣਾ ਹੈ ਤੇ ਰੱਬ ਦੇ ਫਰਿਸ਼ਤੇ ਹੁੰਦੇ ਹਨ ਤੇ ਅਸਮਾਨਾਂ ਤੇ ਉਹਨਾਂ ਦਾ ਵਾਸਾ ਹੁੰਦਾ ਹੈ ਅਕਾਲ ਪੁਰਖ ਨੇ ਉਹਨਾਂ ਦੇ ਕਰਤੱਵ ਆਪ ਹੀ ਨਿਰਧਾਰਿਤ ਕੀਤੇ ਹੁੰਦੇ ਹਨ ਤੇ ਉਹ ਪਰਮੇਸ਼ਵਰੀ ਆਦੇਸ਼ ਨਾਲ ਸਮੂਹ ਜਨमानस ਦੇ ਭਲੇ ਲਈ ਕਾਰਜਸ਼ੀਲ ਰਹਿੰਦੇ ਹਨ ਨਿਮਰਤਾ ਨੇਕੀ ਪਿਆਰ ਸਚਾਈ ਇਮਾਨਦਾਰੀ ਸਰਬੱਤ ਦਾ ਭਲਾ ਆਦ ਦੇਵੀ ਗੁਣ ਉਹਨਾਂ ਨੂੰ ਗੁੜਤੀ ਵਿੱਚ ਹੀ ਮਿਲੇ ਹੁੰਦੇ ਹਨ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਕਦੇ-ਕਦਾਈਂ ਇਸ ਤਰਤ ਦੇ ਪਸਾਰੇ ਤੇ ਅਚਾਨਕ ਇਹਨਾਂ ਗੁਣਾਂ ਦਾ ਲਬਰੇਸ ਕੁਝ ਰੂਹਾਂ ਤੇ ਦਰਸ਼ਨ ਮਨੁੱਖੀ ਜਾਮੇ ਵਿੱਚ ਤੁਹਾਨੂੰ ਮੈਨੂੰ ਤੇ ਆਪਾਂ ਸਭਨੂੰ ਵੀ ਹੋ ਜਾਂਦੇ ਹਨ ਤੁਸੀਂ ਦੋ ਪਲ ਲਈ ਹੈਰਾਨ ਵੀ ਹੋ ਜਾਂਦੇ ਹੋ ਉਲਝਣ ਵਿੱਚ ਵੀ ਪੈ ਜਾਂਦੇ ਹੋ ਕਿਉਂਕਿ ਫਰਿਸ਼ਤਿਆਂ ਦੇ ਉਹਨਾਂ ਸਾਰੇ ਗੁਣਾ ਦੇ ਦਰਸ਼ਨ ਤੇ ਦੀਦਾਰੇ ਸਾਖਸ਼ਾਤ ਉਹ ਤੁਹਾਨੂੰ ਉਹਨਾਂ ਵਿੱਚ ਨਜ਼ਰ ਆਉਂਦੇ ਹਨ ਇਹ ਵਰਤਾਰਾ ਅਕਸਰ ਸਮਝ ਤੋਂ ਪਰੇ ਹੋ ਜਾਂਦਾ ਹੈ ਤੁਸੀਂ ਉਹਨਾਂ ਨੂੰ ਨਿਹਾਰਦੇ ਹੋ ਉਨਾ ਦੇ ਕਾਰਜਾਂ ਨੂੰ ਦੇਖਦੇ ਹੋ ਤੇ ਫਿਰ ਖੁਦ ਆਪਣੇ ਆਪ ਨੂੰ ਹੀ ਸਵਾਲ ਕਰਦੇ ਹੋ ਕਿ ਅਸਲ 'ਚ ਇਹ ਰਿਸ਼ਤੇ ਹਨ ਜਾਂ ਮਨੁੱਖ ਜਿੰਦਗੀ ਦੇ ਰਾਹਾਂ ਤੇ ਚੱਲਦਿਆਂ ਕਦੇ ਨਾ ਕਦੇ ਇਹ ਸਭ ਕੁਝ ਅਸੀਂ ਸਾਰਿਆਂ ਨੇ ਹੀ ਦੇਖਿਆ ਹੈ ਜੋ ਨਹੀਂ ਤਾਂ ਘਟੋ-ਕਟੋ ਸੁਣਿਆ ਤਾਂ ਜ਼ਰੂਰ ਹੈ ਕਿ ਇਹੋ ਜੇ ਮਨੁੱਖ ਦੀ ਹੀ ਰਚਨਾ ਹੈ ਇਹ ਅਣਕਹੀ ਕਵਿਤਾ ਸੋ ਮੈਂ ਇੱਥੇ ਜ਼ਿਕਰ ਕਰਾਂਗੀ ਕਿ ਇੱਥੇ ਵਿੱਚ ਉਧਰ ਹੋਣ ਦੀ ਕੋਈ ਸਥਿਤੀ ਦੂਸਰੀ ਸਥਿਤੀ ਪੈਦਾ ਹੋ ਜਾਵੇਗੀ ਕਿ ਸੱਚੇ ਹੈ ਕਿ ਫਰਿਸ਼ਤਿਆਂ ਵਾਲੇ ਇਨ੍ਹਾਂ ਸਾਰੇ ਗੁਣਾ ਨਾਲ ਰਬਰੀਜ 에ਰੂ ਸਾਡੇ ਵੱਡੇ ਸਤਿਕਾਰ ਦੇ ਪਾਤਰ ਇਸ ਪੁਸਤਕ ਦੇ ਲੇਖਕ ਰਾਜ ਸਿੰਘ ਪੰਡਾਲ ਜੀ ਨੂੰ ਮੈਂ ਇਸ ਸ਼ੁਭ ਮੌਕੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹਾਂ ਧੰਨਵਾਦ ਡਾਕਟਰ ਸਰਵਜਿੰਦਰ ਸਿੰਘ ਜੀ ਦੇ ਬੋਲਣ ਤੋਂ ਬਾਅਦ ਇਹ ਇੱਕ ਬੜੀ ਵਿਲੱਖਣ ਕਿਸਮ ਦੀ ਕਿਤਾਬ ਉਹ ਤੁਹਾਡੇ ਹੱਥਾਂ 'ਚ ਹੈ ਉਸ ਦੇ ਹੱਥਾਂ 'ਚ ਪਹੁੰਚਣ ਤੋਂ ਬਾਅਦ ਕੋਈ ਬੋਲਣ ਨੂੰ ਰਹਿ ਨਹੀਂ ਜਾਂਦਾ ਸਿੰਘ ਸਾਹਿਬ ਦਰਬਾਰ ਸਾਹਿਬ ਤੋਂ ਬੈਠੇ ਨੇ ਸਤਕਾਰ ਹੈ ਤੇ ਸਾਰੀਆਂ ਹੀ ਸ਼ਖਸੀਅਤਾਂ ਜਿਨ੍ਹਾਂ ਨੇ ਵਿਚਾਰ ਦਿੱਤੇ ਨੇ ਜਾਂ ਪੜ ਕੇ ਵਿਚਾਰ ਦੇਣੇ ਨੇ ਉਹ ਆਪਣੇ ਅਨੁਭਵ ਇਸ ਕਿਤਾਬ ਤੋਂ ਬਾਅਦ ਸਾਂਝੇ ਕਰਨਗੇ ਮੈਂ ਜਿਸ ਤਰ੍ਹਾਂ ਤਜਿੰਦਰ ਸਿੰਘ ਹੁਰਾਂ ਨੇ ਗੱਲ ਕੀਤੀ ਰਾਜ ਸਿੰਘ ਪੰਡਾਲ ਹੁਰਾਂ ਨੂੰ ਵਣਜਾਰਾ ਦੇ ਮੰਚ ਤੋਂ ਮਿਲਿਆ ਤੇ ਮਲਾਉਣ ਵਾਲੇ ਵੀ ਵੀਰ ਤਜਿੰਦਰ ਸਿੰਘ ਸਾਡੇ ਵੀਰ ਨੋਂਪੇ ਅਸੀਂ ਪਿਆਰ ਨਾਲ ਮਨੋਂਪੇ ਕਿਨਨ ਨੋਂਪੇ ਦੀ ਹਿੰਮਤ ਸੀ ਇਹਦੀ ਹਿੰਮਤ ਤੇ ਨਾਲ ਹੀ ਇਹ ਮੁਲਾਕਾਤ ਹੋਈ ਸੋ ਧੰਨਵਾਦ ਬਹੁਤ ਬਹੁਤ ਤਜਿੰਦਰ ਸਿੰਘ ਤੁਹਾਡਾ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਦੱਸਿਆ ਨਾ ਕਿ ਜਿੰਨਾ ਆਨੰਦ ਆਇਆ ਮਿਲ ਕੇ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਜਿਹੜੇ-ਜਿਹੜੇ ਕਹਾਣੀਆਂ ਸੁਣਾਉਣ ਲੱਗੇ ਰਾਜ ਸਿੰਘ ਨਾਲ ਮਿਲਣ ਦਾ ਹਰੇਕ ਨੂੰ ਇਉਂ ਹੀ ਆਨੰਦ ਆਇਆ ਇੰਨੀ ਹੀ ਖੁਸ਼ੀ ਕਿਸੇ ਨੂੰ ਪੁੱਛ ਲਓ ਗੱਲ ਇਹ ਹੈ ਕਿ ਹਰੇਕ ਨੂੰ ਇਹ ਜਿਸ ਤਰ੍ਹਾਂ ਪਾਰਸ ਕਹਿੰਦੇ ਹਨ ਨਾ ਜਦੋਂ ਅਸੀਂ ਅਕਸਰ ਗੁਰਬਾਣੀ ਦੇ ਹਵਾਲੇ ਦੇ ਨਾਲ ਭਗਤ ਕਬੀਰ ਜੀ ਦਾ ਸ਼ਬਦ ਕਹਿੰਦੇ ਹਾਂ ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰਾ ਰਾਮਾ ਹੋਏ ਨਿਬਰਿਓ ਮੈਨੂੰ ਲੱਗਦਾ ਹੈ ਕਿ ਇਹੋ ਜੀ ਕਈ ਵਾਰ ਕੋਈ ਸ਼ਕਤੀ ਕੁਦਰਤ ਦੀ ਹੁੰਦੀ ਹੈ ਆਪਣੇ ਵਰਗਾ ਹੀ ਕੋਈ ਬਣਾ ਲੈਂਦਾ ਇਸ ਕਰਕੇ ਮੈਂ ਕਿਹਾ ਸੀ ਅੱਜ ਲਿਖਿਆ ਵੀ ਸੀ ਕਿ ਅਣਕਹੀ ਕਵਤਾ ਜਿਹੜੀ ਹੈ ਉਹ ਤਾਂ ਅਜੇ ਪੜਨੀ ਹੈ ਪਰ ਜਿਹੜੀ ਕਵਤਾ ਆ ਖੁਦ ਚੱਲਦੀ ਫਿਰਦੀ ਰਾਸਿਕ ਬੰਡਾਲ ਹੈ ਇਹ ਸਾਰੇ ਨਿਤ ਪੜਦੇ ਨੇ ਜੇ ਨਿਤ ਆਨੰਦ ਮਾਣਦੇ ਨੇ ਇਹਦੇ ਵਿੱਚ ਅਨੇਕਾਂ ਹੀ ਐਸੀਆਂ ਕਵਿਤਾਵਾਂ ਨੇ ਜਿਨ੍ਹਾਂ ਦਾ ਮੁਲਾਂਕਣ ਵਿਚਾਰਾਂ ਦੀ ਲੜੀ ਦੇ ਵਿੱਚ ਅਸੀਂ ਸਾਰਿਆਂ ਨੇ ਕਰਨਾ ਇੱਕ ਕਵਤਾ ਹੈ ਸ਼ਹੀਦਾਂ ਨਾਲ ਮੁਲਾਕਾਤ ਬਹੁਤ ਵਧੀਆ ਕਵਤਾ ਹੈ ਇੱਕ ਕਵਤਾ ਮੈਂ ਸਾਰੀ ਪੜਾਂਗਾ ਨਹੀਂ ਇਹ ਤੁਹਾਡੇ ਤੇ ਛੱਡਾਂਗਾ ਜਿੰਨੇ ਹਵਾਲੇ ਤੁਸੀਂ ਦਿੱਤੇ ਨੇ ਜਿੰਨਾ ਸਮਾਂ ਤੁਸੀਂ ਬੋਲਿਆ ਜਾਂ ਜਿਨ੍ਹਾਂ ਚੇਤਨਾ ਦੇ ਪੱਧਰ ਤੇ ਇਹ ਛੇ ਸ਼ਬਦ ਜਿਹੜੇ ਛੇ ਸ਼ਬਦ ਲਿਖੇ ਨੇ ਸਾਦਗੀ ਤੌਰ ਹਲੀਮੀ ਅਦਾ ਤਾਂਗ ਵਿਰਾਗ ਇਹ ਸਾਰੇ ਜਿਹੜੇ ਆ ਇਹ ਸਾਰੇ ਦੇ ਸਾਰੇ ਗੁਣ ਕੱਲੇ ਕੱਲੇ ਇੱਕ ਇੱਕ ਕਵਤਾ ਦੇ ਵਿੱਚ ਵੀ ਝਲਕਦੇ ਨੇ ਇਹਨਾਂ ਦੀ ਸ਼ਖਸੀਅਤ ਵਿੱਚ ਵੀ ਝਲਕਦੇ ਨੇ ਬਨਜਾਰਾ ਸ਼ਬਦ ਦਾ ਜਦੋਂ ਮੈਂ ਪੁੱਛਿਆ ਵੀ ਭਾਈ ਬਨਜਾਰੇ ਦਾ ਮਤਲਬ ਕੀ ਹੈ ਤਾਂ ਇੱਕ ਤਾਂ ਸ਼ਬਦ ਇਹ ਹੈ ਕਿ ਜਦੋਂ ਅਸੀਂ ਚੱਲਦੇ ਫਿਰਦੇ ਪੰਜਾਬ ਦੀ ਧਰਤੀ ਤੇ ਵੀ ਦੇਖਦੇ ਆ ਸਾਡੇ ਮਨ ਚੇਤਨ ਦੇ ਵਿੱਚ ਆ ਇਹ ਬਨਜਾਰੇ ਨੇ ਪਿੰਡਾਂ ਚ ਆਏ ਇੱਕ ਪਿੰਡ ਤੋਂ ਦੂਸਰੇ ਦੂਜਾ ਜਿਵੇਂ ਹਵਾਲਾ ਤੁਸੀਂ ਦਿੱਤਾ ਸੀ ਬਣਜਾਰੇ ਦਾ ਭਾਵ ਉੱਥੇ ਵੀ ਜੁੜ ਜਾਂਦਾ ਜਦੋਂ ਸਾਡੇ ਬਾਬੇ ਇੱਥੇ ਆਏ ਤੇ ਦੇਸ਼ ਗੁਲਾਮ ਸੀ ਤੇ ਉਹ ਹੁਣ ਵੀ ਗੁਲਾਮੀ ਹੈ ਤੇ ਉਹਨਾਂ ਦਾ ਇਹ ਸ਼ਬਦ ਸੀ ਬਾਹਰ ਪੈਣ ਧੱਕੇ ਘਰੇ ਮਿਲੇ ਢੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਇਹ ਗੱਲ ਜਿਹੜੀ ਉਹਨਾਂ ਦੇ ਅੰਦਰ ਸੀ ਉਹੀ ਅੱਜ ਜਿਹੜੀ ਐ ਚਾਹੇ ਰਾਜ ਸਿੰਘ ਹੋਰੀ ਮਹਿਸੂਸ ਕਰ ਰਹੇ ਨੇ ਜਾਂ ਅਸੀਂ ਜਿੰਨੇ ਬੈਠੇ ਆਂ ਇਹ ਸਭਾ ਦੇ ਵਿੱਚ ਆਮ ਰਵੇਤੀ ਜਿਹੜੇ ਸਾਹਿਤਕਾਰ ਜਾਂ ਕਈ ਵਾਰ ਇਹ ਆਉਣ ਲੱਗਦਾ ਕਿ ਸਾਹਿਤ ਵੀ ਜਿਹੜਾ ਇੱਥੇ ਸਾਡਾ ਕੁਝ ਇਸ ਤਰ੍ਹਾਂ ਦਾ ਹੋ ਗਿਆ ਜਾਂ ਸਾਹਿਤ ਸੰਸਥਾਵਾਂ ਵੀ ਇਦਾਂ ਦੀਆਂ ਹੋ ਗਈਆਂ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਉਣ ਸਾਡੀ ਇੱਕ ਲਿਮਟਿਡ ਜੀ ਗੱਲ ਹੁੰਦੀ ਐ ਉਹੀ ਦੱਸ ਕੇ ਜਾਣੇ ਹੁੰਨੇ ਆਂ ਸਾਹਿਤ ਸਭਾ ਕਰਦੇ ਆ 10 ਕਵੀ ਹੁੰਨੇ ਆ ਕਵਿਤਾ ਸੁਣਾਉਣੇ ਆ ਅੱਜ ਦੇ ਸਮਾਗਮ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਨਵੇਂ ਚਿਹਰੇ ਦੇਖੇ ਨੇ ਜਿਹੜੇ ਕਿ ਸਾਹਿਤ ਪਿਆਰ ਦੀ ਇੱਕ ਸਾਖਸ਼ਾਤ ਮਿਸਾਲ ਨੇ ਜਿਹੜੀ ਕਵਿਤਾ ਇਹਨਾਂ ਨੇ ਖੁਦ ਹੰਡਾਈ ਹੈ ਤੇ ਉਸ ਨੂੰ ਲਿਖਿਆ ਹੈ ਅੱਜ ਵੀ ਉਹੀ ਕੁਝ ਸਾਡੇ ਸਾਹਮਣੇ ਹੈ ਮੈਂ ਕੋਈ ਗੱਲ ਕਹਿ ਕੇ ਗੱਲ ਸਮੇਟਾਂਗਾ ਕਿ ਕਦੇ ਮੇਰੇ ਆਪਣੇ ਅਧਿਆਪਕ ਉਲਫਤ ਬਾਜਵਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਦੋਂ ਅਸੀਂ ਪੜ੍ਹਦੇ ਸੀ ਤੇ ਉਹਨਾਂ ਦੀ ਇੱਕ ਕਵਿਤਾ ਦੇ ਬੋਲ ਸੀ ਲੋਕਾਂ ਦੀ ਭੀੜ ਬਣੀ ਬਾਹਰ ਤੂੰ ਅੰਦਰ ਛੁਪ ਕੇ ਬੈਠਾ ਹੈ ਫੜ ਤੇਗ ਬਚਾ ਮਜ਼ਲੂਮਾਂ ਨੂੰ ਦੜਵਟ ਕੇ ਸੌਣਾ ਠੀਕ ਨਹੀਂ ਜਦ ਜ਼ੁਲਮ ਸੇ ਤੁਮ ਦੀ ਹੱਦ ਹੋਵੇ ਜਦ ਚਾਰਾ ਕੋਈ ਚੱਲੇ ਨਾ ਤਤਸੀਸ ਕਟਾਉਣਾ ਚੰਗਾ ਹੈ ਪਰ ਸੀਸ ਝੁਕਾਉਣਾ ਠੀਕ ਨਹੀਂ ਤੁਸੀਂ ਭਾਈ ਬਚਿੱਤਰ ਸਿੰਘ ਦਾ ਵਿਰਾਸਤ ਦੀ ਗੱਲ ਕੀਤੀ ਭਾਈ ਬੋਤਾ ਸਿੰਘ ਦੀ ਗੱਲ ਕੀਤੀ ਜਾਂ ਇਤਿਹਾਸ ਦੀਆਂ ਅਨੇਕਾਂ ਭਾਈ ਮਤੀਦਾਸ ਜੀ ਤੋਂ ਲੈ ਕੇ ਗੱਲਾਂ ਕੀਤੀਆਂ ਮੁਗਲ ਸਾਮਰਾਜ ਦੀ ਗੱਲ ਕੀਤੀ ਯਕੀਨ ਮੰਨਿਓ ਵਿਰਸਾ ਇਹਨਾਂ ਦੇ ਅੰਦਰ ਝਲਕਦਾ ਪਰ ਇਹਨਾਂ ਨੇ ਅੱਜ ਦੇ ਭਾਈ ਬਜਿੱਤਰ ਸਿੰਘ ਅੱਜ ਦੇ ਭਾਈ ਬੋਤਾ ਸਿੰਘ ਅੱਜ ਦੇ ਭਾਈ ਮਨੀ ਸਿੰਘ ਤੇ ਅੱਜ ਦੇ ਭਾਈ ਮਤੀਦਾਸ ਉਹਨਾਂ ਦੀ ਸੰਗਤ ਮਾਣੀ ਹੈ ਤੇ ਅਸੀਂ ਉਹ ਸੰਗਤ ਜਿਹੜੀ ਇੱਥੇ ਮਣੀ ਹੈ ਇੱਕੋ ਹੀ ਗੱਲ ਸੀ ਕਿ ਜਦੋਂ ਜਦੋਂ ਤੁਸੀਂ ਦੱਸਿਆ ਕਿ ਗੁਰੂ ਸਾਹਿਬ ਬਾਰੇ ਉਹ ਜ਼ਾਲਮ ਹਾਕਮ ਬੋਲ ਰਿਹਾ ਸੀ ਕਿ ਸਿਰ ਤੋਂ ਫੜ ਕੇ ਮੈਂ ਉਹਨਾਂ ਦਾ ਧੌਣ ਲਾ ਦੇਵਾਂਗਾ ਇਹ ਸਮੇਂ ਦੀ ਹਕੂਮਤ ਹਮੇਸ਼ਾ ਹੀ ਚੁਣੌਤੀ ਦਿੰਦੀ ਹੈ ਤੇ ਇਹ ਚੁਣੌਤੀ ਸਹਿਣ ਵਾਲੇ ਜਿਹੜੇ ਨੇ ਉਹਨਾਂ ਦੇ ਕਦ ਚਾਹੇ 5 ਫੋਟੀ ਹੋਣ ਪਰ ਉਹਨਾਂ ਦਾ ਜੇਰਾ ਜਿਹੜਾ ਉਹ ਏਡਾ ਵੱਡਾ ਹੁੰਦਾ ਉਹ ਚੁਣੌਤੀ ਜਿਹੜੀ ਹੈ ਉਸ ਸਮੇਂ ਵੀ ਮਿਲੀ ਅੰਗਰੇਜ਼ ਸਰਕਾਰ ਬੇਵਿਵਲ ਮਿਲੀ ਤੇ ਸਚਾਈ ਇਹ ਹੈ ਕਿ ਮੌਜੂਦਾ ਮਨੁਵਾਦੀ ਢਾਂਚੇ ਦੇ ਵਿੱਚ ਵੀ ਮਿਲ ਰਹੀ ਹੈ ਜਿਸ ਨੂੰ ਮੈਂ ਰਾਜ ਸਿੰਘ ਜਬ ਬਾਕੀ ਸਾਰੇ ਮਹਿਸੂਸ ਕਰ ਰਹੇ ਨੇ ਤੇ ਅੱਜ ਦੇ ਸਾਡੇ ਬਚਿੱਤਰ ਸਿੰਘ ਉਸ ਦੇ ਨਾਲ ਸਾਹਮਣਾ ਵੀ ਕਰ ਰਹੇ ਨੇ ਤੇ ਗੱਲ ਮੈਂ ਉਸੇ ਬਚਿੱਤਰ ਸਿੰਘ ਦੀ ਹੋਣ ਦੇ ਨਾਲ ਸਮਾਪਤ ਕਰਦਾ ਇਹ ਸ਼ਹੀਦਾਂ ਦੀ ਮੁਲਾਕਾਤ ਮੇਰੇ ਲਈ ਅੱਜ ਦੇ ਬਚਿੱਤਰ ਸਿੰਘ ਭਾਈ ਹਰਦੀਪ ਸਿੰਘ ਨਿੱਜਰ ਨਾਲ ਮੁਲਾਕਾਤ ਹੈ ਆ ਸੜਕ ਦੇ ਇਧਰਲੇ ਪਾਸੇ ਐਸ ਗੁਰਦੁਆਰੇ ਦੀ ਹਦੂਦ ਦੇ ਵਿੱਚ ਇੱਕ ਬਚਿੱਤਰ ਸਿੰਘ ਜਿਨੇ ਸਮੇਂ ਦੇ ਹਾਕਮ ਨੂੰ ਚੁਣੌਤੀ ਦਿੱਤੀ ਤੇ ਉਸ ਚੁਣੌਤੀ ਤੋਂ ਬਾਅਦ ਅੱਜ ਵੀ ਕੈਨੇਡਾ ਦੇ ਵਿੱਚ ਜਿਹੜੀ ਆਪਣੀ ਆਈਡੈਂਟੀਟੀ ਲਈ ਲੜਾਈ ਲੜੀ ਜਾ ਰਹੀ ਹੈ ਉਸ ਦੀ ਸੋਚ ਝਲਕਦੀ ਹੈ ਕਿ ਹਰ ਸਮੇਂ ਨੂੰ ਹਰ ਹਾਕਮ ਨੂੰ ਹਰ ਹਕੂਮਤ ਨੂੰ ਜਿਹੜਾ ਵੀ ਬਚਿੱਤਰ ਸਿੰਘ ਚੁਣੌਤੀ ਦਿੰਦਾ ਉਹ ਸਾਡੇ ਲਈ ਮਹਾਨ ਹੈ ਤੇ ਉਸ ਨੂੰ ਵਾਰ-ਵਾਰ ਸਜਦਾ ਕਰਦੇ ਆਂ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਤੇ ਇਸ ਪ੍ਰੋਗਰਾਮ ਦਾ ਜਿੰਨਾ ਉਪਰਾਲਾ ਕੀਤਾ ਗਿਆ ਉਸ ਲਈ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨਾ ਕਲਮ ਪੋਟੇ ਰੋਸ਼ਨੀ ਤੇ ਹੋਰ ਕੀ ਮਨ ਚਿੱਤ ਦਿਲ ਦਿਮਾਗ ਤੇ ਹੋਰ ਕੀ ਸ਼ਬਦ ਅੱਖਰ ਸੁਰਤ ਪਰਵਾਜ਼ ਤੇ ਹੋਰ ਕੀ ਅਹਿਸਾਸ ਸੋਚ ਖਿਆਲ ਪਰਖਾਂ ਤੇ ਹੋਰ ਕੀ ਸਾਦਾ ਦੂੰਗਾ ਲੁਕਿਆ ਛੁਪਿਆ ਤੇ ਹੋਰ ਕੀ ਹੁਸਨ زر عشق ਨਸ਼ੇ ਤੇ ਹੋਰ ਕੀ ਸੁਣ ਧਿਆਨ ਸਹਿਜ ਸਮਾਧਾ ਤੇ ਹੋਰ ਕੀ ਆਮਦ ਰਹਿਮਤ ਨਦਰ ਰਜ਼ਾ ਤੇ ਹੋਰ ਕੀ ਖੰਡਾ ਸੀਸ ਤਲੀ ਜਪਣਾ ਤੇ ਹੋਰ ਕੀ ਜੀਵਤ ਮੁਕਤਾ ਸੰਤ سپਹੀ ਤੇ ਹੋਰ ਕੀ ਆਸਣ ਸਿਮਰਨ ਅੰਮ੍ਰਿਤ ਵੇਲਾ ਤੇ ਹੋਰ ਕੀ ਪੂਰਾ ਸੱਚਖੰਡ ਵਿਛੜੇ ਨਿਵਾਸ ਤੇ ਹੋਰ ਕੀ ਉਹਦੀਆਂ ਦਾਤਾਂ ਉਹਦੀਆਂ ਮਹਿਰਾ ਅੱਗੇ ਜ਼ੋਰ ਕੀ